राख राख मेरी बीठ ला जन शरण तुम्हारी, राख राख मेरी बीठ ला जन शरण तुम्हारी, राख राख मेरी बीठ ला जन शरण तुम्हारी। क्यों छूटो तैसे तर अब जल नित पाई, क्यों छूटो कैसे करो अब जल नित पारी। राख राख मेरे पीठ ला जन शरण तुम्हारी, राख राख मेरे पीठ ला जन शरण तुम्हारी। Do
राख मेरे बीठ लो जन शरण तुम्हारी राख राख मेरे बीठ लो जन शरण तुम्हारी जरा जीवन दो बन गया हिचकिया नमी का जरा जीवन दो बन गया हिचकिया नमी का अवजल नित पारी राख राख मेरे पीठ ला जन शरण तुम्हारी राख राख मेरे पीठ ला जन शरण तुम्हारी जो शुक्रो कैसे करो अवजल नित पारी जो शुक्रो कैसे करो अवजल नित पारी राख राख मेरे पीठ ला जन शरण तुम्हारी राख राख मेरे पीठ ला जन शरण तुम्हारी अवजल नित पारी राख राख मेरे पीठ ला जन शरण तुम्हारी राख राख मेरे पीठ ला जन शरण तुम्हारी जन शरण तुम्हारी जन शरण तुम्हारी जन शरण राख पिता प्रभ मेरे राख पिता प्रभ मेरे राख पिता प्रभ मेरे मोहे निर्गुण सब गुण तेरे
ਖਿਮਾ ਕਰਨੀ ਸਤਿਗੁਰੂ ਜੀ ਮਿਹਰਮਤ ਕਰਨ ਕਿਰਪਾ ਕਰਨਾ ਆਪ ਸਰਬੱਤ ਸੰਗਤਾਂ ਦੀ ਦਾਸਰਿਆਂ ਦੀ ਦਰਗਾਹੀ ਹਾਜ਼ਰੀ ਸਤਿਗੁਰੂ ਜੀ ਦਰ ਪ੍ਰਵਾਨ ਕਰਕੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚਰਨਾ ਕਮਾਂ ਦੀ ਪ੍ਰੀਤ ਬਖਸ਼ਿਸ਼ ਕਰਨ ਸੁਭਾਓ ਸਤਿਗੁਰੂ ਜੀ ਦੀ ਬੜੀ ਕਿਰਪਾ ਹੋਈ ਹੈ ਜਾਗੋ ਵਾਲਾ ਜਥਾ ਜਿਹਨਾਂ 'ਤੇ ਸਤਿਗੁਰੂ ਦੀ ਮਹਾਨ ਬਖਸ਼ਿਸ਼ ਕਿਰਪਾ ਹੈ ਬੜਾ ਹੀ ਭਾਵਨਾ ਦੇ ਨਾਲ ਜੋ ਗੁਰਮੁਖ ਪ੍ਰਚਾਰ ਕਰਦੇ ਹਨ ਸੋ ਜਿਹੜੇ ਭਾਵਨਾ ਦੇ ਨਾਲ ਗੁਰੂ ਕੀ ਸਿਫਤਸਲਾਹ ਕਰਦੇ ਹਨ ਭਾਵਨਾ ਦੇ ਨਾਲ ਪ੍ਰਚਾਰ ਕਰਦੇ ਹਨ ਉਸ ਚੀਜ਼ ਦਾ ਆਨੰਦ ਹੀ ਕੋਈ ਵੱਖਰਾ ਹੁੰਦਾ ਹੈ ਉਹਦੀ ਕੋਈ ਫੀਲਿੰਗ ਹੀ ਅਲੱਗ ਹੁੰਦੀ ਹੈ ਤੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਜਥੇ ਦੇ ਉੱਤੇ ਬੜੀ ਹੀ ਸੁਰੀਲੀਆਂ ਆਵਾਜ਼ਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀਆਂ ਹਨ ਬੜੇ ਵਧੀਆ ਚੰਗੇ ਅੰਦਾਜ਼ ਦੇ ਵਿੱਚ ਕਵੀਸ਼ਰੀ
ਆਪ ਸੰਗਤਾਂ ਨੂੰ ਸਰਵਣ ਕਰਾਉਂਦੇ ਹਨ ਅਤੇ ਗੁਰ ਇਤਿਹਾਸ ਆਓ ਤਿੰਨਾਂ ਪਾਸੋਂ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਵੀਸ਼ਰੀ ਵਾਰਾਂ ਸਰਵਣ ਕਰੀਏ ਜੀ। ਪਿਆਰ ਸਹਿਤ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ। ਬੂਜੀ ਕਦੇ ਨਹੀਂ ਧਰਮ ਦੀ ਅਮਰ ਜੋਤੀ, ਆਉਂਦੇ ਰਹੇ ਤੂਫਾਨ ਨੇ ਬੜੇ ਇੱਥੇ, ਕੱਚਾ ਇਸ਼ਕ ਨਹੀਂ ਸਾਡਾ ਮਰ ਜੂੜਿਆਂ ਦਾ, ਵੱਜੇ ਜੰਡਾ ਨਾਲ ਦੇਗਾਂ ਵਿੱਚ ਕੜੇ ਇੱਥੇ ਰਹੇ ਨੱਚਦੇ ਆਰੇ ਦੇ ਦੰਦਿਆਂ ਤੇ, ਰਹੇ ਨੱਚਦੇ ਆਰੇ ਦੇ ਦੰਦਿਆਂ ਤੇ, ਸਾਡੇ ਸਾਹਮਣੇ ਮੌਤ ਨਾ ਖੜੇ ਇੱਥੇ ਆਵੇ ਵੈਦਿਆ ਇੰਦਰਾ, ਫੇਰ ਜੰਮ ਕੇ ਸੁਖਾ ਜਿੰਦਾ ਬੇਅੰਤ ਸਿੰਘ ਬੜੇ ਇੱਥੇ, ਸਾਨੂੰ ਦੱਸਿਆ ਪਿਤਾ ਦਸਮੇਸ਼ ਜੀ ਨੇ ਕਿ ਮੌਤ ਵਿੱਚੋਂ ਹੀ ਜ਼ਿੰਦਗੀ ਪਾਈ ਦੀ, ਜਦੋਂ ਲਾੜੀ ਆਜ਼ਾਦੀ ਦਾ ਚਾਹ ਹੋਵੇ ਪਹਿਲੋਂ ਹੱਸ ਕੇ ਮੌਤ ਵਿਆਈ ਦੀ, ਜਿਹੜਾ ਸਿੱਖੀ ਸਕੂਲ ਵਿੱਚ ਹੋ ਦਾਖਲ ਜਿਹੜਾ ਸਿੱਖੀ ਸਕੂਲ ਵਿੱਚ ਹੋਏ ਭਰਤੀ, ਪਹਿਲਾਂ ਇਹੋ ਹੀ ਸਬਕ ਉੜਾਈ ਦਾ ਕਿ ਮੌਤ ਕਦੇ ਵੀ ਸਿੰਘਾਂ ਨੂੰ ਮਾਰਦੀ ਨਾ, ਚੋਲਾ ਇੱਕ ਲਾ ਕੇ ਦੂਜਾ ਪਾਈ ਦਾ ਸਮਾਂ। ਸਤਿਗੁਰ ਬਾਜਾਂ ਵਾਲਾ ਜਿਹਨੇ ਸਾਜਿਆ ਪੰਥ ਨਿਰਾਲਾ, ਗਊ ਗਰੀਬ ਦਾ ਜੋ ਰਖਵਾਲਾ ਭੇਟਾ ਸੀਸ ਤਾਰ ਦਾ, ਸਾਜਿਆ ਪੰਥ ਨਿਆਰਾ ਬਾਜਾਂ ਵਾਲੇ ਨੇ ਜਿਹੜਾ ਨਹੀਂ ਕਿਤੇ ਉਹ ਵੀ ਹਾਰਦਾ, ਦੇ ਕੇ ਸੀਸ ਲਈ ਜਨ ਸ਼ਕਤੀ ਮੰਨੀ ਰਹਿਤ ਗੁਰਾਂ ਦੀ ਸ਼ਕਤੀ, ਬਾਣੀ ਪੜਨੀ ਕਰਦਾ ਭਗਤੀ ਤੇ ਰਸਵੰਦ ਤਾਰਦਾ, ਸਾਜਿਆ ਪੰਥ ਨਿਆਰਾ ਕਲਗੀਆਂ ਵਾਲੇ ਨੇ ਜਿਹੜਾ ਨਹੀਂ ਕਦੇ ਵੀ ਹਾਰਦਾ। ਉਸ ਵੱਲ ਹਾਥੀ ਆ ਸ਼ਰਾਬੀ ਚਾਹੁੰਦਾ ਕਿਲੇ ਚ ਕਰਾਂ ਖਰਾਬੀ, ਬਚਿੱਤਰ ਸਿੰਘ ਬਣ ਚੰਨ ਮਤਾਬੀ ਨਾਗਣੀ ਸਿਰ ਵਿੱਚ ਮਾਰਦਾ, ਸਾਜਿਆ ਪੰਥ ਨਿਆਰਾ ਬਾਜਾਂ ਵਾਲੇ ਨੇ ਜਿਹੜਾ ਨਹੀਂ ਕਿਤੇ ਉਹ ਵੀ ਮਾਰ।
ਕੰਡੇ ਯੋਰ ਵਕਾਉਂਦਾ ਲੜਦਾ ਦੋਇਤਾਂ ਨੂੰ ਚਿੜਕਾਉਂਦਾ ਸੱਚੇ ਗੁਰ ਕਾ ਹੁਕਮ ਵਜਾਉਂਦਾ ਉੱਚੀ ਸਰ ਸਰਦਾਰ ਦਾ ਸਾਜੀ ਪੰਥ ਨਿਆਰਾ ਕਲਗੀਆਂ ਵਾਲੇ ਨੇ ਜੇ ਆ ਨਹੀਂ ਕਦੇ ਵੀ ਹਾਰਦਾ ਡਟਿਆ ਜਾ ਚਮਕੌਰ ਮੈਦਾਨੇ ਚਾਲੀ ਸਿੰਘ ਗੁਰਾਂ ਦੇ ਦਾਨੇ ਦਿੱਤੇ ਲੜਕੇ ਬਦਲ ਜਮਾਨੇ ਦਸ ਲੱਖ ਵੈਰੀ ਹਾਰਦਾ ਸਾਜੀਆ ਪੰਥ ਨਿਆਰਾ ਬਾਜਾਂ ਵਾਲੇ ਨੇ ਜਿਹੜਾ ਨਹੀਂ ਕਿਤਿਓਂ ਵੀ ਹਾਰਦਾ ਮੁਕਤੀ ਲਈ ਮੁਕਤ ਸਰ ਜਾ ਕੇ ਵਜੀਦੇ ਖਾਨ ਦੀ ਪੋਏ ਭਜਾ ਕੇ ਲਿਖਿਆ ਵੇਰਾ ਵਾ ਪੜਵਾ ਕੇ ਗੁਰ ਕਾ ਸ਼ੁਕਰ ਗੁਜ਼ਾਰਦਾ ਸਾਜੀਆ ਪੰਥ ਨਿਆਰਾ ਕਲਗੀ ਵਾਲੇ ਨੇ ਜਿਹੜਾ ਨਹੀਂ ਕਦੇ ਵੀ ਹਾਰਦਾ ਇਸ ਦੇ ਰਾਹ ਵਿੱਚ ਰੰਬੀਆਂ ਯਾਰੇ ਕੱਟਣ ਬੰਦ ਬੰਦ ਹਥਿਆਰੇ ਲੱਥੇ ਸੀਸ ਸਿੰਘ ਨਾ ਹਾਰੇ ਦੁਸ਼ਮਣ ਰਿਹਾ ਪੁਕਾਰਦਾ ਸਾਜੀਆ ਪੰਥ ਨਿਆਰਾ ਬਾਜਾਂ ਵਾਲੇ ਨੇ ਜਿਹੜਾ ਨਹੀਂ ਕਿਤੇ ਉਹ ਵੀ ਹਾਰਦਾ ਮੱਸੇ ਰੰਗਲ ਨੂੰ ਚਟਕਾਉਂਦਾ ਮੈਨ ਬਾਰ ਬੁਲਾਉਂਦਾ ਜਨਰ ਮਾਈਕਲ ਬਾਰ ਬੁਲਾਉਂਦਾ ਅਰਜਨ ਮਾਕਨ ਮਾਰਦਾ ਸਾਜੀਆ ਪੰਥ ਨਿਆਰਾ ਕਲਗੀ ਵਾਲੇ ਨੇ ਜਿਹੜਾ ਨਹੀਂ ਕਦੇ ਵੀ ਹਾਰਦਾ ਤਸੀ ਅਕਾਲ ਟਹਾਉਂਦਾ ਖਾਲਸਾ ਪੂਨੇ ਹੱਥ ਮਲਾਉਂਦਾ ਜਿੰਦਾ ਸੁੱਕਾ ਅੱਖ ਮਲਾਉਂਦਾ ਪਿੱਛਾ ਕਰਕੇ ਕਾਰਦਾ ਸਾਜੀਆ ਪੰਥ ਨਿਆਰਾ ਬਾਜਾਂ ਵਾਲੇ ਨੇ ਜਿਹੜਾ ਨੀ ਕਿਤੇ ਉਹ ਵੀ ਹਾਰਦਾ ਜਨਰਲ ਕਰਤਾ ਵੇਦਿਆ ਢੇਰੀ ਸਿੰਘਾਂ ਲੜਾ ਲਾਈ ਨਾ ਮੇਰੀ ਹੋ ਗਈ ਸਬਰ ਸਿੰਘਾਂ ਦੀ ਫੇਰੀ ਕੌਮੀ ਕਾਲ ਸਵਾਰਦਾ ਸਾਜੀਆ ਪੰਥ ਨਿਆਰਾ ਕਲਗੀਆਂ ਵਾਲੇ ਨੇ ਜਿਹੜਾ ਨਹੀਂ ਕਦੇ ਵੀ ਹਾਰਦਾ ਬੇਅੰਤਾ ਚੰਡੀਗੜ੍ਹ ਵਿੱਚ ਗੂੰਜੇ ਇੱਕੋ ਸਿੰਘ ਨੇ ਲਾਤਾ ਖੂੰਜੇ ਉਹ ਬੇਅੰਤਾ ਚੰਡੀਗੜ੍ਹ ਵਿੱਚ ਗੂੰਜੇ ਇੱਕੋ ਸਿੰਘ ਨੇ ਲਾਤਾ ਖੂੰਜੇ ਬਾਡੀਗੜ੍ਹ ਕਹੇ ਕਈ ਹੁੰਜੇ ਦਲਾਵਰ ਸਿੰਘ ਖਿਲਾਰਦਾ ਸਾਜੀਆ ਪੰਥ ਨਿਆਰਾ ਬਾਜਾਂ ਵਾਲੇ ਨੇ ਜਿਹੜਾ ਨਹੀਂ ਕਿਤੇ ਉਹ ਵੀ ਹਾਰਦਾ ਖਾਲਸਾ ਕਰਦਾ ਕੰਮ ਨਿਆਰੇ ਚੜ੍ਹਦੀ ਕਲਾ ਦੇ ਛੱਡ ਜਕਾਰੇ ਪੱਤਰ ਜਾਣ ਸਦਾ ਬਲਹਾਰੇ ਸਦਕਾ ਗੁਰੂ ਪਿਆਰਦਾ ਸਾਜੀਆ ਪੰਥ ਨਿਆਰਾ ਕਲਗੀ ਵਾਲੇ ਨੇ ਜਿਹੜਾ ਨਹੀਂ ਕਦੇ ਵੀ ਹਾਰਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸਤਿਗੁਰਾਂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਕੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਪਿਆਰ ਵਿੱਚ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਨ ਲਈ ਰਸਨਾਂ ਨੂੰ ਪਵਿੱਤਰ ਕਰਨ ਵਾਸਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਹਾਸਲ ਕਰਨ ਲਈ ਮਨ ਬਿਰਤੀਆਂ ਨੂੰ ਇਕਾਗਰ ਕਰਨ ਲਈ ਰਸਨਾਂ ਨੂੰ ਪਵਿੱਤਰ ਕਰਨ ਵਾਸਤੇ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਧਿਆ ਦੇ ਸਮੇਂ ਵੱਡੇ ਭਾਗਾਂ ਵਾਲੀਆਂ ਗੁਰੂ ਕੀਆਂ ਸੰਗਤਾਂ ਦਸਾਂ ਪਾਤਸ਼ਾਹੀਆਂ ਦੀ ਜੋਤ ਦੀ ਗੋਦ ਵਿੱਚ ਆਣ ਕੇ ਬੈਠੀਆਂ ਹੋ ਅਤੇ ਬੈਠਿਆਂ ਨੂੰ ਨਿਤਨੇਮ ਤੋਂ ਉਪਰੰਤ ਗੁਰੂ ਘਰ ਦੇ ਵਜ਼ੀਰਾਂ ਨੇ ਜਿਨ੍ਹਾਂ ਉੱਤੇ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਦਾ ਮਿਹਰਾਂ ਦਾ ਹੱਥ ਹੈ ਉਹਨਾਂ ਨੇ ਕੀਰਤਨ ਸੁਣਾ ਕੇ ਆਪ ਜੀ ਨੂੰ ਨਿਹਾਲ ਕੀਤਾ ਅਤੇ ਕੀਰਤਨ ਸਮਾਪਤੀ ਦੇ ਉੱਤੇ ਉਹਨਾਂ ਨੇ ਬੜੇ ਪਿਆਰ ਵਾਲਾ ਸ਼ਬਦ ਡਿੱਠੇ ਸਭੇ ਥਾਪ ਨਹੀਂ ਤੁਦ ਜਿਹਾ ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਇਹ ਸ਼ਬਦ ਜੋ ਪਰਮੇਸ਼ਰ ਨੇ ਆਪ ਹਰਿਮੰਦਰ ਸਾਹਿਬ ਨੂੰ ਬੰਨਣਾ ਕੀਤਾ ਆਪ ਉੱਥੇ ਆਣ ਕੇ ਸੇਵਾ ਕੀਤੀ ਉਸ ਘਰ ਦੀਆਂ ਸਿਫਤਾਂ ਦਾ ਕੀਰਤਨ ਸਤਿਗੁਰੂ ਕੇ ਪਿਆਰਿਆਂ ਨੇ ਸਰਵਣ ਕਰਾਇਆ ਹੈ। ਇਹ ਹੁਣ ਆਪੋ ਆਪਣੀ ਭਾਵਨਾ ਹੈ ਭਾਈ ਗੁਰੂ ਘਰ ਆਉਣਾ
ਇੱਥੇ ਕਿਸ ਭਾਵਨਾ ਨਾਲ ਆਉਣਾ ਹੈ, ਕੀ ਇੱਥੋਂ ਸੁਣਨਾ ਹੈ, ਕੀ ਇੱਥੇ ਸੁਣਾਉਣਾ ਹੈ, ਕੀ ਇੱਥੇ ਆ ਕੇ ਆਪਣੀ ਮੱਤ ਛੱਡਣੀ ਹੈ ਅਤੇ ਗੁਰੂ ਦੀ ਮੱਤ ਲੈਣੀ ਹੈ, ਇਹ ਆਪੋ ਆਪ ਦੇ ਉੱਤੇ ਹੈ। ਸਾਡੇ ਵਾਸਤੇ ਹਰਿਮੰਦਰ ਸਾਹਿਬ ਤੋਂ ਪਰੇ ਉਜਾੜ ਹੈ, ਈਸਾਈਆਂ ਵਾਸਤੇ ਮੱਕੇ ਵਾਲ ਤੋਂ ਪਰੇ ਉਜਾੜ ਹੈ, ਅਤੇ ਜੇ ਮੁਸਲਮਾਨਾਂ ਵਾਸਤੇ ਮੱਕੇ ਤੋਂ ਪਰੇ ਉਜਾੜ ਹੈ, ਈਸਾਈਆਂ ਵਾਸਤੇ ਯਰੂਸ਼ਲਮ ਤੋਂ ਪਰੇ ਉਜਾੜ ਹੈ। ਇਹ ਤਾਂ ਹੈ ਆਪੋ ਆਪਣੇ ਮਨ ਦੀ ਭਾਵਨਾ। ਪਰ ਜਿਹੜੇ ਦੁਸ਼ਮਣ ਨੇ ਉਹ ਆਪਣਾ ਵੈਰ ਕੱਢਣ ਲਈ ਉਹ ਨਹੀਂ ਦੇਖਦੇ ਕਿਹੜੀ ਧਾਰਮਿਕ ਜਗ੍ਹਾ ਹੈ ਅਤੇ ਕੀ ਹੈ। ਤੋਪਾਂ ਅਤੇ ਟੈਂਕ ਚਾੜਨ ਤੋਂ ਗੁਰੇਜ਼ ਨਹੀਂ ਕਰਦੀ। ਆਪਾਂ ਪਿੱਛੇ ਆਰੰਭ ਕੀਤਾ ਸੀ ਦਰਬਾਰ ਸਾਹਿਬ ਦਾ ਹਮਲਾ 1984 ਵਿੱਚ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉੱਥੇ ਤੋਪਾਂ ਨਾਲ, ਟੈਂਕਾਂ ਨਾਲ ਅਤੇ ਜਹਾਜ਼ਾਂ ਨਾਲ ਜਿਹਦੀ ਬਾਬਤ ਡਿੱਠੇ ਸਭੇ ਥਾਵ ਨਹੀਂ ਤਦ ਜਿਹਾ ਲਿਖਿਆ ਹੈ, ਉਹਦੇ ਉੱਤੇ ਅਟੈਕ ਕਰਵਾਇਆ। ਪਰ ਧਰਮੀ ਲੋਕ ਜਿਹੜੇ ਹੁੰਦੇ ਹਨ, ਜਦੋਂ ਅਕਾਲ ਤਖ਼ਤ ਸਾਹਿਬ ਢਹਿ ਰਿਹਾ ਸੀ, ਤੋਪਾਂ ਦੇ ਗੋਲਿਆਂ ਨਾਲ ਉੱਥੇ ਧੂੰਆਂ ਹੋਇਆ ਅਤੇ ਹਰ ਵਰਗ ਦੇ ਧਰਮੀ ਅਤੇ ਸੱਚੇ ਸੁੱਚੇ ਪੁਰਸ਼ਾਂ ਨੇ ਜੋ ਇੱਕ ਹਾਹ ਦਾ ਨਾਰਾ ਮਾਰਿਆ। ਖਾਲਸਾ ਜੀ, ਅੱਜ ਆਪਾਂ ਇੱਥੋਂ ਆਰੰਭ ਕਰਾਂਗੇ। ਸਮਾਂ ਤੁਹਾਡਾ ਜ਼ਿਆਦਾ ਵੀ ਨਹੀਂ ਲੈਣਾ ਅਤੇ ਵੇਸਟ ਵੀ ਨਹੀਂ ਕਰਨਾ। ਗੁਰੂ ਕੇ ਪਿਆਰਿਓ, ਮਨ ਅਤੇ ਚਿੱਤ ਨੂੰ ਟਿਕਾ ਕੇ ਰੱਖਿਓ। ਇੱਥੋਂ ਆਰੰਭ ਹੁੰਦੀ ਹੈ ਤੁਹਾਡੇ ਵਰਗੇ ਗੁਰਸਿੱਖਾਂ ਅਤੇ ਹੋਰ ਧਰਮ ਦੇ ਲੋਕ ਜਿਹੜੇ ਆਪੋ ਆਪਣੇ ਧਰਮ ਵਿੱਚ ਪਰਿਪੱਕ ਸਨ, ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੀ ਬਾਬਤ ਉਸ ਵੇਲੇ ਇੱਕ ਹਾਹ ਦਾ ਨਾਰਾ ਮਾਰਿਆ। ਹਿੰਦੁਸਤਾਨ ਦੇ ਕੁਝ ਉਹਦੇ ਵਿੱਚ ਹਿੰਦੂ ਵੀ ਸਨ, ਉਹ ਕਹਿੰਦੇ ਕਿਹੜੇ ਤਖ਼ਤ 'ਤੇ ਅਟੈਕ ਕੀਤਾ? ਜਿਹੜੇ ਤਖ਼ਤ 'ਤੇ ਦੋ ਵੇਲੇ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਥੋਂ ਬਾਣੀ ਅਤੇ ਬਾਣੇ ਵਾਲੇ ਗੁਰਸਿੱਖ ਜਿਹੜੇ ਸਨ ਉਹ ਅਰਦਾਸਾਂ ਕਰਕੇ ਆਪਣੇ ਘੋੜਿਆਂ ਦੇ ਉੱਤੇ ਚੜ੍ਹ ਕੇ ਘੋੜਿਆਂ ਦੀਆਂ ਕਾਠੀਆਂ 'ਤੇ ਰਾਤਾਂ ਕੱਟਣ ਵਾਲੇ ਗੁਰੂ ਕੇ ਪਿਆਰਿਆਂ ਨੇ ਐਸ ਹਿੰਦੁਸਤਾਨ ਦੀ ਇੱਜ਼ਤ 20-20 ਅਤੇ 30-30 ਹਜ਼ਾਰ ਨੌਜਵਾਨ ਲੜਕੀਆਂ ਜਿਨ੍ਹਾਂ ਦੇ ਅਜੇ ਵਿਆਹ ਨਹੀਂ ਸੀ ਹੋਏ ਉਹਨਾਂ ਨੂੰ ਸੁੰਦਰ ਸਰੂਪ ਨੂੰ ਚੱਕ ਚੱਕ ਕੇ ਬੰਨ੍ਹ ਬੰਨ੍ਹ ਕੇ ਗੱਡਿਆਂ ਉੱਤੇ ਲਿਜਾ ਕੇ ਅਫਗਾਨਿਸਤਾਨ ਕਾਬਲ ਕੰਧਾਰ ਦੇ ਵਿੱਚ ਮੰਡੀਆਂ ਦੇ ਵਿੱਚ ਆਕਸ਼ਨ ਹੁੰਦੀ ਸੀ ਅਤੇ ਦੋ ਦੋ ਪੈਸੇ ਨੂੰ ਉੱਥੋਂ ਹਿੰਦੁਸਤਾਨ ਦੀਆਂ ਬੱਚੀਆਂ ਖਰੀਦ ਕੇ ਲੋਕ ਆਪਣੇ ਘਰਾਂ ਵਿੱਚ ਭਾਂਡੇ ਮਾਂਜਣ ਵਾਸਤੇ ਲਿਜਾਂਦੇ ਸਨ। ਉਹਨਾਂ ਨੂੰ ਰੋਕਣ ਵਾਲੇ ਇਸ ਅਕਾਲ ਤਖ਼ਤ ਸਾਹਿਬ ਤੋਂ ਅਰਦਾਸਾਂ ਕਰਕੇ ਜਾਣ ਵਾਲੇ ਸਨ, ਉਹਨਾਂ ਨੂੰ ਉਹ ਬੱਚੀਆਂ ਅਰਦਾਸਾਂ ਕਰਦੀਆਂ ਸਨ। ਉਹਨਾਂ ਲੋਕਾਂ ਨੇ ਅਕਾਲ ਤਖ਼ਤ ਸਾਹਿਬ ਦੀ ਬਾਬਤ ਜੋਹਾ ਦਾ ਨਾਰਾ ਮਾਰਿਆ। ਸੁਣੀਏ ਪਿਆਰ ਦੇ ਨਾਲ ਜੀ, ਇਹੋ ਬੇਨਤੀ ਕੀਤੀ ਜਾ ਰਹੀ। ਦੁਨੀਆਂ ਦੇ ਸਾਂਝੇ ਤਖ਼ਤ ਨੂੰ ਤੋਪਾਂ ਨਾਲ ਢਾਇਆ ਜਾ ਰਿਹਾ, ਗੁਰੂਆਂ ਦੇ ਪਰ ਉਪਕਾਰ ਨੂੰ ਵੇਖੋ ਭੁਲਾਇਆ ਜਾ ਰਿਹਾ। ਦੁਨੀਆਂ ਦੇ ਸਾਂਝੇ ਤਖ਼ਤ ਨੂੰ, ਦੁਨੀਆਂ ਦੇ ਸਾਂਝੇ ਤਖ਼ਤ ਨੂੰ ਤੋਪਾਂ ਨਾਲ ਢਾਇਆ ਜਾ ਰਿਹਾ, ਗੁਰੂਆਂ ਦੇ ਪਰ ਉਪਕਾਰ ਨੂੰ ਵੇਖੋ ਭੁਲਾਇਆ ਜਾ ਰਿਹਾ। ਦੁਨੀਆਂ ਦੇ ਸਾਂਝੇ ਤਖ਼ਤ ਨੂੰ ਵੇਖੋ, ਵੇ ਦੁਨੀਆ ਵਾਲਿਓ ਕੈਸਾ ਜ਼ਮਾਨਾ ਆ ਗਿਆ, ਸੱਚ ਧਰਮ ਦੇ ਮਹਿਤਾਬ ਤੇ ਕੁਫਰਾਂ ਦਾ ਨੇਰਾ ਛਾ ਗਿਆ, ਸੰਗ ਸੇ ਤੁਮ ਦੇ ਅਹਿਸਾਨ ਦਾ ਬਦਲਾ ਚੁਕਾਇਆ ਜਾ ਰਿਹਾ। ਗੁਰੂਆਂ ਦੇ ਪਰ ਉਪਕਾਰ ਨੂੰ ਜ਼ੁਲਮਾਂ ਦੇ ਪਵਰਾਂ ਵਿੱਚ ਪਈ ਡੁੱਬਦੀ ਜਾਂ ਬੇੜੀ ਹਿੰਦ ਦੀ, ਲਾਈ ਕਲਾਏ ਸਤਿਗੁਰਾਂ ਕੀਮਤ ਜੁਗਾ ਕੇ ਜਿੰਦ ਦੀ, ਕਰਨਾ ਸ਼ੁਕਰ ਅਹਿਸਾਨ ਦਾ, ਕਰਨਾ ਸ਼ੁਕਰ ਅਹਿਸਾਨ ਦਾ, ਨਾ ਸ਼ੁਕਰਿਆ ਨਹੀਂ ਭਾਰਿਆ। ਦੁਨੀਆਂ ਦੇ ਸਾਂਝੇ ਤਖ਼ਤ ਨੂੰ ਤੋਪਾਂ ਨਾਲ ਢਾਇਆ ਜਾ ਰਿਹਾ, ਗੁਰੂਆਂ ਦੇ ਪਰ ਉਪਕਾਰ ਨੂੰ ਹਿੰਦੂਆਂ ਲਈ ਸਾਬਰ ਸਦਕੀਆਂ ਤਨ ਕਾਠ ਜਿਉਂ ਚਿਰਵਾ ਲਏ, ਦੇਗੀ ਉਬਾਲੇ ਖਾ ਗਏ, ਚਾਂਦਨੀ ਜੋ ਚੌਂਕ ਦਿੱਲੀ ਹੈ ਦੁਨੀਆਂ ਨੂੰ ਦਰਸਾ ਰਿਹਾ, ਦੁਨੀਆਂ ਦੇ ਸਾਂਝੇ
ਸਿੱਖ ਸਤਿਗੁਰਾਂ ਤੋਂ ਪਾਈਆਂ ਨੀ ਪੈੜਾਂ ਨਿਆਰੀਆਂ ਆਈ ਕਨਈਏ ਵਰ ਗਿਆ ਸਮੁੰਦਰ ਦੀ ਬਾਈ ਉਪਕਾਰੀਆਂ ਪਾਏ ਮੌਤ ਦੇ ਮੂੰਹ ਦੁਸ਼ਮਣਾ ਪਾਣੀ ਪਿਲਾਇਆ ਜਾ ਰਿਹਾ ਗੁਰੂਆਂ ਦੇ ਪਰ ਉਪਕਾਰ ਨੂੰ ਤੁਰਕ ਹਿੰਦੂ ਲੜਕੀਆਂ ਲੈ ਜਾਣ ਬਲ ਤਲਵਾਰ ਉਦੇ ਕਰਦੀਆਂ ਫਰਿਆਦ ਨੇ ਸਾਵੇਂ ਸਿੰਘ ਸਰਦਾਰ ਦੇ ਕੱਛ ਵਾਲਿਆ ਹੁਣ ਭੋੜ ਬਾਬਾ ਨਾ ਹਿੰਦੂ ਹਮਰਾਰਿਆ ਗੁਰੂਆਂ ਦੇ ਪਰ ਉਪਕਾਰ ਨੂੰ ਸਿੱਖ ਭੈਣ ਕਿਧਰੋਂ ਕਾਲ ਬਣ ਸਿਰ ਗਿਲ ਜਿਆਂ ਦੀ ਧਾੜ ਉਦੇ ਸ਼ੇਰ ਭੁੱਖੇ ਦੇਰ ਦੇ ਸ਼ਿਗ ਸ਼ੈਲਿਆਂ ਨੂੰ ਪਾੜ ਦੇ ਆਇਆ ਦੁਬ ਅਬਲਾਂ ਲੜਕੀਆਂ ਘਰ ਘਰ ਪਹੁੰਚਾਇਆ ਜਾ ਰਿਹਾ ਗੁਰੂਆਂ ਦੇ ਪਾਏ ਉਪਕਾਰ ਨੂੰ ਹਿੰਦੂਆਂ ਲਈ ਦਸਮੇਸ਼ ਨੇ ਤੁਰਕੇਸ਼ ਨੂੰ ਲਲਕਾਰਿਆ ਰੱਖਿਆ ਸਲਾਮਤ ਹਿੰਦ ਨੂੰ ਸਰਬੰਸ ਆਪਣਾ ਵਾਰਿਆ ਜਿਸ ਦੀ ਬਦੌਲਤ ਹਿੰਦ ਤਾਜੋ ਤਖਤ ਹੈ ਹੰਡਾਰਿਆ ਗੁਰੂਆਂ ਦੇ ਪਰ ਉਪਕਾਰ ਨੂੰ ਸਮਝੋ ਦਿੱਲੀ ਵਾਸੀਓ ਇਹ ਗੁਰੂਆਂ ਦੇ ਪਰ ਉਪਕਾਰ ਨੂੰ ਬਾਣੀ ਤੇ ਬਾਣੀ ਵਾਲਿਆਂ ਦੇ ਅਤਿ ਉੱਤਮ ਕਿਰਦਾਰ ਨੂੰ ਜਿਨ੍ਹਾਂ ਦੇ ਨਰਗਸ ਗੁਣਾਂ ਦੇ ਇਤਿਹਾਸ ਸੋਹਲੇ ਗਾਰਿਆ ਗੁਰੂਆਂ ਦੇ ਬਾਰੇ ਉਪਕਾਰ ਨੂੰ ਦੇਖੋ ਭੁਲਾਇਆ ਜਾ ਰਿਹਾ ਦੁਨੀਆਂ ਦੇ ਸਾਂਝੇ ਤਖਤ ਨੂੰ ਤੋਪਾਂ ਲਟਾਇਆ ਜਾ ਰਿਹਾ ਗੁਰੂਆਂ ਦੇ ਬਾਰੇ ਉਪਕਾਰ ਨੂੰ ਜਦੋਂ ਇਹ ਦਿਲ ਦੀ ਹੂਕ ਸੱਚੇ ਦਿਲਾਂ ਵਾਲੇ ਗੁਰਮੁਖਾਂ ਨੇ ਭਾਵੇਂ ਉਹ ਕਿਸੇ ਵੀ ਧਰਮ ਦੇ ਸਨ ਮੀਆਂ ਮੀਰ ਮੁਸਲਮਾਨ ਧਰਮ ਦਾ ਪਰਹਾ ਦਾ ਨਾਰਾ ਮਾਰਦਾ ਹੈ ਗੁਰੂ ਕੇ ਸਿੱਖੋ ਜਿਹੜਾ ਸੱਚੇ ਦਿਲ ਵਾਲਾ ਹੈ ਉਹ ਸਦਾ ਹੀ ਸੱਚ ਦੀ ਗੱਲ ਕਰਦਾ ਕਿਉਂਕਿ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਸੱਚੇ ਵੀ ਇੱਥੇ ਰਹਿੰਦੇ ਨੇ ਸੱਚਿਆਂ ਨੇ ਕੀਤੀ ਫਰਿਆਦ ਅਤੇ ਉਸ ਪਰਮੇਸ਼ੁਰ ਵਾਹਿਗੁਰੂ ਨੇ ਫਿਰ ਸੁਣੀ ਅਕਾਲ ਤਖ਼ਤ ਢਾਉਣ ਵਾਲੀ ਇੰਦਰਾ ਗਾਂਧੀ ਦੇ ਕੋਲ ਪਹਿਲਾਂ ਹੀ ਉੱਥੇ ਫਿੱਟ ਨੇ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਅਟੈਕ ਤੋਂ ਪਹਿਲਾਂ ਜਦੋਂ ਇੰਦਰਾ ਗਾਂਧੀ ਬੜੇ ਰੋਹਬ ਦੇ ਨਾਲ ਫੁੰਕਾਰੇ ਮਾਰਦੀ ਸੀ ਅਤੇ ਇੱਕ ਬਚਨ ਕਿਹਾ ਸੀ ਇੰਦਰਾ ਤੇਰਾ ਇਹ ਭੁਲੇਖਾ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਬਚੀ ਰਹੂੰਗੀ ਤੇਰੀਆਂ ਹੀ ਗੋਲੀਆਂ ਦਾ ਮੂੰਹ ਤੇਰੇ ਵੱਲ ਨੂੰ ਹੋ ਜਾਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਤਾਰੂ ਸਿੰਘ ਨੇ ਜਕਰੀਏ ਖਾਨ ਨੂੰ ਸ਼ਹੀਦ ਹੋਣ ਤੋਂ ਪਹਿਲਾਂ ਕਿਹਾ ਸੀ ਜਕਰੀਆ ਧਰਮ ਤੂੰ ਮੇਰਾ ਨਾਸ ਨਹੀਂ ਕਰ ਸਕਦਾ ਖੋਪਰੀ ਤੂੰ ਮੇਰੀ ਲਾਹ ਸਕਦਾ ਹੈ ਪਰ ਨਿਮਰਤਾ ਸੀ ਸਿੱਖ ਵਿੱਚ ਕਹਿੰਦਾ ਜੇ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਇਸ਼ਟ ਗੁਰਦੇਵ ਦਾ ਸਹੀ ਸਿੱਖ ਹੋਇਆ
ਤੈਨੂੰ ਆਪਣੀ ਜੁੱਤੀ ਨਾਲ ਨਰਕਾਂ ਨੂੰ ਤੋੜ ਕੇ ਬਾਅਦ ਵਿੱਚ ਗੁਰੂ ਦੇ ਚਰਨਾਂ ਵਿੱਚ ਜਾਊਂਗਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਖੋਪਰੀ ਲੱਥ ਗਈ, 22 ਦਿਨ ਜੀਂਦਾ ਰਿਹਾ ਤੇ 21 ਦਿਨ ਚੱਕਰੀਏ ਦੇ ਸਿਰ ਵਿੱਚ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਵੱਜਦੀਆਂ ਰਹੀਆਂ ਤੇ ਪਿਸ਼ਾਬ ਦਾ ਜੋ ਬੰਨ ਪਿਆ ਹੋਇਆ ਸੀ ਪਿਸ਼ਾਬ ਆਉਂਦਾ ਰਿਹਾ। ਪਹਿਲਾਂ ਤੇ ਚਮਚੇ ਜਿਹੜੇ ਸੀ ਹੌਲੀ ਹੌਲੀ ਮਾਰਨ ਵੀ ਜਿਹਨੂੰ ਰਾਮ ਆ ਗਿਆ ਤੈਨੂੰ ਜੁੱਤੀਆਂ ਦਾ ਬਦਲਾ ਨਾ ਲੈਣ ਲੱਗ ਪਵੇ, ਪਰ ਜਦੋਂ ਉਹ ਕਵੇ ਵੀ ਛੇਤੀ ਛੇਤੀ ਮਾਰੋ ਮੈਨੂੰ ਤਾਂ ਰਾਮ ਹੀ ਉਹਦੇ ਨਾਲ ਆਉਂਦਾ, ਜ਼ੋਰ ਜ਼ੋਰ ਦੀ ਮਾਰਨ ਤੇ ਜੁੱਤੀਆਂ ਸਾਡੇ ਵਰਗੀਆਂ ਨਹੀਂ ਸੀ ਭਾਈ ਤਾਰੂ ਸਿੰਘ ਦੀਆਂ। ਧੌੜੀ ਦਾ ਜੋੜਾ ਸੀ ਅੱਧੇ ਪੌਣੇ ਕਿਲੋ ਦਾ, ਜਦੋਂ ਛਿੱਤਰ ਸਿਰ 'ਚ ਪਿਆ ਕਰੇ ਦੋ ਚੌਂ ਦਿਨਾਂ ਦੇ ਖੋਪੜ ਖੁੱਲ ਗਿਆ ਗੱਜ ਕੇ ਆਖੋ ਸਤਨਾਮ। 20 ਦਿਨ ਕੁੱਟ ਖਾ ਕੇ 21 ਦਿਨ ਮਰਿਆ ਤੇ 22ਵੇਂ ਦਿਨ ਭਾਈ ਤਾਰੂ ਸਿੰਘ ਕੋਲ ਸਿੰਘ ਜਾਂਦੇ ਨੇ। ਸਤਿਗੁਰੂ ਕੇ ਪਿਆਰਿਓ, ਤੁਹਾਡਾ ਬਚਨ ਸਤ 10ਵੇਂ ਪਾਤਸ਼ਾਹ ਨੇ ਪੂਰਾ ਕੀਤਾ ਹੈ, ਹੁਣ ਕੀ ਆਗਿਆ? ਕਹਿੰਦੇ ਇਹ ਤੋਂ ਇੱਥੇ ਬਦਲਾ ਲੈ ਲਿਆ, ਧਰਮ ਰਾਜ ਦੀ ਕਚਹਿਰੀ ਵਿੱਚ ਵੀ ਹੱਕ ਲੈਣਾ, ਮੈਨੂੰ ਫਤਿਹ ਬੁਲਾਓ। ਇਹ ਹੈ ਸ਼ਹੀਦਾਂ ਦੇ ਤੇ ਸੂਰਮਿਆਂ ਦੇ ਬਚਨ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਬਚਨ ਕੀਤੇ, ਉਹ ਪੂਰੇ ਕੀਤੇ ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ, ਬਾਹਰੋਂ ਨਹੀਂ ਅਸਲਾ ਲੈ ਕੇ ਗਏ। ਤੇਰੀਆਂ ਗੋਲੀਆਂ ਦਾ ਮੂੰਹ ਤੇਰੇ ਵੱਲ ਨੂੰ ਹੋਣਾ, ਸੰਤਾਂ ਦੇ ਬਚਨ ਸੱਚ ਹੋਏ, ਉਹਦੀ ਰਾਖੀ ਵਾਲੀਆਂ ਗੋਲੀਆਂ ਇੰਦਰਾ ਗਾਂਧੀ ਵੱਲ ਨੂੰ ਜਦੋਂ ਹੋਈਆਂ, ਬੇਅੰਤ ਸਿੰਘ ਨੇ ਸਲੂਟ ਮਾਰ ਕੇ ਤੇ ਜਦੋਂ ਪਿਸਟਲ ਨੂੰ ਹੱਥ ਪਾਇਆ ਤੇ ਗੱਲ ਇੱਕ ਹੀ ਇੰਦਰਾ ਗਾਂਧੀ ਦੇ ਮੂੰਹੋਂ ਨਿਕਲੀ ਸੀ, ਬੇਅੰਤ ਯੇ ਕਿਹਾ, ਤੇ ਬੇਅੰਤ ਸਿੰਘ ਨੇ ਕਿਹਾ ਸੀ, ਮੈਡਮ ਅਕਾਲ ਤਖ਼ਤ ਸਾਹਿਬ ਦਾ ਬਦਲਾ ਕਹਿ ਕੇ ਵੱਖੀ ਵਿੱਚ ਦੀ ਪਾੜ ਕਾੜ ਕੱਢੀਆਂ ਤੇ ਆ ਗਿਆ ਸਤਵੰਤ ਸਿੰਘ। ਫਿਰ ਸਤਵੰਤ ਸਿੰਘ ਦੇ ਆਪਣੇ ਕਹਿਣ ਦੀਆਂ ਗੱਲਾਂ ਨੇ ਜਿਹੜੇ ਪਰਿਵਾਰ ਨੂੰ ਦੱਸੀਆਂ। ਕਹਿੰਦਾ ਫਿਰ ਸਾਨੂੰ ਸੀਗਾ ਖਤਰਾ ਵੀ ਇੰਨੇ ਬੁਲਟ ਪਰੂਫ ਜੈਕਟ ਪਾਈ ਹੋਣੀ ਆ। ਕਹਿੰਦਾ ਮੈਂ ਫਿਰ ਧਰਤੀ 'ਤੇ ਗੋਡਾ ਲਾ ਕੇ ਐਨ ਫਿਰ ਜਿੱਦਾਂ ਸੂਤ ਲਾ ਕੇ ਮਿਸਤਰੀ ਮੋਛਾ ਚੀਰਦਾ ਨਾ ਸਾਰੀਆਂ ਗੋਲੀਆਂ, ਫਿਰ ਕਹਿੰਦਾ ਐਨ ਧੁੰਨੀ ਤੋਂ ਲੈ ਕੇ ਧੌਣ ਤੱਕ ਨਿਗਾਈਆਂ ਗੱਜ ਕੇ ਆਖੋ ਸਤਨਾਮ। ਅਤੇ ਉਸ ਵੇਲੇ ਫਿਰ ਜਦੋਂ ਹਸਪਤਾਲ ਲੈ ਕੇ ਗਏ ਤਾਂ ਸੋਨੀਆ ਗਾਂਧੀ ਮਗਰ ਗਈ ਸੀ, ਡਾਕਟਰਾਂ ਨੂੰ ਕਹਿੰਦੀ ਸੀ ਮਾੜਾ ਮੋਟਾ ਇਹਨੂੰ ਸਿਉਂ ਕੇ ਓਪਰੇਸ਼ਨ ਕਰਕੇ ਮਾੜੀ ਮੋਟੀ ਬੈਠਣ ਜੋਗੀ ਕਰ ਦਿਓ, ਬੈਠੀ ਰਾਜ ਕਰੀ ਜਾਏ। ਅਤੇ ਉਸ ਵੇਲੇ ਡਾਕਟਰ ਨੇ ਇਹ ਆਖਿਆ ਸੀ ਵੀ ਬੀਬਾ ਅਸੀਂ ਕੀ ਕਰ ਸਕਦੇ ਹਾਂ, ਫੁੱਟਬਾਲ ਦੀ ਗਰਾਊਂਡ ਜਿੰਨੇ ਥਾਂ 'ਚ ਖਿਲਾਰੀ ਪਈ ਹੈ ਕਿੰਨੇ ਕੁ ਸੀਨ ਦਿਆਂਗੇ, ਗੱਜ ਕੇ ਆਖੋ ਸਤਨਾਮ। ਸਿੰਘਾਂ ਦੇ ਹੱਥੋਂ ਨਹੀਂ ਫਿਰ ਵੱਜਦਾ ਹੁੰਦਾ ਕੋਈ ਖਾਲਸਾ ਜੀ। ਇੰਦਰਾ ਗਾਂਧੀ ਦਾ ਮੀਟਰ ਗੁਰੂ ਕੇ ਸਿੱਖਾਂ ਨੇ ਪੜ੍ਹ ਦਿੱਤਾ, ਗੁਰੂ ਕੇ ਸਿੱਖ ਜਿਹੜੇ ਨੇ ਜਦੋਂ ਕਿਸੇ ਮਕਾਨ ਦੀਆਂ ਬੱਤੀਆਂ ਬੁਝਾਉਣੀਆਂ ਹੋਣ ਅਤੇ ਉਸ ਵੇਲੇ ਇਕੱਲਾ ਇਕੱਲਾ ਸੁੱਚ ਨਹੀਂ ਲੱਭਣ ਦੀ ਲੋੜ ਹੁੰਦੀ, ਖਾਲਸਾ ਜਿਹੜਾ ਸਿਆਣਾ ਬੰਦਾ ਕਹਿੰਦਾ ਇਹਦਾ ਮੇਨ ਸੁੱਚ ਹੀ ਚੱਕ ਦਿਓ। ਇਹ ਗੁਰੂ ਕੇ ਪਿਆਰੇ ਸ਼ੇਰਾਂ ਦੀ ਕੌਮ ਜਿਹਨੂੰ ਖਿਤਾਬ ਮਿਲਿਆ ਹੈ, ਇਹ ਵੀ ਸ਼ੇਰ ਦਾ ਸੁਭਾਅ ਅਤੇ ਜਦੋਂ ਕੁੱਤੇ ਦੇ ਸੁਭਾਅ 'ਚ ਫਰਕ ਹੈ ਨਾ, ਕੁੱਤੇ ਨੂੰ ਸੋਟੀ ਮਾਰੋ ਸੋਟੀ ਨੂੰ ਪੈਂਦਾ, ਸ਼ੇਰ ਵੱਲ ਨੂੰ ਸੋਟੀ ਕਰੋ ਤਾਂ ਸੋਟੀ ਮਾਰਨ ਵਾਲੇ ਨੂੰ ਪੈਂਦਾ ਹੈ, ਗੁਰੂ ਕੇ ਸਿੱਖ ਫੌਜ ਨੂੰ ਨਹੀਂ। ਕਿਉਂਕਿ ਫੌਜ ਦੇ ਨਾਲ ਤਾਂ ਗੁਰੂ ਕੇ ਸਿੰਘਾਂ ਨੇ ਨਿਬੜ ਲਈ, ਕਹਿੰਦੇ ਹੁਣ ਬਾਕੀ ਬਚੇ ਫੌਜੀ ਉਹਨਾਂ ਵੱਲ ਫੇਰ ਦੇਖਾਂਗੇ, ਪਹਿਲਾਂ ਫੌਜ ਭੇਜਣ ਵਾਲੀ ਨੂੰ ਸਾਂਭ ਲਈਏ, ਸੋਧ ਲਈ। ਇਹ ਤੋਂ ਦੂਜੇ ਨੰਬਰ 'ਤੇ ਆ ਗਿਆ ਜਨਰਲ ਵੈਦਿਆ, ਜਿਹੜਾ ਰਿਟਾਇਰ ਹੋ ਕੇ ਗੁਰੂ ਕੇ ਸਿੱਖੋ ਪੂਨੇ ਦੇ ਵਿੱਚ ਕੋਠੀ ਪਾ ਕੇ ਉੱਥੇ ਬੈਠਾ ਹੈ। ਸਤਿਗੁਰੂ ਕੇ ਪਿਆਰੇ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੂੰ ਮਥੁਰਾ ਸਿੰਘ ਨੈਵੀਗੇਸ਼ਨ ਸੀ ਉਸ ਵੇਲੇ ਕਮਾਂਡੋ ਫੋਰਸ ਵਾਲਿਆਂ ਦਾ ਨੈਵੀਗੇਸ਼ਨ, ਖਾਲਸਾ ਜੀ ਜਿੱਦਾਂ ਨੈਵੀਗੇਸ਼ਨ ਦੇ ਵਿੱਚ ਪੋਸਟ ਕੋਡ ਪਾ ਦਿਓ ਨਾ ਤਾਂ ਉਹ ਤੁਹਾਨੂੰ ਜਿੱਥੋਂ ਤੁਰਨਾ ਉੱਥੋਂ ਅਖੀਰ ਤੱਕ ਸਾਰਾ ਰਸਤਾ ਦਿਖਾ ਦਿੰਦਾ ਵੀ ਇੱਥੇ ਇੱਥੇ ਦੀ ਮੋੜ ਆਉਣੇ ਨੇ, ਇੱਦਾਂ ਦਾ ਜਾਣਾ, ਇੰਨੀ ਟ੍ਰੈਫਿਕ ਆ ਰਾਹ ਦੇ ਵਿੱਚ। ਉਹ ਭਾਈ ਮਥੁਰਾ ਸਿੰਘ ਨੈਵੀਗੇਸ਼ਨ ਸੀ ਕਮਾਂਡੋ ਫੋਰਸਾਂ ਨੇ ਨਕਸ਼ਾ ਖਿੱਚ ਕੇ ਲੈਣ ਕੇ ਉਹਨਾਂ ਦਿੱਤਾ ਪੂਨੇ ਰਹਿੰਦਾ ਇਸ ਥਾਂ 'ਤੇ ਹੈ। ਕਹਿੰਦੇ ਅਸੀਂ ਫਿਰ ਨੈਵੀਗੇਸ਼ਨ ਦੇ ਹਿਸਾਬ ਦੇ ਨਾਲ ਉੱਥੇ ਗਏ, ਜਾ ਕੇ ਦਰਵਾਜ਼ਾ ਕੀਤਾ ਅਤੇ ਉਸ ਵੇਲੇ ਉਹ ਕਹਿੰਦਾ ਵੀ ਘਰ ਹੈ ਨਾ। ਫਿਰ ਜਦੋਂ ਕਿਤੇ ਕਹਿੰਦਾ ਉਹਦੀ ਕਾਰ ਦੇਖੀ, ਅਸੀਂ ਗਏ ਤਾਂ ਸਾਡੇ ਕੋਲ ਬਾਟਾ ਹੈ ਨਾ ਜਿਹਦੇ 'ਚੋਂ ਪ੍ਰਸ਼ਾਦ ਦੇਣਾ ਸੀ ਇਹਨੂੰ। ਕਹਿੰਦਾ ਅਸੀਂ 2 ਦਿਨ ਬਾਅਦ ਵਿੱਚ ਗਏ ਅਤੇ ਫਿਰ ਜਦੋਂ ਦਰਵਾਜ਼ਾ ਖੜਕਾਇਆ, ਜਦੋਂ ਬਾਟਾ ਲੈ ਕੇ ਗਏ, ਉਹ ਜਦੋਂ ਦਰਵਾਜ਼ਾ ਖੜਕਾਇਆ ਉਸ ਦਰਵਾਜ਼ੇ ਘਰੋਂ ਬੰਦਲਾ ਹੋਰ ਨਿਕਲਿਆ। ਉਹ ਸਾਡੀ ਨਾ ਬੋਲੀ ਸਮਝੇ ਸੀ, ਉਹਦੀ ਨਾ ਸਮਝੀਏ, ਉਹਨੂੰ ਪੁੱਛਿਆ, ਉਹਨੇ ਇਸ਼ਾਰਾ ਕਰਕੇ ਦੱਸਿਆ ਵੀ ਉਹ ਸੜਕ ਤੋਂ ਦੂਸਰੇ ਪਾਸੇ ਨਵੀਂ ਕਲੋਨੀ ਬਣੀ ਆ, ਉੱਧਰ ਆ ਉਹ ਰਹਿੰਦਾ। ਅਸੀਂ ਕਹਿੰਦਾ ਉੱਧਰ ਗਏ ਤਾਂ ਬਾਟਾ ਸਾਡੇ ਕੋਲ ਸੀ। ਕਾਹਦਾ ਬਾਟਾ? ਜਿਹੜੀਆਂ ਗੋਲੀਆਂ ਹਰਿਮੰਦਰ ਸਾਹਿਬ ਚੜ੍ਹਾਈਆਂ, ਹਰਿਮੰਦਰ ਸਾਹਿਬ ਆਪਾਂ ਦੇਗ ਕਰਾਉਂਦੇ ਹਾਂ, ਅੱਧੀ ਉਹ ਸ੍ਰੀ ਸਾਹਿਬ ਭੇਟ ਕਰਕੇ ਭੋਗ ਲਵਾ ਕੇ ਅੱਧੀ ਦੇਗ ਕੱਢ ਲੈਂਦੇ ਨੇ, ਅੱਧੀ ਕਹਿੰਦੇ ਜਿਹੜੇ ਤੇਰੇ ਪਰਿਵਾਰ ਦੇ ਜੀ ਰਿਸ਼ਤੇਦਾਰ ਨਹੀਂ ਆ ਸਕੇ ਉਹਨਾਂ ਤੱਕ ਵਰਤਾ ਦੀ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਚੜ੍ਹਾਇਆ ਗੋਲੀਆਂ ਦਾ ਪ੍ਰਸ਼ਾਦ, ਗੁਰੂ ਗ੍ਰੰਥ ਸਾਹਿਬ ਨੇ ਛਕੀਆਂ, ਗੁਰੂ ਕੇ ਸਿੰਘਾਂ ਨੇ, ਗੁਰੂ ਕੀਆਂ ਸੰਗਤਾਂ ਨੇ, ਗੁਰੂ ਕੇ ਬੱਚਿਆਂ ਨੇ ਉਹ ਗੋਲੀਆਂ ਛਕੀਆਂ, ਪਰ ਜਿਹੜੀਆਂ ਬਚੀਆਂ ਹੋਈਆਂ ਸੀ ਭਾਈ ਮੋੜਨੀਆਂ ਵੀ ਸੀ। ਫੌਜਾਂ ਨੂੰ ਤਾਂ ਉੱਥੇ ਹੀ ਨਾਲ ਨਾਲ ਮੋੜਦੇ ਰਹੇ, ਗੁਰੂ ਕੇ ਪਿਆਰੇ ਬੜੀਆਂ ਢੇਰੀਆਂ ਲਾਈਆਂ ਉਹਨਾਂ ਦੀਆਂ। ਮਹਾਂਪੁਰਖਾਂ ਨੇ ਕਿਹਾ ਸੀ ਵੀ ਸਿੱਖ ਨਾ ਆਇਓ,
ਇੱਕ ਲੱਖ ਟੋਪੀ ਪਰਕਰਮਾ ਦੇ ਬਾਅਦ ਢੇਰੀ ਕਰ ਦਿਆਂਗਾ ਤੇ ਕਰ ਵੀ ਦਿੱਤੀ ਉਹਨਾਂ ਨੇ ਗੁਰਮੁਖ ਪਿਆਰਿਓ ਤੇ ਸਿੰਘ ਕਹਿੰਦੇ ਸੀ ਬਾਬਾ ਜੀ ਉਦੋਂ ਬਾਅਦ ਕਹਿੰਦੇ ਬਾਅਦ ਦੇ ਵਿੱਚ ਆ ਨੌਜਵਾਨਾਂ ਦੀ ਮਰਜ਼ੀ ਆ ਇਹ ਸੰਭਾਲਣ ਕੌਮ ਸੰਭਾਲੇ ਜਿੰਨੀ ਸਾਡੀ ਜ਼ਿੰਮੇਵਾਰੀ ਆ ਅਸੀਂ ਕਾਰਜ ਕਰਾਂਗੇ ਰਹੋ ਵਿਚਾਰ ਉਹ ਬਚੀਆਂ ਹੋਈਆਂ ਗੋਲੀਆਂ ਪਾਈਆਂ ਵੇ ਗੁਰੂ ਕੇ ਸਿੱਖਾਂ ਨੇ ਬਾਟੇ ਵਿੱਚ ਅਤੇ ਪਿੰਡਾਂ ਪਿੰਡਾਂ ਦੇ ਸ਼ਹਿਰਾਂ ਸ਼ਹਿਰਾਂ ਵਿੱਚੋਂ ਦੋਸ਼ੀ ਲੱਭ ਕੇ ਅਤੇ ਇੰਦਰਾ ਗਾਂਧੀ ਨੂੰ ਬੈਂਤ ਸਿੰਘ ਸਤਵੰਤ ਸਿੰਘ ਨੇ ਬਚਿਆ ਪ੍ਰਸ਼ਾਦ ਦਿੱਤਾ ਅਤੇ ਜਨਰਲ ਵੈਦਿਆ ਕਹਿੰਦੇ ਸਾਡੇ ਕੋਲ ਬਾਟਾ ਸੀ ਅਸੀਂ ਕਹਿੰਦਾ ਉਸ ਕਲੋਨੀ ਵਿੱਚ ਜਾ ਪਹੁੰਚੇ ਜਦੋਂ ਦੋ ਗੇੜੇ ਕੱਢੇ ਅਤੇ ਸਾਨੂੰ ਕਹਿੰਦਾ ਇਹਦੀ ਕਾਰ ਦੀ ਨੰਬਰ ਪਲੇਟ ਸਾਡੇ ਪਛਾਣ ਵੇ ਸੀ ਇੱਕ ਘਰ ਦੇ ਕੋਠੀ ਦੇ ਬਾਹਰ ਖੜੀ ਹੋਈ ਕਾਰ ਪਛਾਣੀ ਗਈ ਇਹ ਗੱਲਾਂ ਉਹਨਾਂ ਨੇ ਆਪਣੀਆਂ ਚਿੱਠੀਆਂ ਵਿੱਚ ਲਿਖੀਆਂ ਨੇ ਮੈਂ ਕੋਈ ਨਾਵਲ ਨਹੀਂ ਸੁਣਾ ਰਿਹਾ ਉਹ ਗੁਰੂ ਕੇ ਪਿਆਰਿਆਂ ਨੇ ਆਪਣੇ ਹੱਥੀਂ ਜੋ ਲਿਖਿਆ ਇਤਿਹਾਸ ਉਹ ਆਪ ਜੀ ਨੇ ਸਭ ਨੇ ਸੁਣਿਆ ਹੈ ਮੈਂ ਤਾਂ ਤੁਹਾਨੂੰ ਯਾਦ ਹੀ ਕਰਾਉਣਾ ਹੈ ਉਹ ਥਰਮੋਸ ਬੋਤਲਾਂ ਦੇ ਵਿੱਚ ਮਿਲਣ ਗਏ ਮਾਪਿਆਂ ਨੂੰ ਉਹ ਚਿੱਠੀਆਂ ਭੇਜ ਭੇਜ ਕੇ ਦੇ ਬਾਹਰ ਪਹੁੰਚਾਈਆਂ ਨੇ ਗੁਰੂ ਕੇ ਸਿੱਖ ਕਹਿੰਦੇ ਸੀ ਜਦੋਂ ਉੱਥੇ ਪਹੁੰਚੇ ਇਹਦੀ ਕਾਰ ਪਛਾਣੀ ਗੇੜਾ ਦਿੱਤਾ ਦੂਸਰੇ ਗੇੜੇ ਇਹਦਾ ਬਾਡੀਗਾਰਡ ਬੰਦੂਕ ਲੈ ਕੇ ਬਾਹਰ ਨਿਕਲਿਆ ਸਾਨੂੰ ਹੋਰ ਹੌਂਸਲਾ ਆ ਗਿਆ ਵੀ ਪ੍ਰਸ਼ਾਦ ਛਕਣ ਵਾਲੇ ਤਿਆਰ ਨੇ ਬਸ ਹੁਣ ਗਰਮੀ ਕਰਨ ਦੀ ਲੋੜ ਹੈ ਗੁਰੂ ਕੇ ਸਿੱਖੋ ਦੂਸਰੇ ਗੇੜੇ ਕਹਿੰਦਾ ਸੀ ਥੋੜ੍ਹੇ ਜਿਹੇ ਅਟ ਕੇ ਜਨਰਲ ਵੈਦਿਆ ਅਤੇ ਇਹਦੇ ਘਰ ਵਾਲੀ ਇਹ ਨਿਕਲ ਕੇ ਕਾਰ ਵਿੱਚ ਬੈਠੇ ਪੂਨੇ ਸ਼ਹਿਰ ਵਿੱਚ ਪਹੁੰਚੇ ਇਹਨਾਂ ਨੇ ਕੁਝ ਕੱਪੜਾ ਜਾਂ ਲੋੜੀਂਦੀਆਂ ਵਸਤਾਂ ਕੁਝ ਖਰੀਦੀਆਂ ਉਹਨਾਂ ਤੋਂ ਬਾਅਦ ਇਹ ਵਾਪਸ ਘਰ ਨੂੰ ਆਉਂਦਿਆਂ ਹੋਏ ਇੱਕ ਸਬਜ਼ੀ ਦੀ ਦੁਕਾਨ ਦੇ ਉੱਤੇ ਜਾ ਕੇ ਅੰਦਰ ਵੜੇ ਜਦੋਂ ਇਹ ਅੰਦਰ ਵੜੇ ਅਸੀਂ ਕਹਿੰਦਾ ਸਾਡੇ ਮੋਟਰਸਾਈਕਲ ਦੀ ਕਿੱਕ ਖਰਾਬ ਸੀ ਅਤੇ ਅਸੀਂ ਉਸ ਦੁਕਾਨ ਦੇ ਮੂਹਰੇ ਮੋਟਰਸਾਈਕਲ ਜਾ ਖੜਾ ਕੀਤਾ ਅਤੇ ਸਟਾਰਟ ਹੀ ਸੀ ਪਾਰਕਿੰਗ ਵਾਲਾ ਆ ਗਿਆ ਉਹ ਕਹਿੰਦਾ ਭਾਈ ਜਵਾਨੋ ਜਾਂ ਮੋਟਰਸਾਈਕਲ ਬੰਦ ਕਰ ਲਓ ਅਤੇ ਨਹੀਂ ਤਾਂ ਇੱਥੋਂ ਇਹਨੂੰ ਪਰੇ ਕਰ ਲਓ ਜਾਂ ਪਾਰਕ ਕਰ ਦਿਓ ਕਹਿੰਦੇ ਨਾ ਪਾਰਕ ਕਰਨਾ ਨਾ ਪਰੇ ਜਾਣਾ ਉਹ ਕਹਿੰਦਾ ਮੈਂ ਫਿਰ ਗੇੜਾ ਦੇ ਕੇ ਆਉਣਾ ਜੇ ਮੇਰੇ ਆਉਂਦੇ ਨੂੰ ਦੁਬਾਰਾ ਇੱਥੇ ਹੋਏ ਤਾਂ ਮੈਂ ਜੁਰਮਾਨੇ ਦੀ ਪਰਚੀ ਦਊਂਗਾ ਚਲਾਣ ਕੱਟੂੰਗਾ ਇਹ ਕਹਿੰਦੇ ਕੋਈ ਗੱਲ ਨਹੀਂ ਇੰਨੇ ਨੂੰ ਜਨਰਲ ਵੈਦਿਆ ਅਤੇ ਇਹਦੇ ਘਰ ਵਾਲੀ ਅੰਦਰ ਸਬਜ਼ੀ ਵੱਲ ਪਹੁੰਚੇ ਅਤੇ ਭਾਣਾ ਵਰਤਣਾ ਸੀ ਕਿਉਂਕਿ ਇਹਦੇ ਸਾਹ ਥੋੜ੍ਹੇ ਰਹਿੰਦੇ ਸਨ ਅਤੇ ਕੁਦਰਤੀ ਹੈ ਜਦੋਂ ਕਿਤੇ ਆਪਣੇ ਵੀ ਘਰਾਂ ਦੇ ਵਿੱਚੋਂ ਵਾਹਿਗੁਰੂ ਨਾ ਕਰੇ ਕੋਈ ਬਜ਼ੁਰਗ ਸਿਆਣਾ ਕਈ ਵਾਰੀ ਮਾਤਾ ਜਾਂ ਬਜ਼ੁਰਗ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਜਾਂਦੇ ਨੇ ਅਤੇ ਕੁਦਰਤੀ ਹੈ ਕਿ ਆਖਰੀ ਦਿਨਾਂ ਦੇ ਵਿੱਚ ਜਿਹੜਾ ਮਤ ਦੇ ਉੱਤੇ ਜੇ ਕੋਈ ਫਰਕ ਪੈ ਜਾਵੇ ਤਾਂ ਪੁਰਾਣੀਆਂ ਗੱਲਾਂ ਕਰਨ ਲੱਗ ਪੈਂਦੇ ਨੇ ਜਿਹੜੇ ਸਰੀਰ ਘਰ ਵਿੱਚੋਂ ਜਾ ਚੁੱਕੇ ਹੁੰਦੇ ਨੇ ਅਫਸੋਸ ਤੇ ਕਈ ਵਾਰਾਂ ਦਾਸ ਨੂੰ ਇਹ ਗੱਲਾਂ ਸੁਣਨ ਨੂੰ ਮਿਲੀਆਂ ਨੇ ਕਿ ਜੀ ਉਹ ਵੱਡਿਆਂ ਦੀਆਂ ਗਿਆ ਹੋਇਆਂ ਦੀਆਂ ਗੱਲਾਂ ਪਤਾ ਨਹੀਂ ਕਾਹਤੋਂ ਕਰਦੇ ਸੀ ਪਰ ਸਮਾਂ ਜਦੋਂ ਨੇੜੇ ਆ ਜਾਂਦਾ ਵਾਹਿਗੁਰੂ ਜਾਣੇ ਕਿਉਂ ਗੱਲਾਂ ਹੁੰਦੀਆਂ ਨੇ ਅੱਜ ਜਰਨਲ ਵੈਦਿਆ ਘਰ ਵਾਲੀ ਦੇ ਨਾਲ ਸਬਜ਼ੀ ਖਰੀਦਣ ਵਾਸਤੇ ਅੰਦਰ ਵੜਿਆ ਘਰ ਵਾਲੀ ਨੇ ਕਰੇਲਿਆਂ ਵੱਲ ਨੂੰ ਇਸ਼ਾਰਾ ਕੀਤਾ ਆਹ ਜਿਹੜੇ ਵੱਡੇ ਕਰੇਲੇ ਹੁੰਦੇ ਨੇ ਇਹਨਾਂ ਵੱਲ ਨੂੰ ਇਸ਼ਾਰਾ ਕੀਤਾ ਕਰੇਲੇ ਲੈ ਲਈਏ ਜੀ ਇਹ ਗਰਮ ਹੁੰਦੇ ਨੇ ਅਤੇ ਇਹ ਮੋਹਰੋਂ ਕਹਿਣ ਲੱਗਾ ਵੀ ਨਹੀਂ ਇਹ ਨਹੀਂ ਮੇਰਾ ਜੀ ਕਰਦਾ ਇਹ ਹੈਂਡ ਗਰਨੇਡ ਜਿਹਾ ਕਿਉਂਕਿ ਜਿਹੜਾ ਕੰਮ ਕਰਦਾ ਹੋਵੇ ਕੋਈ ਉੱਦਾਂ ਦੀ ਉਦਾਹਰਨ ਦਿੰਦਾ ਇਹ ਕਹਿੰਦਾ ਹੈਂਡ ਗਰਨੇਡ ਜਿਹਾ ਲੱਗਦੇ ਦੇਖਣ ਨੂੰ ਮੈਨੂੰ ਉਹਨਾਂ ਤੋਂ ਡਰ ਲੱਗਦਾ ਰਹਿਣ ਤਾਂ ਕਈ ਵਾਰੀ ਇਹ ਹੱਥ 'ਚ ਵੀ ਚੱਲ ਜਾਂਦੇ ਹੁੰਦੇ ਹੈਂਡ ਗਰਨੇਡ ਉਹ ਕਹਿਣ ਲਈ ਕਿੱਦਾਂ ਦੀਆਂ ਗੱਲਾਂ ਕਰਦੇ ਤੁਸੀਂ ਉਹ ਗਾਂ ਚੱਪਣ ਕੱਦੂਆਂ ਕੋਲ ਗਈ ਕਹਿੰਦੀ ਜੀ ਆਹ ਹਰੀ ਸਬਜ਼ੀ ਹੈ ਆਹ ਕੱਦੂ ਲੈ ਲੈਂਦੇ ਕਹਿੰਦਾ ਇਹ ਮਾਈਨ ਬੰਬ ਜਿਹਾ ਲੱਗਦੇ ਜਿਹੜੇ ਉੱਥੇ ਟੋਆ ਕੱਢ ਕੇ ਦੱਬੇ ਹੋਏ ਹੁੰਦੇ ਜਦੋਂ ਉੱਤੇ ਦੁਸ਼ਮਣ ਆਵੇ ਤਾਂ ਭਾਰ ਦੇ ਨਾਲ ਚੱਲ ਜਾਂਦੇ ਕਹਿੰਦਾ ਮਾਈਨਰ ਬੰਬ ਜਿਹਾ ਲੱਗਦੇ ਇਹ ਵੀ ਰਹਿਣ ਦੇ ਉਹ ਗਾਂ ਘੀਏ ਕੱਦੂ ਜਿਹੜੇ ਲੰਮੇ ਹੁੰਦੇ ਨੇ ਤੂੰਬੇ ਵੀ ਜਿਹਨਾਂ ਨੂੰ ਕਈ ਵਾਰੀ ਕਹਿੰਦਾ ਕਹਿੰਦੇ ਆਪਾਂ ਆਹ ਲੈ ਲਈਏ ਹਰੀ ਸਬਜ਼ੀ ਤਾਂ ਚਾਹੀਦੀ ਆ ਕਹਿੰਦਾ ਇਹ ਮੈਨੂੰ ਤੋਪਾਂ ਦੇ ਗੋਲੇ ਲੱਗਦੇ ਆ ਡਰ ਇਹਨਾਂ ਤੋਂ ਵੀ ਲੱਗਦਾ ਕੋਈ ਹੋਰ ਚੀਜ਼ ਲੈ ਲਾ ਕਹਿੰਦੀ ਭਿੰਡੀਆਂ ਲੈ ਲਾ ਕਹਿੰਦਾ ਇਹ 3x3 ਦੀਆਂ ਗੋਲੀਆਂ ਲੱਗਦੀਆਂ ਨੇ ਇਹਨਾਂ ਤੋਂ ਵੀ ਡਰ ਲੱਗਦਾ ਹੈ ਕਹਿੰਦੀ ਵੀ ਹੁਣ ਕੁਛ ਲੈਣਾ ਵੀ ਹੈ ਕਿਉਂ ਅੱਜ ਤੁਸੀਂ ਹਥਿਆਰਾਂ ਦੀਆਂ ਅਤੇ ਮਰਨ ਵਾਲੀਆਂ ਗੱਲਾਂ ਕਰਦੇ ਹੋ ਕੁਝ ਨਾ ਕੁਝ ਤਾਂ ਲਓ ਖੈਰ ਇਹਨਾਂ ਨੇ ਜੋ ਚਾਹੀਦਾ ਸੀ ਆਪਣੇ ਝੋਲੇ ਵਿੱਚ ਪਾਇਆ ਅਤੇ ਆਪਣੀ ਕਾਰ ਵੱਲ ਨੂੰ ਤੁਰੇ ਜਦੋਂ ਇਹਨਾਂ ਨੂੰ ਤੁਰਿਆਂ ਜਾਂਦਿਆਂ ਨੂੰ ਖਾਲਸਾ ਜੀ ਦੇਖਿਆ ਕਿ ਗੁਰੂ ਕੇ ਸਿੱਖੋ ਆਪਣਾ ਵੀ ਕੋਈ ਦੁਸ਼ਮਣ ਜਿਹੜਾ ਹੋਵੇ ਜਿੰਨਾ ਲੱਗਦੀ ਹੋਵੇ ਆਪਣੀਆਂ ਅੱਖਾਂ ਸਾਹਮਣੇ ਦੇ ਲੰਘੇ ਦੇ ਖੂਨ ਖੋਲ ਜਾਂਦਾ ਹੈ ਉਹ ਹਰਿਮੰਦਰ ਸਾਹਿਬ 'ਤੇ ਫੌਜਾਂ ਭੇਜਣ ਵਾਲਾ ਮੁੱਖ ਦੋਸ਼ੀ ਫੌਜਾਂ ਨੂੰ ਹੁਕਮ ਦੇਣ ਵਾਲਾ ਮੁੱਖ ਦੋਸ਼ੀ ਜਦੋਂ ਅੱਖਾਂ ਦੇ ਸਾਹਮਣੇ ਸੀ ਤਾਂ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜੀ ਦਰਬਾਰ ਸਾਹਿਬ ਦੀ ਜੋ ਇਹਨਾਂ ਨੇ ਦੇਖਿਆ ਸੀ ਉਹ ਫਿਲਮ ਆਈ ਉਹ ਇਹਨਾਂ ਦੇ ਅੱਖਾਂ ਦੇ ਸਾਹਮਣੇ ਫਿਲਮ ਆ ਰਹੀ ਹੈ ਅਤੇ ਜਰਨਲ ਵੈਦਿਆ ਅਤੇ ਇਹਦੇ ਘਰ ਵਾਲੀ ਅਤੇ ਬਾਡੀਗਾਰਡ ਨੂੰ ਦੇਖ ਕੇ ਹਰਜਿੰਦਰ ਸਿੰਘ ਜਿੰਦਾ ਅਤੇ ਸਿੰਘਦੇਵ ਸਿੰਘ ਸੁੱਖਾ ਆਪਸ ਵਿੱਚ ਹੀ ਜੋ ਗੱਲਾਂ ਕਰਦੇ ਨੇ ਉਸ ਵੇਲੇ ਦਾ ਵਾਤਾਵਰਨ ਹੇ ਇਉਂ ਬੇਨਤੀ ਕੀਤੀ ਜਾ ਰਹੀ ਜੀ ਇਹ ਜਿੰਦਾ ਕਹਿੰਦਾ ਸੁੱਖਿਆ ਹੁਣ ਹੋ ਜਾ ਤੁਰਤ ਤਿਆਰ ਜਿਹਨੂੰ ਲੱਭ ਦੇ ਫਿਰ ਦੇ ਦੇਰ ਦੇ ਅੱਜ ਸਾਵੇਂ ਖੜਾਈ ਸ਼ਿਕਾਰ
लगे बैठने ने विचकार जिन्हें हमला कर दरबार उते दिते सिख ने बदोचे मारे ढाके तख्त अकाल नू साडे सिर ते चढ़ाया पारे हिम्मत दर्शन सच्चे बादशाह आज कर लौड़ा कौम दा सिर तो पार एहो दुश्मने है सिख कौम दा आते इंदरा दा वफादार कवचा इंदरा डैन दा इन्हें कीता अत्याचार भेजी फौज श्री दरबार ते सारी संगत बच्चे बच्चिया जख्मी तड़फ दे कोई लवे नो ना दी सारे वेखण जे कोई सैकदा ओनू दें दे गोली मारे तोपा टेंका लग उगला चुके उथे कीता तूआ तारे तोशा खान साड़िया हर तग दे पखण अंग यार इने कैर गुजारे कौम ते आके विच सी इस हंकार वाजा वालड़े गुरां दी मेरा जो है सच्ची सरकार आज सेवक मालिए इनू मारे बुलाइए पार पतड़ी जागो वाले गोणगे साडी लिख के शहीली वार साडी लिख के सतगुरु के प्यारिया ने आपस में सारा नक्शा हरिमंदर साहब का अपनी अखां के सामने किया अखां के सामने करके बह के कार च तुरे तो हरजिंदर सिंह जिंदा चला रहा सी कहिंदा भी सुखिया अज ये सेवा आपां कमाउणी मौके बार बार हाथ नहीं आना समा जेड़ा ये बाटे विच प्रसाद आ जे सारा ही इहनू छका ही देना इहने कार स्टार्ट की बाजार विचों हौली हौली तुरिया सिंह हौली हौली ये मगर गए शहर चों बाहर निकलिया इहने फुल स्पीड की सिंह फुल स्पीड ते इहदे मगर मगर गए ते राह विच इहदे घर तों पहला एक आउंदा सी उत्थे मोड़ सड़क दे उत्ते मोड़ आउंदा सी ते उस मोड़ दे उत्ते ये गल भाई मथुरा सिंह दे डैडी जी जिहड़े सड़क देख के आए थे इंग्लैंड में सानू दसी उन्होंने कहिंदे मैं भी वह देख के आया वो उत्थों तेज कार मोड़ ही नहीं सी सकदी ते भाई हरविंदर सिंह सी उहदा नाम पर मथुरा दे विच रहिंदे सी मथुरा चों सेवा करन वास्ते आया करके उहदा नाम भाई मथुरा सिंह इन्होंने पा लिया उन्होंने डैडी जी दीआं दसण दीआं गल्लां क्योंकि परिवारां समेत गुरु के प्यारे गुरमुखां ने सेवावां कीतीआं हन ते परिवारां नूं भी बड़ियां तंगियां आईआं हन सतगुरु सच्चे पातशाह महाराज रहमत करन उस वेले उस मोड़ दे उत्ते जदों कार गई ते जिंदा कहिंदा सुखिया करदे आं बराबर
ਕਹਿੰਦਾ ਜੇ ਆਹ ਮੋੜ ਲੰਘ ਗਿਆ ਤੇ ਫੇਰ ਨਹੀਂ ਹੱਥ ਆਉਣਾ ਇਹਨੇ ਹੁਣ ਕਰਦੇ ਬਰਾਬਰ। ਉਹਨੇ ਕਾਰ ਹੌਲੀ ਕੀਤੀ, ਇਹਨਾਂ ਨੇ ਤੇਜ਼ ਕੀਤੀ, ਕਾਰ ਬਰਾਬਰ ਕਰਕੇ ਉਹਦੇ ਸ਼ੀਸ਼ੇ ਦੇ ਕੋਲ। ਜਿਸ ਵੇਲੇ ਸੁਖਦੇਵ ਸਿੰਘ ਸੁੱਖੇ ਨੇ ਉਹ ਬਾਟਾ ਕੱਢਿਆ, ਜਿਹੜੇ ਬਾਟੇ ਵਿੱਚੋਂ ਅਰਜਨ ਦਾਸ ਨੂੰ ਪ੍ਰਸ਼ਾਦ ਛਕਾਇਆ ਸੀ ਦਿੱਲੀ ਵਿੱਚ, ਜਿਹੜੇ ਬਾਟੇ ਵਿੱਚੋਂ ਲਲਿਤ ਮਾਕਨ ਨੂੰ ਦਿੱਲੀ ਦੇ ਵਿੱਚ ਸਿੱਖ ਮਰਵਾਉਣ ਵਾਲੇ ਪਾਪੀ ਦੋਸ਼ੀ ਨੂੰ ਜ਼ਿੰਮੇਵਾਰ ਨੂੰ ਪ੍ਰਸ਼ਾਦ ਛਕਾਇਆ ਸੀ, ਉਹੀ ਬਾਟਾ ਡੱਬ ਵਿੱਚੋਂ ਕੱਢਿਆ ਅਤੇ ਜਰਨਲ ਵੈਦਿਆ ਦੀ ਪੁੜਪੜੀ ਦੇ ਵਿੱਚ ਤਿੰਨ ਗੋਲੀਆਂ ਜਦੋਂ ਮਾਰੀਆਂ, ਇੱਕ ਗੋਲੀ ਇਹਦੇ ਸਿਰ ਵਿੱਚੋਂ ਦੀ ਲੰਘ ਕੇ ਇਹਦੀ ਘਰਵਾਲੀ ਦੇ ਬਾਂਹ ਦੇ ਉੱਤੇ ਲੱਗੀ, ਇਹਦੇ ਨੱਕ ਵਿੱਚੋਂ ਲਹੂ, ਇਹਦੀਆਂ ਅੱਖਾਂ ਵਿੱਚੋਂ ਲਹੂ, ਵੈਦਿਆ ਦੇ ਕੰਨਾਂ ਵਿੱਚੋਂ ਲਹੂ ਜਦੋਂ ਨਿਕਲਿਆ। ਵਾ ਸਕਿੰਟਾਂ ਦੀ ਖੇਡ ਸੀ, ਗੁਰੂ ਕੇ ਪਿਆਰੇ ਉਡਾਰ ਹੋ ਗਏ। ਇਹਦੀ ਕਾਰ ਖੱਬੇ ਨੂੰ ਗਈ ਅਤੇ ਕਟੋਏ ਵਿੱਚ ਪੈ ਗਈ। ਖੜਾਕਾਂ ਦੇਖ ਕੇ ਘਰਵਾਲੀ ਬੇਹੋਸ਼ ਹੋ ਗਈ। ਜਦੋਂ ਆਈ ਹੋਸ਼ ਪੰਜ ਸੱਤ ਸਕਿੰਟਾਂ ਬਾਅਦ ਇਹਨੇ ਬਾਡੀ ਗਾਰਡ ਨੂੰ ਆਵਾਜ਼ ਮਾਰੀ, ਕਹਿੰਦੀ ਗਾਰਡ ਕਾਰ ਦਾ ਟਾਇਰ ਪਾਟ ਗਿਆ। ਇਹ ਪਿੱਛੋਂ ਹੀ ਕਹਿੰਦਾ ਨਹੀਂ, ਕਹਿੰਦੀ ਟਾਇਰ ਦੀ ਫੂਕ ਨਿਕਲ ਗਈ। ਕਹਿੰਦਾ ਨਹੀਂ, ਕਹਿੰਦੀ ਕੀ ਹੋਇਆ ਟਾਇਰ ਦਾ ਪਟਾਕਾ ਨਹੀਂ ਪਿਆ। ਕਹਿੰਦਾ ਨਹੀਂ ਮੈਡਮ, ਪਟਾਕਾ ਵੀ ਸਾਬਕਾ ਅਤੇ ਫੂਕ ਵੀ ਸਾਬਕੀ ਨਿਕਲੀ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਪਟਾਕਾ ਵੀ ਸਾਬ ਦਾ ਪਿਆ, ਫੂਕ ਵੀ ਸਾਬ ਦੀ ਨਿਕਲੀ ਹੈ। ਜਦੋਂ ਸਾਬ ਵੱਲ ਫਿਰ ਦੇਖਿਆ ਫਿਰ ਇਹਨੂੰ ਚੇਤਾ ਆਇਆ, ਕਹਿੰਦਾ ਮਰ ਜਾ, ਕਹਿੰਦੀ ਰੰਡੀ ਰਹਿਣੀ ਇੰਦਰਾ, ਜੇ ਅਕਾਲ ਤਖਤ 'ਤੇ ਇਹ ਤੋਂ ਅਟੈਕ ਨਾ ਕਰਾਉਂਦੀ ਅੱਜ ਮੈਂ ਤੇ ਆਪਣੇ ਪਤੀ ਤੋਂ ਹੱਥ ਨਾ ਧੋਂਦੀ, ਪਤਾ ਫਿਰ ਹੀ ਲੱਗਦਾ ਹੁੰਦਾ। ਅਤੇ ਖਾਲਸਾ ਜੀ ਜਦੋਂ ਮਗਰੋਂ ਪੁਲਿਸ ਆਈ ਅਤੇ ਪੁਲਿਸ ਵਾਲਿਆਂ ਨੇ ਜਿਹੜਾ ਬਾਡੀਗਾਰਡ ਸੀ ਪਹਿਲੀ ਗੋਲੀ ਦੇ ਨਾਲ ਹੀ ਬੰਦੂਕ ਛੱਡ ਕੇ ਸੀਟਾਂ ਦੇ ਥੱਲੇ ਵੜ ਗਿਆ। ਅਤੇ ਇਹ ਵੀ ਕਈ ਗੱਲਾਂ ਪੇਪਰਾਂ 'ਚ ਨਹੀਂ ਆਉਂਦੀਆਂ, ਪਰ ਨਾਲ ਦੇ ਫਿਰ ਜਿਹੜੇ ਸਿਪਾਹੀ ਹੁੰਦੇ ਨੇ ਉਸ ਵੇਲੇ ਦੱਸ ਹੀ ਦਿੰਦੇ ਨੇ ਵੀ ਇਹ ਜਿਹੜੇ ਬੰਦੂਕਾਂ ਹੋਏ ਫੜੀ ਫਿਰਦੇ ਨੇ ਵੱਡੇ ਵੱਡੇ ਚੌਧਰੀਆਂ ਦੇ ਮਗਰ, ਇਹਨਾਂ ਦਾ ਦਿਲ ਕਿੰਨਾ ਕੁ ਹੁੰਦਾ। ਪਤਾ ਲੱਗਾ ਸੀ ਵੀ ਬਾਡੀਗਾਰਡ ਜਦੋਂ ਕਾਰ 'ਚੋਂ ਕੱਢਿਆ ਅਤੇ ਇਹਦੀ ਵੀ ਪੈਂਟ ਗਿੱਲੀ ਸੀ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਕੇ ਪਿਆਰੇ ਕਾਰਜ ਕਰਕੇ ਚਲੇ ਗਏ ਅਤੇ ਜਦੋਂ ਮਿੱਥੇ ਪ੍ਰੋਗਰਾਮ ਚਲੇ ਗਏ ਅਤੇ ਕੁਝ ਮੇਰਾ ਖਿਆਲ 12-13 ਦਿਨਾਂ ਬਾਅਦ ਭਾਈ ਨਿਰਮਲ ਸਿੰਘ ਅਤੇ ਸੁਖਦੇਵ ਸਿੰਘ ਇਹ ਬਾਟਾ ਰੱਖ ਕੇ ਇੱਥੇ ਚਲੇ ਗਏ ਸੀ, ਜਿਹੜੇ ਕਮਰੇ 'ਚ ਰਹਿੰਦੇ ਸੀ। ਉਹ ਬਾਟਾ ਅਤੇ ਮੋਟਰਸਾਈਕਲ ਲੈਣ ਵਾਸਤੇ ਆਏ ਅਤੇ ਟਰੱਕ ਨਾਲ ਐਕਸੀਡੈਂਟ ਹੋ ਗਿਆ। ਇਹ ਜ਼ਿਆਦੀਆਂ ਇਹਨਾਂ ਦੇ ਸੱਟਾਂ ਲੱਗ ਗਈਆਂ ਅਤੇ ਬਾਟਾ ਜਿਹੜਾ ਸੀ ਉਹ ਬਾਹਰ ਡਿੱਗ ਪਿਆ। ਉਹਨਾਂ ਨੇ ਬਾਟਾ ਪਛਾਣਿਆ ਵੀ ਇਹ ਉਹ ਬਾਟਾ ਹੈ ਜਿਹਦੇ ਵਿੱਚੋਂ ਅਰਜਨ ਦਾਸ ਅਤੇ ਲਲਿਤ ਮਾਕਨ ਨੂੰ ਪ੍ਰਸ਼ਾਦ ਮਿਲਿਆ ਅਤੇ ਜਿਹਦੇ ਵਿੱਚੋਂ ਜਰਨਲ ਵੈਦਿਆ ਨੂੰ ਪ੍ਰਸ਼ਾਦ ਮਿਲਿਆ, ਅੰਮ੍ਰਿਤਸਰ ਸਾਹਿਬ ਦੀਆਂ ਗੋਲੀਆਂ ਚੜ੍ਹਾਉਣ ਵਾਲਾ। ਇਹਨਾਂ ਨੂੰ ਗ੍ਰਿਫਤਾਰ ਕੀਤਾ। ਉੱਧਰ ਭਾਈ ਹਰਜਿੰਦਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਬਾਵਾ, ਸਤਨਾਮ ਸਿੰਘ ਬਾਵਾ, ਵਾਹਿਗੁਰੂ ਸਤਨਾਮ ਸਿੰਘ ਬਾਵਾ, ਇਹ ਦਿੱਲੀ ਦੇ ਵਿੱਚ ਸੇਵਾ ਕਰਨ ਵਾਸਤੇ ਉੱਥੇ ਪਹੁੰਚੇ ਸਨ ਅਤੇ ਸੀ ਆਈ ਡੀ ਦੇ ਵਿੱਚ ਆਇਆ ਹੋਇਆ ਸੀ ਬੀ ਆਈ ਦਾ ਇੰਸਪੈਕਟਰ ਰੈਕ ਦਾ ਬੰਦਾ ਜਿਹਨੇ ਲਾਲੜੂ ਕਾਂਡ ਦੇ ਵਿੱਚ 52 ਹਿੰਦੂ ਮਾਰੇ ਸੀ। ਸੀ ਬੀ ਆਈ ਦਾ ਹਿੰਦੂ ਬੰਦਾ ਸੀ, ਉਹ ਇੰਸਪੈਕਟਰ ਰੈਕ ਦਾ ਬੰਦਾ ਸੀ। ਉਹਨੇ ਸਿੱਖਾਂ ਵਿੱਚ ਰਲਣ ਵਾਸਤੇ ਲਾਲੜੂ ਬੱਸ ਕਾਂਡ ਦੇ ਵਿੱਚ 52 ਹਿੰਦੂਆਂ ਨੂੰ ਮਾਰ ਕੇ ਸਿੱਖਾਂ 'ਚ ਰਲਿਆ ਅਤੇ ਇਹਨੇ ਇਹਨਾਂ ਸਿੱਖਾਂ ਦੇ ਵਿੱਚੋਂ ਬਹੁਤ ਸਿੰਘ ਸ਼ਹੀਦ ਕਰਾਏ ਅਤੇ ਇਹ ਉੱਥੇ ਦੇ ਗੁਰਦੁਆਰੇ ਦੇ ਗਿਆਨੀ ਦੇ ਨਾਲ ਰਲ ਕੇ ਖਾਲਸਾ ਜੀ ਇਹ ਮਜਨੂੰ ਦੇ ਟਿੱਲੇ ਗੁਰਦੁਆਰੇ ਇਹਨਾਂ ਨੂੰ ਲੈ ਗਿਆ। ਇੱਥੇ ਕਹਿੰਦਾ ਬਹੁਤ ਵੱਡਾ ਦੋਸ਼ੀ ਆਉਂਦਾ, ਉਹ ਹਫ਼ਤੇ ਵਿੱਚ 2 ਵਾਰੀ ਆਉਂਦਾ ਕਿਉਂਕਿ ਸੀ ਆਈ ਡੀ ਵਾਲੇ ਬੜੇ ਟ੍ਰੇਨਡ ਹੁੰਦੇ ਹਨ ਤਰੀਕੇ ਨਾਲ ਬੰਦੇ ਨੂੰ ਫਸਾਉਂਦੇ ਨੇ। ਅਤੇ ਕਹਿੰਦੇ ਵੀ 2 ਦਿਨ ਆਉਂਦਾ, ਮੰਗਲਵਾਰ ਅਤੇ ਵੀਰਵਾਰ, ਬਾਡੀਗਾਰਡ ਵੀ ਬਾਹਲੇ ਨਹੀਂ ਹੁੰਦੇ ਉਹਦੇ, ਉਹ ਉੱਥੇ ਆਉਂਦਾ। ਇਹ ਮੰਗਲਵਾਰ ਵਾਲੇ ਦਿਨ ਉੱਥੇ ਪਹੁੰਚੇ ਅਤੇ ਜਦੋਂ ਉਡੀਕਦੇ ਰਹੇ ਉਹ ਨਾ ਆਇਆ। ਇਹਨਾਂ ਨੇ ਗ੍ਰੰਥੀ ਸਿੰਘ ਵੀ ਉਹ ਵੀ ਖਰੀਦਿਆ ਸੀ ਖਾਲਸਾ ਜੀ, ਉਹਨੂੰ ਜਦੋਂ ਪੁੱਛਿਆ ਉਹ ਕਹਿੰਦਾ ਹਾਂਜੀ ਆਉਂਦਾ ਹੁੰਦਾ ਜੇ ਸਾਹਿਬ, ਕਹਿੰਦਾ ਜੇ ਮੰਗਲਵਾਰ ਨਾ ਆਉਣ ਤਾਂ ਵੀਰਵਾਰ ਆਉਂਦੇ ਨੇ, ਕਿਉਂਕਿ ਇਹਨੂੰ ਵੀ ਸ਼ੱਕ ਸੀ ਵੀ ਇਹ ਨਾ ਹੋਵੇ ਵੀ ਇਹ ਮੇਰੇ 'ਤੇ ਯਕੀਨ ਨਾ ਕਰਨ ਅਤੇ ਇੱਥੇ ਆਉਣ ਹੀ ਨਾ। ਆਏ ਨੂੰ ਯਕੀਨ ਹੋ ਗਿਆ। ਜਦੋਂ ਫਿਰ ਦੂਸਰੇ ਦਿਨ ਦਾ ਪ੍ਰੋਗਰਾਮ ਬਣਾਇਆ ਇਹਨਾਂ ਨੇ ਦੂਸਰਾ ਪ੍ਰੋਗਰਾਮ, ਉਸ ਵੇਲੇ ਪੁਲਿਸ ਨੂੰ ਪਹਿਲਾਂ ਦੱਸ ਦਿੱਤਾ, ਉਸ ਵੇਲੇ ਸਤਨਾਮ ਸਿੰਘ ਬਾਵਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਉੱਤੇ ਛਾਪਾ ਪਵਾ ਕੇ ਹਰਜਿੰਦਰ ਸਿੰਘ ਜਿੰਦੇ ਦੀ ਲੱਤ ਵਿੱਚ ਗੋਲੀ ਮਾਰ ਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਕੇ ਫਿਰ ਦੋਵਾਂ ਨੂੰ ਇਕੱਠਿਆਂ ਕੀਤਾ। ਉੱਧਰ ਭਾਈ ਸੁਖਦੇਵ ਸਿੰਘ ਸੁੱਖਾ ਪੂਨੇ ਵਿੱਚ ਅਤੇ ਭਾਈ ਨਿਰਮਲ ਸਿੰਘ, ਇੱਧਰ ਭਾਈ ਸਤਨਾਮ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਹਰਜਿੰਦਰ ਸਿੰਘ ਜਿੰਦੇ ਨੂੰ ਉੱਥੇ ਪੂਨੇ ਦੀ ਜੇਲ੍ਹ ਦੇ ਵਿੱਚ ਪਹਿਲਾਂ ਇਹਨਾਂ ਨੇ ਨਾਸਕ ਰੱਖਿਆ, ਫਿਰ ਦਿੱਲੀ, ਪਹਿਲਾਂ ਦਿੱਲੀ ਰੱਖਿਆ ਫਿਰ ਨਾਸਕ ਰੱਖਿਆ। ਉੱਥੋਂ ਤਸ਼ੱਦਦ ਕਰਦੇ ਕਰਦੇ ਕੁਝ ਸਮੇਂ ਬਾਅਦ ਉੱਥੇ ਇਹਨਾਂ ਨੇ ਬਦਲੀ ਕਰ ਦਿੱਤਾ ਅਤੇ ਬਦਲੀ ਕਰਕੇ ਦੋਵਾਂ ਨੂੰ ਇਕੱਠਿਆਂ ਕਰਕੇ ਜਿਹਨੂੰ ਆਪਾਂ ਕਹਿੰਦੇ ਹਾਂ
ਉਲਟੀ ਗੰਗਾ ਵਗਦੀ ਅਸੀਂ ਦੇਖੀ ਨਹੀਂ, ਸਿੰਘਾਂ ਨੇ ਵਗਾਈ ਹੈ ਸਤਿਗੁਰੂ ਕੇ ਪਿਆਰਿਆਂ ਨੇ। ਲਾਲਾ ਦੌਲਤ ਰਾਏ ਕਹਿੰਦਾ ਕਿ ਉਲਟੀ ਗੰਗਾ ਦਾ ਮੈਨੂੰ ਪਤਾ ਲੱਗਾ, ਕਹਿੰਦਾ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਮੈਂ ਇਤਿਹਾਸ ਪੜ੍ਹਿਆ, ਕਹਿੰਦੇ ਵੀ ਪੁਲਿਸ ਵਾਲੇ ਜਿਹਨੂੰ ਕਤਲ ਕਰਨਾ ਹੋਵੇ ਉਹਨੂੰ ਲੱਭਦੇ ਫਿਰਦੇ ਹੁੰਦੇ ਨੇ, ਪਰ ਕਹਿੰਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਆਪ ਸ਼ਹੀਦੀ ਦੇਣ ਲਈ ਸਿਰ 'ਤੇ ਖੋਪਣ ਬੰਨ ਕੇ ਪੰਜ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਆ ਪਹੁੰਚੇ। ਇਹਨੂੰ ਕਹਿੰਦੇ ਉਲਟੀ ਗੰਗਾ। ਦੋਸ਼ੀ ਨੂੰ ਕਚਹਿਰੀ ਵਿੱਚ ਲਿਜਾਇਆ ਜਾਂਦਾ ਜੇਲ੍ਹ 'ਚੋਂ ਕੱਢ ਕੇ ਜੱਜ ਦੀ ਕਚਹਿਰੀ ਵਿੱਚ, ਪਰ ਜਿੱਥੇ ਗੁਰੂ ਕੇ ਪਿਆਰੇ ਕੈਦ ਸਨ ਇਹਨਾਂ ਤੋਂ ਇੰਨੇ ਡਰਦੇ ਸਨ, ਉਸ ਕਚਹਿਰੀ ਵਿੱਚ ਜਾ ਕੇ ਅਤੇ ਉਸ ਜੇਲ੍ਹ ਦੇ ਵਿੱਚ ਜਾ ਕੇ ਜੱਜ ਨੇ ਕਚਹਿਰੀ ਲਾਈ, ਇਹਨਾਂ ਦਾ ਕੇਸ ਚੱਲਿਆ। ਉੱਥੇ 400-500 ਕਚਹਿਰੀ ਦੇ ਵਿੱਚ ਇਹਨਾਂ ਨੇ ਗਵਾਹ ਬਣਾਇਆ ਹੋਇਆ ਸੀ, ਜਿੰਦੇ ਅਤੇ ਸੁੱਖੇ ਨੇ। ਇਹਨਾਂ ਨੂੰ ਕਹਿ ਦਿੱਤਾ ਜੱਜ ਸਾਹਿਬ, ਜੱਜ ਸੀ VL ਰੋਈਕਰ ਉਹਦਾ ਨਾਮ ਸੀ, ਅਤੇ ਸਿੰਘਾਂ ਤੋਂ ਬੜਾ ਪ੍ਰਭਾਵ ਸੀ ਅਤੇ ਸਿੰਘਾਂ ਨੇ ਸਿੱਧਾ ਹੀ ਕਹਿ ਦਿੱਤਾ ਸੀ ਜੱਜ ਸਾਹਿਬ ਅਸਾਂ ਨੇ ਸਿੱਖ ਕੌਮ ਵਾਸਤੇ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦਾ ਬਦਲਾ ਲੈਣ ਲਈ ਜਨਰਲ ਵੈਦਿਆ ਮਾਰਿਆ, ਅਤੇ ਜਿਹੜੇ ਜਿਹੜੇ ਵੀ ਤੁਸੀਂ ਕਹਿੰਦੇ ਹਾਂ ਸਾਡੇ ਨਾਮ ਪਾਈ ਜਾਓ, ਸਾਨੂੰ ਫਿਕਰ ਕੋਈ ਨਹੀਂ, ਜਿੰਨੇ ਮਰਜ਼ੀ ਗਵਾਹ ਭੁਗਤਾਈ ਜਾਓ ਅਤੇ ਸਾਨੂੰ ਬਾਹਲਾ ਦੇਰ ਇੱਥੇ ਖਰਾਬ ਨਾ ਕਰਿਓ, ਜੋ ਉਹ ਕਹਿੰਦੇ ਨੇ ਉਹ ਸੱਚ ਸੱਚ ਮੰਨ ਕੇ ਅਤੇ ਜਿਹੜੀ ਧਾਰਾ ਸਾਡੇ 'ਤੇ ਲੱਗਦੀ ਉਹ ਲਾ ਦਿਓ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਸ ਤਰ੍ਹਾਂ ਅਤੇ ਉਹਦਾ ਕਰਕੇ ਜੱਜ ਬੜਾ ਖੁਸ਼ ਸੀ, ਅਤੇ ਫੋਟੋ ਵਾਲੇ ਕਹਿਣ ਫੋਟੋ ਖਿੱਚਣੀ ਹੈ, ਅਤੇ ਜੱਜ ਫਿਰ ਖੁਸ਼ ਹੋਣ ਕਰਕੇ ਉਹਨੇ ਕਹਿ ਦਿੱਤਾ ਵੀ ਤੁਸੀਂ ਖਿੱਚ ਸਕਦੇ ਉਹਨਾਂ ਦੀਆਂ ਫੋਟੋ, ਖਿਚਾ ਸਕਦੇ ਹੋ ਤੁਸੀਂ ਫੋਟੋ। ਇਹਵਾਂ ਕਰਕੇ ਹਰਜਿੰਦਰ ਸਿੰਘ, ਜਿੰਦਾ ਸੁਖਦੇਵ ਸਿੰਘ ਸੁੱਖੇ ਦੀਆਂ ਜੇਲ੍ਹ ਵਿੱਚੋਂ ਫੋਟੋਆਂ ਦੇ ਦਰਸ਼ਨ ਆਪਾਂ ਨੂੰ ਉਹ ਹੁੰਦੇ ਨੇ ਜਿਹੜੀ ਉਹਨਾਂ ਨੇ ਫਿਰ ਸਿੱਖੀ ਧਾਰਨ ਕੀਤੀ ਹੈ। ਨਹੀਂ ਭਾਈ ਸਤਵੰਤ ਸਿੰਘ ਅਤੇ ਕੇਰ ਸਿੰਘ ਦੀ ਫੋਟੋ ਇੱਕ ਵੀ ਉਹਨਾਂ ਨੇ ਸੰਗਤਾਂ ਤੱਕ ਆਉਣ ਨਹੀਂ ਦਿੱਤੀ ਖਾਲਸਾ ਜੀ, ਖਿੱਚਣ ਹੀ ਨਹੀਂ ਦਿੱਤੀ। ਜੇ ਖਿੱਚੀ ਹੋਊ ਤਾਂ ਉਹਨਾਂ ਕੋਲ ਹੀ ਰੱਖੀ, ਉਹ ਖਾਲਿਸਤਾਨ ਬਣੂ ਤਾਂ ਫੇਰ ਲੈ ਕੇ ਆਵਾਂਗੇ, ਉੱਦਾਂ ਨਹੀਂ ਮਿਲਣੀਆਂ। ਉਹਨਾਂ ਦੀਆਂ ਜੇਬੀ ਡੈਰੀਆਂ, ਉਹਨਾਂ ਦੇ ਨਿਤਨੇਮ ਦੇ ਗੁਟਕੇ ਅਤੇ ਉਹਨਾਂ ਦੇ ਗਲ ਵਾਲੀਆਂ ਕਿਰਪਾਨਾਂ ਜਿਹੜੀਆਂ ਨੇ ਅਜੇ ਵੀ ਦਿੱਲੀ ਵਾਲਿਆਂ ਕੋਲ ਆ, ਦਿੱਤੀਆਂ ਨਹੀਂ ਸਿੱਖਾਂ ਦੀਆਂ ਸ਼ਹੀਦਾਂ ਦੀਆਂ ਅਰਥੀਆਂ। ਸੋ ਸਤਿਗੁਰੂ ਕੇ ਪਿਆਰੇ, ਉਹ ਸਤਿਗੁਰੂ ਕਿਰਪਾ ਕਰਨਗੇ, ਜਦੋਂ ਤੁਹਾਡਾ ਕੋਈ ਘਰ ਬਾਰ ਬਣ ਜੂਗਾ, ਜਦੋਂ ਤੁਸੀਂ ਬਰਾਬਰ ਦੇ ਹੋ ਜਾਓਗੇ ਫੇਰ ਮਿਲਣਾ, ਇਹ ਉੱਦਾਂ ਨਹੀਂ ਸਮਾਨ ਮਿਲਣਾ। ਕਚਹਿਰੀ ਦੇ ਵਿੱਚ ਜੱਜ VL ਰੋਈਕਰ ਜੇਲ੍ਹ ਵਿੱਚ ਕਚਹਿਰੀ ਲਾ ਕੇ ਬੈਠਾ ਹੈ, ਗੁਰੂ ਕੇ ਪਿਆਰਿਆਂ ਨੂੰ ਸੱਦਿਆ ਗਿਆ। ਉਸ ਕਚਹਿਰੀ ਵਿੱਚ ਜੱਜ ਨੇ ਜਿਵੇਂ ਇਹਨਾਂ ਦੇ ਇਹਨਾਂ ਨੂੰ ਕੇਸ ਸੁਣਾਏ, ਆ ਮੇਰੇ ਨਾਲ ਦਾ ਵੀਰ ਵਕਾਲਤ ਕਰਦਾ ਰਿਹਾ ਹੈ, ਬਹੁਤ ਗੱਲਾਂ ਇਹ ਦੱਸਦਾ ਹੁੰਦਾ ਵੀ ਕਿੱਦਾਂ ਕਿੱਦਾਂ ਕੇਸਾਂ ਦਾ ਪ੍ਰੋਸੀਜਰ ਹੁੰਦਾ, ਮੈਨੂੰ ਤਾਂ ਨਹੀਂ ਪਤਾ, ਪਰ ਮੈਂ ਅੰਦਾਜ਼ੇ ਦੇ ਨਾਲ ਜੋ ਅਖਬਾਰਾਂ ਵਿੱਚ ਜੋ ਪੇਪਰਾਂ ਵਿੱਚ ਆਇਆ ਅਤੇ ਇਹਨੂੰ ਪੁੱਛ ਕੇ ਉਹ ਗੱਲਾਂ ਲਿਖੀਆਂ ਨੇ, ਸੁਣੀਏ ਪਿਆਰ ਦੇ ਨਾਲ। ਉਹਨਾਂ ਸਿੰਘਾਂ ਨੂੰ ਸੁਣਾਉਣ ਵਾਸਤੇ ਕੇਸ ਅਤੇ ਉਹਨਾਂ ਕੋਲੋਂ ਉਹਨਾਂ ਦੇ ਬਾਬਤ ਸੁਣਨ ਵਾਸਤੇ ਕਚਹਿਰੀ ਵੱਖਰੀ ਲਾ ਕੇ ਜੇਲ੍ਹ ਦੇ ਵਿੱਚ ਜੱਜ VL ਰੋਈਕਰ ਭਾਈ ਹਰਜਿੰਦਰ ਸਿੰਘ ਜਿੰਦਾ ਸੁਖਦੇਵ ਸਿੰਘ ਸੁੱਖੇ ਨੂੰ ਉਹਨਾਂ ਦਾ ਕੇਸ ਸੁਣਾਉਂਦਾ ਅਤੇ ਗੁਰੂ ਕੇ ਪਿਆਰੇ ਕੀ ਕਹਿੰਦੇ ਨੇ, ਸਵਾਲ ਜਵਾਬ ਉੱਤਰ ਪ੍ਰਸ਼ਨ ਹੇ ਐਵੇਂ ਹੋ ਰਹੇ ਨੇ ਜੀ, ਸੁਣੀਏ ਪਿਆਰ ਨਾਲ। ਇਹ ਪੂਨੇ ਦੀ ਜੇਲ੍ਹ 'ਚ ਜਾ ਕੇ ਜੱਜ ਨੇ ਕਚਹਿਰੀ ਲਾ ਕੇ ਸਿੰਘਾਂ ਨੂੰ ਪੇਸ਼ ਕਰਾ ਕੇ ਕਹਿੰਦਾ ਸੀ ਧਿਆਨ ਦਿਓ, ਦੱਸਾਂ ਮੈਂ ਕੇਸ ਤੁਹਾਰਾ ਤੁਸੀਂ ਹੁਣ ਬਿਆਨ ਦਿਓ, ਦੱਸਾਂ ਮੈਂ ਕੇਸ ਤੁਹਾਰਾ। ਕਰ ਗਏ ਸੀ ਵੀਰ ਦਲਾਰੇ ਕੌਣ ਏ ਚੰਨ ਸਤਾਰੇ, ਆ ਗਏ ਦਸ਼ਮੇਸ਼ ਸਹਾਰੇ ਛੱਡਿਆ ਜਕਾਰਾ ਸੀ, ਬੋਲੋ ਵੇਖੋ ਵਸੂਰਮੇ ਸੁਣਦਾ ਜਗ ਸਾਰਾ ਸੀ, ਬੋਲੋ ਵੇਖੋ ਵਸੂਰਮੇ। ਦਿੱਲੀ ਦਾ ਕੇਸ ਟੋਲ ਕੇ ਦੱਸਦਾ ਕਾਨੂੰਨੀ ਗੱਲਾਂ, ਕਹਿੰਦਾ ਸੀ ਬੋਲ ਬੋਲ ਕੇ ਦੱਸਾਂ ਮੈਂ ਜ਼ੁਲਮ ਤੁਮਾਰਾ, MP ਤੁਸੀਂ ਮਾਰਿਆ ਏ ਅਰਜਣ ਸੀ ਦਾਸ ਦਿੱਲੀ ਦਾ, ਤੁਸੀਂ ਉਹਨੂੰ ਮਾਰਿਆ ਏ ਅਰਜਣ ਸੀ ਦਾਸ ਦਿੱਲੀ ਦਾ, ਅਰਜਣ ਅਸੀਂ ਦਾਸ ਮੁਕਾਇਆ ਸਿੱਖਾਂ ਨੂੰ ਜਿਸ ਮਰਵਾਇਆ, ਗਲਾ ਵਿੱਚ ਟੈਰ ਪਵਾ ਕੇ ਤੇਰੇ ਉੱਪਰ ਛਿੜਕਾਇਆ, ਗੁੰਡਿਆਂ ਨੂੰ ਕਰੇ ਇਸ਼ਾਰੇ ਮਾਰੇ ਜੋ ਲਲਕਾਰੇ, ਅੱਗਾ ਲਵਾਉਂਦਾ ਸੀ ਮਾਰ ਕੇ ਸਖੇ ਦਿਆਰਾ, ਖੁਸ਼ੀਆਂ ਮਨਾਉਂਦਾ ਸੀ ਮਾਰ ਕੇ ਸਖੇ ਦਿਆਰਾ। ਨਾਲ ਦੋ ਹੋਰ ਜੋ ਮਾਰੇ ਉਨਹੀਂ ਕੇ ਰੱਖਣ ਕਾ,
ਬਣ ਗਿਆ ਹੈ ਕੇਸ ਤੁਸਾਂ ਤੇ 302 ਪਾਰੀ ਦਾ। ਕਹਿੰਦਾ ਕਾਨੂੰਨ ਕਿਸੇ ਨੂੰ ਏਦਾਂ ਨਹੀਂ ਮਾਰੀਦਾ, ਕਹਿੰਦਾ ਕਾਨੂੰਨ ਬੱਚਿਓ ਪੈਣਾ ਦੇ ਵੀਰੇ ਸਾਰੇ ਮਾਵਾਂ ਦੇ ਪੁੱਤਰ ਪਾੜੇ ਧੀਆਂ ਦੀ ਇੱਜ਼ਤ ਰੋਲੀ ਖੂਨ ਵਿੱਚ ਖੇਡੀ ਹੋਲੀ ਇਹੋ ਸੀ ਦੋਸ਼ ਇਸ ਦਾ ਪਤਾ ਹੈ ਸਾਨੂੰ ਦੇਸ ਦਾ ਇਸੇ ਲਈ ਮਾਰਿਆ ਹੈ ਵਾਦਾ ਨਹੀਂ ਕੀਤਾ ਕੋਈ ਕਾਰਜ ਉਤਾਰਿਆ ਹੈ ਵਾਦਾ ਨਹੀਂ ਕੀਤਾ ਕੋਈ ਇੱਥੇ ਹੀ ਬਸ ਨਾ ਕੀਤੀ ਪੂਨੇ ਤੁਸੀਂ ਆ ਕੇ ਤੇ ਵੈਦਿਆਂ ਨੂੰ ਮਾਰ ਮੁਕਾਇਆ ਗੋਲੀਆਂ ਚਲਾ ਕੇ ਤੇ ਕਾਰ ਵਿੱਚ ਜਾਂਦਾ ਮਾਰਿਆ ਬਿਆਨ ਕਰਵਾਲੀ ਦਾ ਕੀਤਾ ਤੁਸੀਂ ਕਤਲ ਦੋਸਤ ਫੌਜ ਦੇ ਮਾਲੀ ਦਾ ਕੀਤਾ ਤੁਸੀਂ ਕਤਲ ਜਵਾਨਾ ਦੋਸ਼ੀ ਅਕਾਲ ਤਖਤ ਤੇ ਤੋਪਾਂ ਚਲਾਉਣੇ ਲਈ ਇਹੋ ਸੀ ਮੁੱਖ ਹਥਿਆਰਾ ਸਿੱਖ ਮਰਵਾਉਣੇ ਲਈ ਟੈਂਕਾਂ ਨੂੰ ਅੰਦਰ ਵਾੜ ਕੇ ਗੁਰੂ ਜੀ ਗ੍ਰੰਥ ਸਾੜ ਕੇ ਜੱਜ ਦੀ ਅਸੀਂ ਵਿਦਿਆ ਇਸ ਲਈ ਮੁਕਾਇਆ ਸੀ ਜੱਜ ਦੀ ਅਸੀਂ ਵਿਦਿਆ ਓ ਸਾਰੇ ਜੁਰਮ ਤੁਸੀਂ ਇੱਕ ਬਾਲ ਜੇ ਕਰਦੇ ਹੋ ਕਰਦੇ ਵੋ ਦਸਖਤ ਇੱਥੇ ਹਾਮੀ ਜੇ ਪਰਦੇ ਹੋ ਕਤਲਾਂ ਦੀ ਗੱਲ ਟੁਕਮੀ ਬਈ ਮਿਲੇਗੀ ਸਜ਼ਾ ਟੁਕਮੀ ਜੱਜ ਨੇ ਸੁਣਾਇਆ ਸੀ ਸਿੱਖਾਂ ਦੇ ਵੇਖ ਹੌਸਲੇ ਜੱਜ ਵੀ ਘਬਰਾਇਆ ਸੀ ਸਿੰਘਾਂ ਦੇ ਵੇਖ ਹੌਸਲੇ ਜਿੰਦਾ ਤਾਂ ਸੁੱਖਾ ਵੀਰੇ ਨਾ ਫਾਂਸੀ ਦੀ ਸਜ਼ਾ ਸੁਣਾਵੀ ਲਾਵੀ ਤੂੰ ਦੇਰੀ ਨਾ ਪੱਤੜਾਂ ਦੇ ਜਾਗੋ ਵਾਲਿਆਂ ਪੱਤੜਾਂ ਦੇ ਜਾਗੋ ਵਾਲਿਆਂ ਗੀਤ ਬਣਾਉਣੇ ਨੇ ਖਾਲਸ ਤਾਂ ਸਿੰਘਾਂ ਚੰਡੇ ਚਲਾਉਣੇ ਨੇ ਖਾਲਸ ਤਾਂ ਸਿੰਘਾਂ ਜੱਜ ਦੇ ਹਰ ਸਵਾਲ ਦਾ ਪੂਰਾ ਪੂਰਾ ਉੱਤਰ ਮੇਰੇ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੇ ਹਰਜਿੰਦਰ ਸਿੰਘ ਦਿੰਦੇ ਅਤੇ ਸੁਖਦੇਵ ਸਿੰਘ ਸੁੱਖੇ ਨੇ ਦਿੱਤੇ ਅਤੇ ਜੱਜ ਕਹਿੰਦਾ ਭਾਈ ਜੇ ਸਾਰਾ ਕੁਝ ਮੰਨਦੇ ਤੇ ਸਾਈਨ ਕਰਦੇ ਇਹਦੇ 'ਤੇ ਕਹਿਣ ਲੱਗੇ ਜਿੰਨੇ ਮਰਜ਼ੀ ਸਾਈਨ ਕਰਾ ਲਾ ਅਤੇ ਉਸ ਵੇਲੇ ਖਾਲਸਾ ਜੀ ਉਹ ਸਾਈਨ ਕਰਾ ਕੇ ਹੁਕਮ ਦੀ ਤਰੀਕ ਰੱਖ ਦਿੱਤੀ ਗਈ ਅਤੇ ਹੁਕਮ ਦੀ ਤਰੀਕ ਵਾਲੇ ਦਿਨ ਜੱਜ ਨੂੰ ਫਿਰ ਖਤਰਾ ਪੈ ਗਿਆ ਇੱਥੇ ਮੈਂ ਕਰੇਗੀ ਬਣ ਬੇਨਤੀ ਕੀਤੀ ਸੀ ਆਪ ਫਿਰ ਸਾਂਝੀ ਕਰ ਲੈਂਦੇ ਕਈ ਵਾਰੀ ਅਸੀਂ ਕਹਿੰਦੇ ਵੀ ਅਸੀਂ ਆਪਣਾ ਇਤਿਹਾਸ ਲੋਕਾਂ ਨੂੰ ਨਹੀਂ ਦੱਸ ਸਕੇ ਨਹੀਂ ਅਸੀਂ ਨਾ ਤਾਂ ਆਪਣਾ ਇਤਿਹਾਸ ਆਪਣੇ ਸਿੱਖਾਂ ਨੂੰ ਸੰਗਤਾਂ ਨੂੰ ਦੱਸ ਸਕੇ ਹਾਂ ਅਤੇ ਨਾ ਹੀ ਅਸੀਂ ਮੰਨ ਸਕੇ ਹਾਂ ਕਿਉਂਕਿ ਸਾਡੇ ਵਿੱਚ ਮਨਮਤੀ ਹੈ ਵੀ ਗੁਰੂ ਦੀਆਂ ਸਾਖੀਆਂ 'ਤੇ ਸ਼ੰਕੇ ਪਾਉਣ ਵਾਲੇ ਗੁਰੂ ਕਾ ਇਤਿਹਾਸ ਵਿਗਾੜਨ ਵਾਲੇ ਗੁਰੂ ਕੀ ਮਰਜ਼ਾਦਾ ਵਿਗਾੜਨ ਵਾਲੇ ਬਾਹਰਲੇ ਨਹੀਂ ਸਾਡੇ ਆਪਣੇ ਹੀ ਲੱਗੇ ਹੋਏ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਵਿਰੋਧੀਆਂ ਨੂੰ ਪਤਾ ਜੱਜ ਨੇ ਹੁਕਮ ਵਾਲੀ ਤਰੀਕ ਜਿੱਦਣ ਸੀ ਇਹਨੇ ਸਿਪਾਹੀਆਂ ਨੂੰ ਹੁਕਮ ਕੀਤਾ ਵੀ ਜਿੰਦੇ ਅਤੇ ਸੁੱਖੇ ਦੇ ਜੋੜੇ ਲਹਾ ਕੇ ਇਹਨਾਂ ਨੂੰ ਨੰਗੇ ਪੈਰੀਂ ਲਿਆਇਓ ਕਾਰਨ ਉਹਨੇ ਸਾਹਿਬਜ਼ਾਦਿਆਂ ਦਾ ਅਤੇ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹਿਆ ਸੀ ਵੀ ਸਿੱਖ ਦੇ ਉੱਤੇ ਕੋਈ ਐਸੀ ਸਜ਼ਾ ਲਾਈਏ ਅਤੇ ਉਹ ਜੁੱਤੀ ਦੀ ਸਜ਼ਾ ਉਲਟੀ ਜੱਜ ਨੂੰ ਜ਼ਿਆਦਾ ਦੇਣ ਵਾਲੇ ਨੂੰ ਲਾ ਦਿੰਦਾ ਕਿਤੇ ਮੈਂ ਵੀ ਜਕਰੀਏ ਅੰਗ ਨਾ ਮਰਦਾ ਹੋਵਾਂ ਅਤੇ ਦੂਸਰੀ ਗੱਲ ਕਹਿੰਦੇ ਵੀ ਜੁੱਤੀ ਦਿਖਾਲ ਕੇ ਲੰਘਦੇ ਹੁੰਦੇ ਨੇ ਸਾਹਿਬਜ਼ਾਦਿਆਂ ਨੇ ਜਦੋਂ ਛੋਟੀ ਖਿੜਕੀ ਵੇਦੀ ਝੁਕਾਉਣ ਵਾਸਤੇ ਨੀਵੀਂ ਛੋਟੀ ਖਿੜਕੀ ਵੇਦੀ ਲੰਘਾਉਣ ਲੱਗੇ ਅਤੇ ਗੁਰੂ ਕੇ ਪਿਆਰਿਆਂ ਨੇ ਪਹਿਲਾਂ ਆਪਣੇ ਪੈਰ ਲੰਘਾਏ ਸੀ ਜੁੱਤੀ ਵਾਲੇ ਅਤੇ ਜਿਹੜੇ ਕਹਿੰਦੇ ਸੀ ਚਲੋ ਰੌਲਾ ਪਾ ਕੇ ਬਹਾਨੇ ਨਾ ਛੱਡ ਦਿਆਂਗੇ ਵੀ ਸਿਰ ਝੁਕਾ ਤੇ ਜਦੋਂ ਸਿਰ ਲੰਘਾਉਣਾ ਨੀਵਾਂ ਕਰਕੇ ਲੰਘਣਗੇ ਅਤੇ ਉਹ ਨਾਲਦਿਆਂ ਨੂੰ ਫਿਰ ਬਹੁਤ ਸ਼ਰਮ ਆ ਸੀ ਉਹ ਕਹਿਣ ਲੱਗੇ ਇਹਨਾਂ ਨੂੰ ਝੁਕਾਉਂਦੇ ਆ ਕਹਿੰਦੇ ਦੇਖ ਲੈ ਤੈਨੂੰ ਸੂਬਿਆ ਜੁੱਤੀ ਦਿਖਾ ਕੇ ਲੰਘ ਰਹੇ ਨੇ ਚੜਾਉਣ ਵਾਲੇ ਨੇ ਇਹ ਗੱਲ ਕਹੀ ਸੀ ਅਤੇ ਜਕਰੀਆ ਖਾਨ ਤੋਂ ਬਾਅਦ ਇਹ ਜੱਜ ਵੀ ਐਲ ਰੋਈ ਕਰ ਕਹਿਣ ਲੱਗਾ ਸਿੰਘਾਂ ਦੀਆਂ ਜੁੱਤੀਆਂ ਲਹਾ ਕੇ ਇਹਨਾਂ ਨੂੰ ਪੇਸ਼ ਕੀਤਾ ਜਾਏ ਕਿਤੇ ਫਾਂਸੀ ਦੀ ਸਜ਼ਾ ਸੁਣ ਕੇ ਜੁੱਤੀ ਲਾ ਕੇ ਮੇਰੇ ਹੀ ਨਾ ਮਾਰਦੇ ਹੋਣ ਇਹ ਗੱਲ ਪਹਿਰੇਦਾਰ ਨੇ ਸਿੰਘਾਂ ਨੂੰ ਕਹੀ ਸਾਈਂ ਕਹਿੰਦੇ ਨਹੀਂ
ਜੋੜੇ ਕੇਵਲ ਅਤੇ ਕੇਵਲ ਹਰਿਮੰਦਰ ਸਾਹਿਬ ਨੂੰ ਨਮਸਕਾਰ ਕਰਨ ਵਾਸਤੇ ਅਤੇ ਸਿੱਖ ਗੁਰਦੁਆਰੇ ਜਾਣ ਵਾਸਤੇ ਲਾਉਂਦਾ। ਕਹਿੰਦਾ ਜਾ ਉਹ ਜੱਜ ਨੂੰ ਕਹਿੰਦੇ ਅਸੀਂ ਐਡੇ ਕਮੀਨੇ ਨਹੀਂ ਵੀ ਫਾਂਸੀ ਸੁਣ ਕੇ ਤੇਰੇ ਜੁੱਤੀ ਮਾਰਾਂਗੇ। ਨਹੀਂ ਨਹੀਂ ਕਹਿੰਦੇ ਅਸੀਂ ਤਾਂ ਆਪ ਫਾਂਸੀ ਹੱਸ ਹੱਸ ਕੇ ਚੜਾਂਗੇ, ਤੂੰ ਸਾਨੂੰ ਜਿੰਨੀਆਂ ਮਰਜ਼ੀ ਫਾਂਸੀਆਂ ਦੇ। ਆਪ ਕਿਹਾ ਸੀ ਇਹਨਾਂ ਨੇ ਵੀ ਸਾਨੂੰ ਫਾਂਸੀ ਦੀ ਸਜ਼ਾ ਦੇ, ਅਤੇ ਉਸ ਵੇਲੇ ਇਹਨਾਂ ਨੇ ਘਰਦਿਆਂ ਨੂੰ ਕਿਹਾ ਸੀ ਵੀ ਬੂੰਦੀ ਅਤੇ ਲੱਡੂ ਬਣਾ ਕੇ ਲਿਆਉਣੇ ਨੇ, ਬਰਫੀ ਵੰਡਣੀ ਹੈ। ਅਤੇ ਜਿਸ ਵੇਲੇ ਜੱਜ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ, ਗੁਰੂ ਕੇ ਪਿਆਰਿਆਂ ਨੇ ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿੰਦਾ ਵੀ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਨਾ ਲਾਇਓ, ਮੈਂ ਤੁਹਾਨੂੰ ਫਾਂਸੀ ਨਹੀਂ ਦਿੰਦਾ। ਇਹ ਕਹਿਣ ਲੱਗੇ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਕਹੇ ਹੋਏ ਬੋਲਾਂ ਉੱਤੇ ਤੁਰੇ ਹਾਂ, ਜਿਨ੍ਹਾਂ ਨੇ ਨਹੀਂ ਤਿਉਂ ਆ ਕੇ ਮੋਰਚਾ ਲਾਇਆ ਸੀ। ਅਤੇ ਉਹਨਾਂ ਨੇ ਕਿਹਾ ਸੀ, ਉਹਨਾਂ ਨੇ ਨਿਸ਼ਾਨਾ ਦਿੱਤਾ ਇੱਕ ਕੌਮ ਨੂੰ ਕਿ ਜੇ ਹਰਿਮੰਦਰ ਸਾਹਿਬ ਵਿੱਚ ਫੌਜ ਆਈ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਅਸੀਂ ਉਸ ਨੀਂਹ ਦੇ ਉੱਤੇ ਕੰਮ ਕਰਕੇ ਗੋਲ ਕੀਤਾ ਖਾਲਸਾ ਜੀ। ਕਹਿੰਦੇ ਅਸੀਂ ਉਹ ਗਵਾਹੀ ਦੇਣ ਵਾਸਤੇ ਆਏ ਹਾਂ ਕਿ ਸ਼ਹੀਦ ਹੋਣ ਵਾਲੇ ਸਿੰਘ ਸਹੀ ਨੇ, ਅਤੇ ਸ਼ਹੀਦ ਕਰਨ ਵਾਲੀ ਸਰਕਾਰ ਜਿਹੜੀ ਹੈ ਸਿੰਘਾਂ ਨੂੰ ਸ਼ਹੀਦ ਕਰਨ ਵਾਲੀ ਉਹ ਗਲਤ ਹੈ। ਉਹ ਗਵਾਹੀ ਦੇਣ ਵਾਸਤੇ, ਸ਼ਹੀਦ ਦੇ ਅਰਥ ਨੇ ਗਵਾਹੀ। ਕਹਿੰਦੇ ਅਸੀਂ ਉਸ ਗੱਲ ਦੀ ਗਵਾਹੀ ਦੇਣ ਵਾਸਤੇ ਆਏ ਹਾਂ, ਸਾਨੂੰ ਫਾਂਸੀ ਦੀ ਸਜ਼ਾ ਹੱਸ ਹੱਸ ਕੇ ਦੇ। ਫਾਂਸੀ ਦੀ ਸਜ਼ਾ ਸੁਣਾਈ ਗਈ, ਅਤੇ ਉਸ ਵੇਲੇ ਖਾਲਸਾ ਜੀ ਇਹ ਜਦੋਂ ਲੱਡੂ ਲੈ ਕੇ ਘਰਦਿਆਂ ਤੋਂ ਉੱਥੇ ਜੇਲ੍ਹ ਵਿੱਚ ਮੁੜ ਕੇ ਗਏ ਲੱਡੂ ਵੰਡਣ, ਅਤੇ ਮੇਰੇ ਵਰਗੇ ਜਿਹੜੇ ਹੋਰ ਜੇਲੀ ਸੀ ਕਮਜ਼ੋਰ ਦਿਲਾਂ ਵਾਲੇ, ਉਹਨਾਂ ਨੇ ਲੱਡੂ ਫੜੇ, ਕਹਿੰਦੇ ਕਾਹਦੇ ਲੱਡੂ ਵੰਡ ਰਹੇ ਸਿੰਘੋ? ਕਹਿੰਦੇ ਫੈਸਲਾ ਸਾਡੇ ਹੱਕ ਵਿੱਚ ਹੋ ਗਿਆ। ਉਹਨਾਂ ਦੀਆਂ ਚਿੱਠੀਆਂ ਲਿਖੀਆਂ ਨੇ, ਕਹਿੰਦੇ ਫੈਸਲਾ ਸਾਡੇ ਹੱਕ ਵਿੱਚ ਹੋ ਗਿਆ। ਇੱਕ ਨੇ ਬਰਫੀ ਫੜੀ ਹੋਈ ਸੀ, ਅਜੇ ਮੂੰਹ 'ਚ ਨਹੀਂ ਸੀ ਪਾਈ, ਕੀ ਕਹਿੰਦਾ ਸਿੱਖ ਜਵਾਨੋ, ਆਪ ਕੋ ਰਿਹਾ ਕਰ ਦਿਆ, ਆਪ ਕੀ ਫਾਂਸੀ ਟਲ ਗਈ, ਆਪ ਕੋ ਸਜ਼ਾ ਘੱਟ ਹੋਈ ਹੈ। ਅਤੇ ਉਹ ਕਹਿੰਦੇ ਕਿਆ ਹੋਆ ਹੈ? ਅਤੇ ਗੁਰੂ ਕਾ ਪਿਆਰਾ ਹਰਜਿੰਦਰ ਸਿੰਘ ਜਿੰਦਾ ਕਹਿੰਦਾ, ਅੱਜ ਸਾਨੂੰ ਦੋਵਾਂ ਭਰਾਵਾਂ ਨੂੰ ਇੱਕੋ ਦਿਨ ਫਾਂਸੀ ਹੋ ਗਈ ਹੈ। ਗੁਰੂ ਕੇ ਸਿੱਖੋ ਜਿਹਨਾਂ ਨੂੰ ਫਾਂਸੀ ਹੋਈ ਉਹ ਬਰਫੀ ਅਤੇ ਲੱਡੂ ਵੰਡ ਰਹੇ ਨੇ। ਸੁਣਨ ਵਾਲੇ ਦੇ ਹੱਥ ਵਿੱਚੋਂ ਟੁਕੜੀ ਥੱਲੇ ਡਿੱਗ ਪਈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਹੱਥੋਂ ਮਠਿਆਈ ਦਾ ਪੀਸ ਥੱਲੇ ਧਰਤੀ ਦੇ ਉੱਤੇ ਡਿੱਗ ਗਿਆ। ਗੱਜ ਗੱਜ ਕੇ ਜਕਾਰੇ ਗੁਰੂ ਕੇ ਪਿਆਰਿਆਂ ਨੇ ਛੱਡੇ। ਫਾਂਸੀ ਦਾ ਦਿਨ ਆਇਆ, ਕਿਉਂਕਿ ਉਹਨਾਂ ਦੇ ਕਮਰੇ ਦੇ ਉੱਤੇ ਹੋਰ ਐਕਸਟੈਂਸ਼ਨ ਕਰਕੇ ਲੋਹੇ ਦਾ ਜਾਲ ਲਾਇਆ ਹੋਇਆ ਸੀ। ਸੁੱਖੇ ਦੀ ਮਾਤਾ ਦੀ ਕਿਤੇ ਇੰਟਰਵਿਊ ਸੁਣੋ, ਫਿਰ ਪਤਾ ਲੱਗਦਾ ਹੈ ਵੀ ਕਿਹੋ ਜਿਹੀਆਂ ਮਾਵਾਂ ਨੇ। ਅਤੇ ਆ ਜਿਹੜੀਆਂ ਸਿੱਖ ਬੱਚੀਆਂ ਗਰਭਪਾਤ ਕੀਤਾ ਜਾਂਦਾ ਨੇ, ਜਿਹਨਾਂ ਨੂੰ ਗਰਭ ਵਿੱਚ ਮਾਰਿਆ ਜਾਂਦਾ ਹੈ ਸਕੈਨਿੰਗ ਕਰਕੇ, ਇਹ ਗੁਰੂ ਕੇ ਸਿੱਖੋ ਸਾਡੀ ਕਮਜ਼ੋਰੀ ਨਹੀਂ ਹੈ ਕੋਈ, ਉਹ ਸਾਡੇ ਤੇ ਲੋਕ ਸਾਡੇ ਸਿੱਖ ਲੋਕਾਂ ਦੀਆਂ ਧੀਆਂ ਵਿਆਹੁਣ ਡਏ, ਅਸੀਂ ਕਿਤੇ ਧੀਆਂ ਵਿਆਹੁਣ ਦੁੱਖ ਮਾਰਨ ਲੱਗੇ? ਨਹੀਂ ਨਹੀਂ, ਇਹ ਪੁੱਠੀ ਗੱਲ ਸਾਡੇ ਵਿੱਚ ਵਾੜੀ ਗਈ ਆ ਬੜੇ ਤਰੀਕੇ ਨਾਲ, ਜਿੱਦਾਂ ਨਸ਼ਾ ਵਾੜਿਆ ਇਸੇ ਤਰ੍ਹਾਂ ਇਹ ਕ੍ਰੀਤੀ ਵਾੜੀ ਗਈ ਆ। ਕਿਉਂਕਿ ਰਬੀਰੋ ਨੇ ਇੱਕ ਗੱਲ ਕਹੀ ਸੀ, ਉਹ ਪੁਲਿਸ ਵਾਲੇ ਉਹ ਖਾੜਕੂ ਨਾ ਮਾਰੋ, ਖਾੜਕੂਆਂ ਦੀ ਮਾਂ ਮਾਰੋ। ਮਾਂ ਕਹਿੰਦੇ ਸੀ ਜਿਹੜੇ ਅੱਡੇ ਸਨ, ਜਿਹੜੇ ਰੋਟੀ ਪਾਣੀ ਛਕਾਉਂਦੇ ਸਨ ਪਰਿਵਾਰ, ਉਹਨਾਂ ਪਰਿਵਾਰਾਂ ਨੂੰ ਮਾਰੋ। ਅਤੇ ਜਿਹਨਾਂ ਪਰਿਵਾਰਾਂ ਦੇ ਉੱਤੇ ਤੰਗੀਆਂ ਆਈਆਂ ਨੇ, ਪਤਾ ਹੈ ਤੁਹਾਡੇ ਇਸ ਇਲਾਕੇ ਵਿੱਚ ਰਹਿੰਦੇ ਨੇ ਮੇਰੇ ਵੀਰ ਅਜੀਤ ਸਿੰਘ ਜੀ, ਇੱਥੇ ਵਿਆਰੇ ਭਾਈ ਗੁਰਦੇਵ ਸਿੰਘ ਦੇਬੂ ਉਹਨਾਂ ਦੇ ਪਿੰਡ ਤੋਂ ਅਤੇ ਉਹਨਾਂ ਦੇ ਪਰਿਵਾਰ ਵਿੱਚੋਂ ਨੇ, ਇਹਨਾਂ ਨੂੰ ਕਦੇ ਪੁੱਛ ਲਿਓ ਤੁਸੀਂ ਫਿਰ ਕਿੰਨੀਆਂ ਤਕਲੀਫਾਂ ਜਿਹੜੀਆਂ ਨੇ ਪ੍ਰਸ਼ਾਦਾ ਪਾਣੀ ਛਕਾਉਣ ਵਾਲਿਆਂ ਨੂੰ ਆਉਂਦੀਆਂ ਨੇ, ਅਤੇ ਕੀ ਕੁਝ ਭਾਣੇ ਉੱਥੇ ਵਰਤਦੇ ਨੇ ਖਾਲਸਾ ਜੀ। ਉਹ ਰਬੀਰੋ ਨੇ ਕਿਹਾ ਇਹਨਾਂ ਨੂੰ ਨਾ ਮਾਰੋ, ਇਹਨਾਂ ਦੀ ਮਾਂ ਮਾਰੋ। ਅਤੇ ਉਹ ਵੀ ਮਾਰਨ ਵਿੱਚ ਨਾ ਕਾਮਯਾਬ ਹੋਏ। ਹੁਣ ਉਹਨਾਂ ਨੇ ਪੋਲਿਸੀ ਬਣਾਈ ਆ ਵੀ ਜਿਹੜੀ ਸਤਵੰਤ ਸਿੰਘ, ਬੇਅੰਤ ਸਿੰਘ ਨੂੰ, ਹਰਜਿੰਦਰ ਸਿੰਘ ਜਿੰਦੇ, ਸੁਖਦੇਵ ਸਿੰਘ ਸੁਖੇ, ਦਿਲਾਵਰ ਸਿੰਘ ਅਤੇ ਬਲਵੰਤ ਸਿੰਘ ਰਾਜੋਵਾਣਾ, ਇਹਨਾਂ ਗੁਰੂ ਕੇ ਪਿਆਰਿਆਂ ਨੂੰ, ਬਾਬੇ ਮਾਨੂ ਚੱਲ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਿਨ੍ਹਾਂ ਨੇ ਜਨਮ ਦੇਣਾ, ਉਹਨਾਂ ਨੂੰ ਜਨਮ ਤੋਂ ਪਹਿਲਾਂ ਹੀ ਮਰਵਾ ਦਿਓ ਪਿਆਰ ਨਾਲ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਪੋਲਿਸੀ ਹੈ ਖਾਲਸਾ ਜੀ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰਹਿਤਨਾਮਿਆਂ ਵਿੱਚ ਹੁਕਮਨਾਮਾ ਹੈ, ਕੁੜੀ ਮਾਰ ਅਤੇ ਨੜੀ ਮਾਰ ਦੇ ਨਾਲ ਮਿਲਣਾ ਵਰਤਣਾ ਨਹੀਂ ਹੈ। ਕੋਈ ਵੀ ਰਿਸ਼ਤੇਦਾਰ ਆਪਣਾ ਇਹ ਕਿਰਾਇਤ ਕਰਦਾ ਹੈ ਉਹਨੂੰ ਰੋਕੋ। ਗੁਰੂ ਕੇ ਪਿਆਰੇ ਬੇਨਤੀ ਕਹੋ ਵੀ ਇਸ ਪਾਪ ਦੀ ਬੇੜੀ ਵਿੱਚ ਨਾ ਚੜੀ, ਬਖਸ਼ਿਆ ਨਹੀਂ ਜਾਏਗਾ ਜਨਮ, ਕਈ ਜਨਮ ਨਹੀਂ ਬਖਸ਼ਿਆ ਜਾਏਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਸੁਖਦੇਵ ਸਿੰਘ ਦੀ ਮਾਤਾ, ਉਸ ਨੂੰ ਸਿਪਾਹੀ ਕਹਿਣ ਲੱਗੇ ਵੀ ਮਾਤਾ ਆਹ ਤੇਰਾ ਪੁੱਤਰ ਸੁੱਖਾ ਤੇ ਜਿਹੜਾ ਇਹ ਤਾਂ ਹੈਗਾ ਬਹੁਤ ਚੰਗਾ। ਅਤੇ ਉਹ ਬੀਬੀ ਵਿਚਾਰੀ ਪੇਂਡੂ ਬੀਬੀ ਸਿੱਧੀ ਪੰਜਾਬੀ ਬੋਲਦੀ, ਕਹਿੰਦੀ ਆ ਜਿਹੜਾ ਜਿੰਦੂ ਆ ਨਾ, ਕਿਉਂਕਿ ਪੁਲਿਸ ਵਾਲੇ ਨਾਮ ਨਹੀਂ ਸੀ ਆਉਂਦੇ, ਅਤੇ ਜੋ ਕਹਿੰਦੇ ਸੀ ਉਹਨੇ ਕਿਹਾ, ਕਹਿੰਦੀ ਆ ਜਿਹੜਾ ਜਿੰਦੂ ਆ ਇਹ ਬਹੁਤ ਖਤਰਨਾਕ ਹੈ, ਇਹ ਤੋਂ ਸਾਨੂੰ ਬਹੁਤ ਡਰ ਲੱਗਦਾ ਹੈ, ਅਸੀਂ ਤਾਂ ਉੱਜਣ ਰੱਜ ਕੇ ਸੋਵਾਂਗੇ, ਜਾਂ ਇੱਥੋਂ ਜੇਲ੍ਹ ਦੇ ਵਿੱਚੋਂ ਚਲੇ ਜਾਣਗੇ ਅਤੇ ਜਾਂ ਇਹਨਾਂ ਦਾ ਕੰਮ ਮੁੱਕ ਜਾਊਗਾ, ਉੱਦਣ ਅਸੀਂ ਸੁੱਖ ਦੀ ਨੀਂਦ ਸੋਣਾ ਨੇ, ਅਤੇ ਸੁੱਤਿਆਂ ਪਿਆਂ ਨੂੰ ਵੀ ਇਹਨਾਂ ਦੇ ਸੁਪਨੇ ਆਉਂਦੇ ਆ, ਗੱਜ ਕੇ ਆਖੋ ਸਤਨਾਮ ਵੀ ਇਹ ਕਿਤੇ ਦੌੜ ਭੱਜ ਨਾ ਜਾਣ, ਅਤੇ ਪਤਾ ਨਹੀਂ ਇਹਨਾਂ ਨੇ ਕਿਹੜੇ ਵੇਲੇ ਅੰਦਰ ਵੀ ਕੀ ਕਰ ਦੇਣਾ ਹੈ। ਉਹ ਗੁਰੂ ਕੇ ਪਿਆਰਿਆਂ ਨੂੰ 9 ਅਕਤੂਬਰ 1992
ਸਾਢੇ 4 ਵਜੇ ਜਦੋਂ ਸਿੱਖ ਦਾ ਨਿਤਨੇਮ ਕਰਨ ਦਾ ਸਮਾਂ ਹੁੰਦਾ ਹੈ, ਇੱਕ ਦਿਨ ਗੁਰੂ ਕੇ ਪਿਆਰਿਆਂ ਦੇ ਪਰਿਵਾਰਾਂ ਨੂੰ ਪਹਿਲੋਂ ਮੁਲਾਕਾਤਾਂ ਕਰਾਈਆਂ, ਉਹ ਗੱਲਾਂ ਲੰਬੀਆਂ ਚੌੜੀਆਂ ਨੇ, ਸਮਾਂ ਤੁਰਿਆ ਜਾਂਦਾ ਹੈ, ਆਪਾਂ ਨਾ ਕਰੀਏ। ਸਮਾਂ ਆ ਗਿਆ, ਸਤਿਗੁਰੂ ਕੇ ਪਿਆਰਿਆਂ ਨੇ ਮੁਲਾਕਾਤ 'ਤੇ ਆਪਣੇ ਮਾਪਿਆਂ ਨੂੰ ਇੱਕ ਨਸੀਹਤ ਦਿੱਤੀ। ਕਹਿਣ ਲੱਗੇ, ਸਾਡੀ ਸ਼ਹੀਦੀ ਦਾ ਮੁੱਲ ਰਾਜਨੀਤਿਕ ਨਾ ਵੱਟਿਓ, ਅਤੇ ਸਾਡੀ ਸ਼ਹੀਦੀ ਦੇ ਪੈਸੇ ਲੋਕਾਂ ਤੋਂ ਇਕੱਠੇ ਕਰਕੇ ਆਪ ਨਾ ਰੱਖਿਓ, ਕੌਮ ਦੀ ਸੇਵਾ ਕਰਿਓ। ਅਤੇ ਕੀਤੀ ਵੀ ਆ ਵੀ ਉਹਨਾਂ ਦੋਵਾਂ ਪਰਿਵਾਰਾਂ ਨੇ। ਖਾਲਸਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਅੱਜ ਤੱਕ ਉਹਨਾਂ ਦੀਆਂ ਮਾਤਾਵਾਂ ਹਰਜਿੰਦਰ ਸਿੰਘ ਜਿੰਦੇ ਦੇ ਮਾਤਾ ਜੀ ਇੰਗਲੈਂਡ ਵਿੱਚ ਵੀ ਆਏ, ਅਤੇ ਕਿੱਡੀ ਚੜ੍ਹਦੀ ਕਲਾ ਸੀ ਉਹਨਾਂ ਦੀ, ਬਸ ਜਿਹੜੇ ਮਿਲੇ ਨੇ ਉਹਨਾਂ ਨੂੰ ਵੀ ਪਤਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰਿਆਂ ਨੇ ਆਪਣੇ ਮਾਪਿਆਂ ਨੂੰ ਕਿਹਾ, ਜੱਜ ਨੂੰ ਕਿਹਾ ਸੀ ਵੀ ਜੇ ਜਦੋਂ ਜਿਹੜੀ ਉਹ ਪੇਪਰੀ ਕਾਗਜ਼ੀ ਕਾਰਵਾਈ ਤੋਂ ਤੁਹਾਡੀ ਕੋਈ ਇੱਛਾ, ਕੋਈ ਜਾਹ ਖਾਹਿਸ਼, ਅਤੇ ਉਸ ਵੇਲੇ ਗੁਰੂ ਕੇ ਪਿਆਰਿਆਂ ਨੇ ਪਤਾ ਕੀ ਕਿਹਾ ਸੀ, ਕਹਿੰਦੇ ਦੋ ਇੱਛਾ ਨੇ ਸਾਡੀਆਂ, ਕਹਿੰਦੇ ਕਿਹੜੀਆਂ ਕਿਹੜੀਆਂ, ਇੱਕ ਕਹਿੰਦੇ ਹੱਥ ਰੱਸਦੀ ਹੈ ਅਤੇ ਇੱਕ ਦੂਜੀ ਹੈ, ਜਿਹੜੀ ਮਰਜ਼ੀ ਪੂਰੀ ਕਰ ਦਿਓ। ਉਹ ਕਹਿੰਦੇ ਕਿਹੜੀ ਇੱਛਾ ਹੈ, ਕਹਿੰਦੇ ਸਾਡੇ ਥਾਂ ਆ ਜੇਲ੍ਹ ਸੁਪਰਡੈਂਟ ਨੂੰ ਫਾਂਸੀ ਦੇ ਦਿਓ। ਜਦੋਂ ਉਹ ਕਹਿੰਦੇ ਜਿਹੜਾ ਸੁਪਰਡੈਂਟ ਸੀ ਉਹਨੂੰ ਵਿਚਾਰੇ ਨੂੰ ਖੜ੍ਹੇ ਨੂੰ ਤੇਲੀ ਆ ਗਈ, ਕਹਿੰਦਾ ਵੀ ਜੇ ਇਹਨਾਂ ਸਿੰਘਾਂ ਦੀ ਗੱਲ ਮੰਨ ਲਈ ਤਾਂ ਕੰਮ ਖਰਾਬ ਹੋ ਜੂ, ਮੇਰੇ ਨਿਆਣੇ ਕੌਣ ਪਾਲੂਗਾ। ਜੱਜ ਕਹਿੰਦਾ ਨਹੀਂ ਜੀ ਇਹ ਨਹੀਂ, ਕਹਿੰਦੇ ਫਿਰ ਦੂਜੀ ਇਹ ਵੀ ਸਾਡੇ ਹੱਥ ਨਾ ਬੰਨਿਓ, ਸਾਡੇ ਮੂੰਹ ਦੇ ਉੱਤੇ ਕੱਪੜਾ ਨਾ ਦਿਓ, ਅਸੀਂ ਫਾਂਸੀ ਦਾ ਰੱਸਾ ਆਪਣੇ ਗਲ ਵਿੱਚ ਆਪ ਪਾਵਾਂਗੇ। ਹੁਕਮ ਹੋਵੇ, ਜਿਹੜੇ ਜਲਾਦ ਨੇ ਫੱਟੇ ਦਾ ਸੁੱਚ ਨੱਪਣਾ, ਉਸ ਜਲਾਦ ਨੂੰ ਸਾਨੂੰ ਲੱਡੂ ਬਣਾਉਣ ਦਾ ਹੁਕਮ ਹੋਵੇ, ਜਲਾਦ ਦਾ ਮੂੰਹ ਮਿੱਠਾ ਕਰਾ ਕੇ ਅਤੇ ਲਾੜੀ ਮੌਤ ਨੂੰ ਅਸੀਂ ਵਿਆਹੁਣਾ ਹੈ। ਇਹ ਕਹਿੰਦੇ ਫਿਰ ਸਾਡੀ ਖਾਹਿਸ਼ ਪੂਰੀ ਕਰ ਦਿਓ। ਕਿੰਨੇ ਕਰਨੀਆਂ ਹੁੰਦੀਆਂ ਨੇ, ਉਹਦੇ ਡਰਾਵਾ ਹੁੰਦਾ ਹੈ ਖਾਲਸਾ ਜੀ, ਪਰ ਫਿਰ ਵੀ ਜੱਜ ਨੇ ਇਹਨਾਂ ਦੀਆਂ ਬੜੀਆਂ ਗੱਲਾਂ ਮੰਨੀਆਂ ਅਤੇ ਇਹਨਾਂ ਦੀਆਂ ਫੋਟੋ ਖਿੱਚਣ ਦੀ ਖੁੱਲ੍ਹ ਦਿੱਤੀ, ਜਿਹਦਾ ਕਰਕੇ ਖਾਲਸਾ ਜੀ ਉਹਨਾਂ ਦੇ ਆਖਰੀ ਸਰੂਪ ਵੀ ਸਾਡੇ ਤੱਕ ਆਏ ਹਨ। ਪੂਜਣ ਯੋਗ ਨੇ ਰਹਿੰਦੀ ਦੁਨੀਆ ਤੱਕ ਉਹਨਾਂ ਨੇ ਰਹਿਣਾ ਹੈ। 4:30 ਵਜੇ 9 ਅਕਤੂਬਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਗਵਾਹੀ ਕਹਿੰਦੇ ਨੇ ਸ਼ਹਾਦਤ ਨੂੰ, ਅਤੇ ਘਰਾਂ ਵਿੱਚ ਵੀ ਆਪਣੇ ਲੜਾਈ ਹੋ ਜਾਂਦੀ ਹੈ, ਦਰਾਣੀਆਂ ਜਠਾਣੀਆਂ ਦਾ ਝਗੜਾ ਸੱਸ ਦੇ ਹੁੰਦਿਆਂ ਹੋ ਜਾਂਦਾ ਹੈ, ਸੱਸ ਇੱਕ ਨੂੰ ਚੰਗਾ ਜਾਣਦੀ ਇੱਕ ਨੂੰ ਮਾੜਾ ਜਾਣਦੀ ਹੈ। ਜਦੋਂ ਵਕਤ ਹੁੰਦਾ ਹੈ ਤਾਂ ਉਸ ਵੇਲੇ ਕਈ ਵਾਰੀ ਬਾਹਰ ਉਹ ਭੈਣ ਕਹਿ ਦਿੰਦੀ ਵੀ ਹਾਂ ਸਾਡੀ ਮਾਤਾ ਜਿਹੜੀ ਹੈ ਵੀ ਛੋਟੀ ਨੂੰ ਤੰਗ ਕਰ ਰਹੀ ਹੈ, ਪਰ ਕਹਿੰਦੀ ਮੈਂ ਮੂੰਹ 'ਤੇ ਨਹੀਂ ਕਹਿਣਾ ਕਿਉਂਕਿ ਮੈਂ ਵੀ ਉੱਥੇ ਹੀ ਰਹਿਣਾ ਹੈ। ਗੱਜ ਕੇ ਆਖੋ ਸਤਨਾਮ, ਡਰ ਹੁੰਦਾ ਹੈ, ਪਰ ਗੁਰੂ ਕੇ ਪਿਆਰੇ ਫਾਂਸੀ ਦੇ ਤਖ਼ਤੇ ਦੇ ਉੱਤੇ ਚੜ੍ਹਦਾ ਹੈ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ, ਕੌਮ ਦੇ ਮਹਾਨ ਸਬੂਤ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਹੋਣ ਵੱਲੋਂ ਆਰੰਭੇ ਹੋਏ ਸੰਘਰਸ਼ 'ਤੇ ਦਿੱਤੇ ਹੋਏ ਸੰਕੇਤ ਦੇ ਉੱਤੇ, ਦਿੱਤੇ ਹੋਏ ਨਿਸ਼ਾਨੇ ਦੇ ਉੱਤੇ ਜਿਵੇਂ ਉਹਨਾਂ ਨੇ ਕੁਰਬਾਨੀ ਕੀਤੀ, ਸੁਣੀਏ ਪਿਆਰ ਨਾਲ ਸਿੰਘ ਫਾਂਸੀ ਚੜ੍ਹਦੇ ਵੀ ਲਾਉਂਦੇ ਖਾਲਿਸਤਾਨੀ ਨਾਅਰੇ ਆਉਂ ਬੇਟੀ। ਇਹ ਜਦ 9 ਅਕਤੂਬਰ ਨੂੰ 4:30 ਸੁਬਾਹ ਦੇ ਵੱਜੇ, ਸਿੰਘ ਬਾਜਾਂ ਵਾਲੇ ਦੇ ਕਰ ਇਸ਼ਨਾਨ ਸੂਰਮੇ ਗੱਜੇ, ਆਸ਼ਕ ਆਜ਼ਾਦੀ ਦੇ ਚੜ ਗਏ ਹੱਸ ਮੌਤ ਦੇ ਖਾਰੇ, ਸਿੰਘ ਬੰਸੀ ਚੜ੍ਹਦੇ ਵੀ ਲਾਉਂਦੇ ਖਾਲਿਸਤਾਨੀ ਨਾਰੇ, ਸਿੰਘ ਬੰਸੀ ਚੜ੍ਹਦੇ ਵੀ ਲਾਉਂਦੇ ਖਾਲਿਸਤਾਨੀ ਨਾਰੇ। ਕਹਿਣ ਜਲਾਦਾਂ ਨੂੰ ਲੱਡੂ ਵੰਡ ਫਾਂਸੀ ਤੇ ਚੜ੍ਹਨਾ, ਸਿੰਘ ਜਿਉਂਦਾ ਛੱਡ ਦੇਣਾ ਜਿਸ ਦੀ ਅਕਾਲ ਤਖ਼ਤ ਨਾਲ ਅੜਨਾ, ਆਖਿਆ ਕਰ ਚੱਲੇ ਫੋਕੇ ਲਾਉਣ ਕਰੇ ਨਾ ਲਾਰੇ, ਸਿੰਘ ਫਾਂਸੀ ਚੜ੍ਹਦੇ ਵੀ ਲਾਉਂਦੇ ਖਾਲਿਸਤਾਨੀ ਲਾਰੇ, ਸਿੰਘ ਫਾਂਸੀ ਚੜ੍ਹਦੇ ਵੀ ਲਾਉਂਦੇ। ਪਾਪਾਂ ਦੀ ਨਦੀ ਵਗੇ ਹੱਸ ਕੇ ਧਰਮ ਸਿਆਸਤ ਤਰਨੀ, ਜੋਰਾਂ ਦੀ ਬਾਜਾਂ ਵਾਲਾ ਪੈਜ ਸਵਾਰੇ, ਬਾਜਾਂ ਵਾਲਾ ਪੈਜ ਸਵਾਰੇ, ਸਿੰਘ ਬੰਸੀ ਚੜ੍ਹਦੇ ਵੀ ਲਾਉਂਦੇ ਖਾਲਿਸਤਾਨੀ ਨਾਰੇ, ਸਿੰਘ ਬੰਸੀ ਚੜ੍ਹਦੇ ਵੀ ਲਾਉਂਦੇ ਖਾਲਿਸਤਾਨੀ ਨਾਰੇ। ਅਸੀਂ ਫਰਜ ਨਿਭਾ ਚੱਲੇ ਸੇਵਾ ਲੱਗੀ ਜੋ ਜੁੰਮੇ ਸਾਡੇ, ਅੱਗੋਂ ਕੀ ਕਰਨਾ ਹੈ ਚੱਲੇ ਜੁੰਮੇ ਛੱਡ ਤੁਹਾਡੇ, ਜਵਾਨਾਂ ਦਾ ਜਿੰਨਾ ਕੌਮੀ ਫਰਜ਼ ਉਤਾਰੇ, ਸਿੰਘ ਫਾਂਸੀ ਚੜ੍ਹਦੇ ਵੀ ਲਾਉਂਦੇ ਖਾਲਿਸਤਾਨੀ ਨਾਰੇ, ਸਿੰਘ ਫਾਂਸੀ ਚੜ੍ਹਦੇ ਵੀ ਲਾਉਂਦੇ ਖਾਲਿਸਤਾਨੀ।
ਉੱਠੋ ਚੱਲਣਾ ਜੇ ਸਾਡਾ ਸੂਰਮਿਆਂ ਨੂੰ ਕਹਿਣਾ ਸਤਾਨ ਬਣਾਉਣਾ ਪਛਤਾਉਂਦੇ ਰਹਿ ਜਾਣਗੇ ਪਛਤਾਉਂਦੇ ਰਹਿ ਜਾਣਗੇ ਜਿਸ ਵੀ ਵੇਲਾ ਹੱਥੋਂ ਗਵਾਉਣਾ ਲੀਡਰ ਮਨਾਉਣਾ ਜਿਹੜਾ ਪੋਕੇ ਮਾਰਦਾ ਨਾਰੇ ਸਿੰਘ ਬੰਸੀ ਚੜਦੇ ਵੀ ਲਾਉਣੇ ਖਾਲਸ ਤਾਨੀ ਨਾਰੇ ਸਿੰਘ ਬੰਸੀ ਚੜਦੇ ਵੀ ਲਾਉਣੇ ਸਵਾਰਾਂਗੇ ਹਾਨੀ ਨਹੀਂ ਧਰਮ ਦੀ ਜਰਨੀ ਹੰਸੀ ਦੇ ਤਖਤ ਤੇ ਚੜ ਕੇ ਨਹੀਂ ਸੂਰਮੇ ਹਾਰੇ ਚੜ ਕੇ ਨਹੀਂ ਸੂਰਮੇ ਹਾਰੇ ਸਿੰਘ ਬੰਸੀ ਚੜਦੇ ਵੀ ਲਾਉਣੇ ਖਾਲਸ ਤਾਨੀ ਨਾਰੇ ਸਿੰਘ ਬੰਸੀ ਚੜਦੇ ਵੀ ਲਾਉਣੇ ਖਾਲਸ ਤਾਨੀ ਨਾਰੇ ਪਤਲੋ ਦੋ ਸ਼ੇਰਾਂ ਬਚਾਈ ਚੁੰਮ ਰੱਸੇ ਫਾਂਸੀ ਦੇ ਸੁੱਤੀ ਕੌਮ ਦੀ ਅਣਖ ਜਗਾਈ ਯੋਵਚ ਸੰਗਤਾਂ ਦੇ ਜਾਂਦੇ ਹਰ ਥਾਂ ਤੇ ਸਤਿਕਾਰ ਜਾਂਦੇ ਹਰ ਥਾਂ ਤੇ ਸਤਿਕਾਰ ਸਿੰਘ ਫਾਂਸੀ ਚੜਦੇ ਵੀ ਲਾਉਂਦੇ ਖਾਲਸ ਤਾਨੀ ਨਾਰੇ ਸਿੰਘ ਫਾਂਸੀ ਚੜਦੇ ਵੀ ਲਾਉਂਦੇ ਖਾਲਸ ਤਾਨੀ ਨਾਰੇ ਦੇ ਤਖ਼ਤ ਤੱਕ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਵੱਜਦੇ ਰਹੇ। ਤੀਸਰਾ ਸਾਥੀ ਜਿਹੜਾ ਨਿਰਮਲ ਸਿੰਘ ਨਾਲ ਜੇਲ੍ਹ ਵਿੱਚ ਸੀ ਜਿਹਨੂੰ ਉਮਰ ਕੈਦ ਹੋਈ ਅੱਜ ਜਿਉਂਦਾ ਹੈ ਖਾਲਸਾ ਜੀ ਉਹਦੇ ਆਪਣੇ ਦੱਸਣ ਦੀਆਂ ਗੱਲਾਂ ਨੇ ਕਹਿੰਦਾ ਜਿੰਨਾ ਚਿਰ ਫੱਟਾ ਡਿੱਗਣ ਦਾ ਖੜਾਕ ਨਹੀਂ ਹੋਇਆ ਜੇਲ੍ਹ ਗੂੰਜਦੀ ਰਹੀ ਫੱਟਾ ਡਿੱਗਿਆ ਅਤੇ ਇੱਕੋ ਹੀ ਫਿਰ ਬਾਅਦ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਆਇਆ ਜਿਹਦੀ ਮਾਜ ਮੱਧਮ ਪੈਂਦੀ ਗਈ ਗੁਰੂ ਕੇ ਪਿਆਰੇ ਜਿਹੜੇ ਸਨ ਉਹਨਾਂ ਦੇ ਗਲ ਘੁੱਟੇ ਗਏ। ਸਿੰਘਾਂ ਨੇ ਮਾਪਿਆਂ ਨੂੰ ਆਖਿਆ ਸੀ ਵੀ ਸਾਡੀ ਸ਼ਹੀਦੀ ਤੋਂ ਬਾਅਦ ਵੀ ਸਾਡੀ ਮੁੱਛ ਜਿਹੜੀ ਆ ਖੜੀ ਹੋਣੀ ਚਾਹੀਦੀ ਹੈ। ਇਹੋ ਜਿਹੇ ਪੁੱਤ ਨੇ ਇਹੋ ਜਿਹੇ ਭਰਾ ਨੇ ਤੁਹਾਡੇ ਖਾਲਸਾ ਜੀ ਬਾਣੀ ਅਤੇ ਬਾਣੇ ਨੂੰ ਮੰਨਣ ਵਾਲਿਓ ਉਹਦੀ ਮਾਤਾ ਦੇ ਕਹਿਣ ਦੀਆਂ ਗੱਲਾਂ ਨੇ। ਕਹਿੰਦੇ ਗਲ ਦੇ ਵਿੱਚ ਮਾੜੀ ਜਿਹੀ ਝਰੀਟ ਆਈ ਹੋਈ ਸੀ ਐਨ ਚਿਹਰੇ ਦਗ ਦਗ ਕਰਦੇ ਸਨ ਅਤੇ ਮੁੱਛਾਂ ਜਿਹੜੀਆਂ ਸਨ ਉਸੇ ਤਰ੍ਹਾਂ ਐਨ ਖੜੀਆਂ ਸਨ ਅਤੇ ਸਾਨੂੰ ਹੁਕਮ ਸੀ ਵੀ ਜੇ ਤਾਂ ਨਲਾਉਣ ਦਾ ਦਿੱਤਾ ਇਹਨਾਂ ਨੇ ਆਗਿਆ ਫੇਰ ਵੀ ਠੀਕ ਹੈ ਪਰ ਜੇ ਨਲਾ ਕੇ ਵੀ ਜਦੋਂ ਸਾਨੂੰ ਸੰਸਕਾਰ 'ਤੇ ਭੇਜਣਾ ਤਾਂ ਮੁੱਛਾਂ ਸ਼ੇਰਾਂ ਦੀਆਂ ਖੜੀਆਂ ਹੋਣੀਆਂ ਚਾਹੀਦੀਆਂ। ਐਸੇ ਗੁਰੂ ਕੇ ਪਿਆਰੇ ਅਤੇ ਉਹਨਾਂ ਦੇ ਕਹੇ ਹੋਏ ਬਹੁ ਬੋਲ ਜਿਹੜੇ ਨੇ ਉਹ ਕਿੱਦਾਂ ਝੂਠੇ ਪੈ ਸਕਦੇ। ਖਾਲਸਾ ਜੀ ਐਵੇਂ ਨਾ ਡਰਿਆ ਕਰੋ ਵੀ ਖਾਲਿਸਤਾਨ ਨਹੀਂ ਬਣਨਾ, ਬਣਨਾ ਹੈ ਪਰ ਆਪਾਂ ਨੂੰ ਆਪਣੇ ਫਰਜ਼ ਨਿਭਾਉਣ ਦੀ ਲੋੜ ਹੈ ਕਿਉਂਕਿ ਖਾਲਿਸਤਾਨ ਨੂੰ ਰੋਕਣ ਲਈ ਸਾਡੇ ਵਿੱਚੋਂ ਹੀ ਚੋਰ ਜਿਹੜੇ ਨੇ ਉਹ ਬਹੁਤ ਚੋਰੀਆਂ ਕਰ ਰਹੇ ਨੇ ਅਤੇ ਚੋਰ ਨੂੰ ਰੋਕਣ ਦਾ ਇੱਕੋ ਇੱਕ ਹੀ ਇਲਾਜ ਹੁੰਦਾ ਹੈ ਖਾਲਸਾ ਜੀ, ਉਹ ਕਿਹੜਾ ਹੁੰਦਾ ਹੈ? ਆਪਣੇ ਘਰ ਦੀ ਰਾਖੀ ਕਰਨੀ। ਰਾਖੀ ਕਿਹਨਾਂ ਨੇ ਕਰਨੀ? ਤੁਸੀਂ ਗੁਰੂ ਕੇ ਪਿਆਰੇ ਹੋ, ਬਾਣੀ ਅਤੇ ਬਾਣੇ ਵਾਲਿਆਂ ਨੇ। ਮਕਾਨ ਦੇ ਦੁਆਲੇ ਦੁਆਲੇ ਇੱਕ ਪਹਿਰੇਦਾਰ ਵਰਦੀ ਵਾਲਾ ਸ਼ਹਿਤਰ ਫੜ ਕੇ ਗੇੜਾ ਕੱਢਦਾ ਹੋਵੇ ਨਾ ਅਤੇ ਭਾਵੇਂ ਚੋਰ ਵੀ ਉੱਥੇ ਲਾਗੇ ਤੁਰਿਆ ਫਿਰਦਾ ਹੋਵੇ ਉਹ ਫਿਰ ਜਿੰਦਰਾ ਭੰਨਣ ਨਹੀਂ ਪੈਂਦਾ, ਉਹ ਕੋਸ਼ਿਸ਼ ਨਹੀਂ ਕਰਦਾ। ਜਿੰਨਾ ਚਿਰ ਪਹਿਰੇਦਾਰ ਜਾਗਦਾ ਤੁਰਿਆ ਫਿਰਦਾ ਖਾਲਸਾ ਜੀ, ਇਸ ਵੇਲੇ ਨੌਜਵਾਨੋ ਸਾਨੂੰ ਜਾਗਣ ਦੀ ਅਤੇ ਸਮਝਣ ਦੀ ਲੋੜ ਹੈ ਕਿਹੜੇ ਤਰੀਕੇ ਨਾਲ ਚੋਰ ਸਾਡੇ ਵਿੱਚ ਵੜ ਕੇ ਉਹ ਕਥਾਕਾਰ ਵੜ ਕੇ ਆਉਂਦਾ ਹੈ ਕਿ ਉਹ ਪ੍ਰਚਾਰਕ ਬਣ ਕੇ ਆਉਂਦਾ, ਉਹ ਕਵੀਸ਼ਰ ਬਣ ਕੇ ਆਉਂਦਾ, ਉਹ ਢਾਡੀ ਬਣ ਕੇ ਆਉਂਦਾ, ਉਹ ਲੀਡਰ ਬਣ ਕੇ ਆਉਂਦਾ ਹੈ। ਉਹਦਾ ਗੁਰਮੁਖ ਪਿਆਰਿਓ ਖਿਆਲ ਰੱਖਣਾ ਗੁਰੂ ਕੀ ਸੰਗਤ ਦਾ ਫਰਜ਼ ਹੈ। ਆਪਾਂ ਸਤਿਗੁਰੂ ਦੇ ਸੇਵਾਦਾਰ ਹਾਂ। ਹਾਂ ਕੂਕਰ ਤੇਰੇ ਦਰਬਾਰ ਪੰਕਾਂ ਆਗੈ ਬਦਨ ਪਸਾਰ, ਉਹ ਸੁਭਾਅ ਬਣਾਓ ਖਾਲਸਾ ਜੀ। ਘਰ ਦਾ ਰੱਖਿਆ ਹੋਇਆ ਹੁੰਦਾ ਹੈ ਕੁੱਤਾ, ਉਹ ਜਿੱਥੇ ਚੋਰਾਂ ਨੂੰ ਭੌਂਕਦਾ ਉੱਥੇ ਪ੍ਰਾਹੁਣਿਆਂ ਨੂੰ ਵੀ ਬਹੁੰ ਬਹੁੰ ਕਰਦਾ ਹੈ। ਕਿਉਂ? ਕਿਉਂਕਿ ਉਹਨੂੰ ਨਹੀਂ ਪਤਾ, ਉਹਨੂੰ ਪਤਾ ਵੀ ਰਿਸ਼ਤੇਦਾਰ ਬਣ ਕੇ ਵੀ ਚੋਰ ਆ ਸਕਦਾ ਹੈ।
ਚੋਰ ਜਿਹੜਾ ਉਹ ਰਿਸ਼ਤੇਦਾਰ ਬਣ ਕੇ ਵੀ ਆ ਸਕਦਾ, ਉਹ ਤਾਂ ਭੌਂਕਦਾ ਵੀ ਆਪਣੇ ਘਰ ਕੋਈ ਆਇਆ ਭਾਈ ਪਛਾਣ ਕੇ ਡੋਰ ਖੋਲਿਓ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਵੇਂ ਨਾ ਸਟੇਜ 'ਤੇ ਟਾਈਮ ਦੇ ਦਿਓ ਵੀ ਉਹ ਪੰਜਾਂ ਬਾਣੀਆਂ ਦੇ ਖਿਲਾਫ ਬੋਲਦਾ ਹੋਵੇ ਅਤੇ ਤੁਸੀਂ ਕਹੋ ਜੀ ਬਹੁਤ ਵਧੀਆ ਕਥਾਕਾਰ ਹੈ। ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਅਰਥਾਂ ਦੇ ਅਨਰਥ ਕਰੀ ਜਾਏ ਅਤੇ ਆਪਾਂ ਕਹੀਏ ਜੀ ਬਹੁਤ ਵਿਦਵਾਨ ਹੈ, ਬਹੁਤ ਵਧੀਆ ਆਵਾਜ਼ ਹੈ ਇਹਦੀ, ਨਹੀਂ। ਇਸੇ ਵਾਸਤੇ ਖਾਲਸਾ ਜੀ ਸਾਨੂੰ ਲੋੜ ਹੈ ਪਹਿਰੇਦਾਰੀ ਦੇਣ ਦੀ। ਪਹਿਰੇਦਾਰ ਜਾਗਦਾ ਤੁਰਿਆ ਫਿਰਦਾ ਹੋਵੇ ਫਿਰ ਤਾਂ ਡਾਕੂ ਜਿਹੜੇ ਆ ਉਹ ਪੰਜ ਸੱਤ ਇਕੱਠੇ ਹੋ ਕੇ ਜ਼ਰੂਰ ਸਾਡੇ ਘਰ 'ਤੇ ਆ ਸਕਦੇ ਨੇ, ਜਿੱਦਾਂ 1984 ਵਿੱਚ ਫੌਜ ਚੜ੍ਹੀ ਉਹਨੇ ਡਾਕਾ ਮਾਰਿਆ ਅਕਾਲ ਤਖ਼ਤ ਸਾਹਿਬ 'ਤੇ, ਪਰ ਸਿੰਘ ਜਾਗਦੇ ਸੀ। ਉਹਨਾਂ ਨੇ ਜਿੰਨੀ ਵਾਹ ਲੱਗੀ ਆ ਉਹਨੇ ਤਾਂ ਫੌਜ ਭੜਕਾਈ ਉਹਨਾਂ ਨੇ ਗੁਰੂ ਕੇ ਪਿਆਰਿਆਂ ਨੇ, ਅਤੇ ਬਾਅਦ ਵਿੱਚ ਫਿਰ ਪਹਿਰੇਦਾਰਾਂ ਨੇ ਲੱਭ ਲੱਭ ਕੇ ਹਰਜਿੰਦਰ ਸਿੰਘ ਜਿੰਦੇ ਅਤੇ ਸੁਖਦੇਵ ਸਿੰਘ ਸੁੱਖੇ ਨੇ, ਉਹਨਾਂ ਦੁਸ਼ਟਾਂ ਅਤੇ ਚੋਰਾਂ ਦਾ ਸੋਧਾ ਲਾਇਆ ਹੈ ਖਾਲਸਾ ਜੀ। ਉਹ ਗੁਰੂ ਕੇ ਪਿਆਰਿਆਂ ਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਸਾਡੀ ਸ਼ਹੀਦੀ ਤੋਂ ਬਾਅਦ ਰੋਣਾ ਨਹੀਂ, ਰੋਣਾ ਨਹੀਂ ਸਾਡੀ ਸ਼ਹੀਦੀ ਤੋਂ ਬਾਅਦ। ਕਹਿੰਦੇ ਕੀ ਕਰਨਾ ਹੈ? ਕਹਿੰਦੇ ਪੂਨੇ ਤੋਂ ਲੈ ਕੇ ਪੰਜਾਬ ਤੱਕ ਲੱਡੂ ਵੰਡਦਿਆਂ ਜਾਣਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਆਪਾਂ ਆਪਣੇ ਘਰ ਪੁੱਤ ਪੋਤਰਾ ਧੀ ਦੋਤੀ ਦੋਤਰਾ ਪੋਤੀ ਹੋਵੇ ਆਪਾਂ ਮਠਿਆਈਆਂ ਵੰਡਦੇ। ਧੰਨੋ ਮਾਵਾਂ, ਧੰਨੋ ਭੈਣਾਂ, ਧੰਨ ਉਹਨਾਂ ਦਾ ਜਿਗਰਾ ਜਿਹੜੀਆਂ ਆਪਣੇ ਪੁੱਤਰਾਂ ਨੂੰ ਕੌਮ ਤੋਂ ਖਾਲਿਸਤਾਨ ਤੋਂ ਕੁਰਬਾਨ ਹੋਇਆਂ ਨੂੰ ਆਪਣੇ ਹੱਥੀਂ ਉਹਨਾਂ ਦਾ ਸੰਸਕਾਰ ਕਰਕੇ ਅਤੇ ਆਪਣੇ ਸ਼ਹੀਦ ਹੋਣ ਵਾਲੇ ਪੁੱਤਰਾਂ ਦਾ ਹੁਕਮ ਮੰਨ ਰਹੀਆਂ ਨੇ। ਜਿੱਥੇ ਉਹਨਾਂ ਨੇ ਕਿਹਾ ਮੁੱਛਾਂ ਖੜੀਆਂ ਰਹਿਣ ਸਾਡੀਆਂ ਉਹ ਵੀ ਕੀਤੀਆਂ, ਅਤੇ ਕਹਿੰਦੇ ਜਿੱਦ ਨਹੀਂ ਕਰਨੀ ਜੇ ਸਰੀਰ ਦੇਣ ਠੀਕ ਹੈ ਨਹੀਂ ਤਾਂ ਨਾ ਸਹੀ। ਪਰ ਉਸ ਵੇਲੇ ਉਹਨਾਂ ਦੇ ਮਾਪਿਆਂ ਦੀ ਅੱਜ ਵੀ ਇੰਟਰਵਿਊ ਹੈ, ਕਹਿੰਦੇ ਫਿਰ ਉਸ ਵੇਲੇ ਜਿਹੜੇ ਸਿਪਾਹੀ ਸਨ ਸਾਡੇ ਨਾਲ ਕਹਿੰਦੇ ਬੜੀ ਉਹਨਾਂ ਨੇ ਹਮਦਰਦੀ ਕੀਤੀ, ਵਾਹਿਗੁਰੂ ਜਾਣੇ ਕਿਉਂਕਿ ਇਹੋ ਜਿਹਾ ਐਡਾ ਵੱਡਾ ਸਾਕਾ ਹੋਇਆ ਹੋਵੇ ਪਾਪੀ ਦਿਲ ਵੀ ਦਰਬ ਆਉਂਦਾ ਹੈ। ਕਹਿੰਦੇ ਸਾਨੂੰ ਗੁਰਦੁਆਰਾ ਸਾਹਿਬ ਤੋਂ ਲਗਾਏ ਅਤੇ ਸ਼ਹੀਦਾਂ ਦੇ ਸਾਨੂੰ ਦਰਸ਼ਨ ਕਰਾਏ ਪੁੱਤਰਾਂ ਦੇ, ਉਹਨਾਂ ਦੇ ਅਸੀਂ ਇਸ਼ਨਾਨ ਕਰਾਏ। ਇੱਕ ਕਮਾਦ ਦੇ ਖੇਤ ਦੇ ਵਿੱਚ ਉਹਨਾਂ ਨੇ ਗੱਭਿਓਂ ਗੰਨਾ ਕੱਟ ਕੇ ਅਤੇ ਉਹਨਾਂ ਨੇ ਉੱਥੇ ਚਿਖਾ ਬਣਾਈ ਹੋਈ ਸੀ, ਅਤੇ ਸਾਨੂੰ ਨਹੀਂ ਸੀ ਪਤਾ ਵੀ ਕਿੱਧਰ ਦੀ ਲਗਾਏ ਅਤੇ ਕਿੱਧਰ ਦੀ ਉਹ ਗਏ ਕਿਉਂਕਿ ਹਨੇਰਾ ਸੀ। ਉੱਥੇ ਲਿਜਾ ਕੇ ਬਸ ਸਾਨੂੰ ਬਾਹਲਾ ਕੁਝ ਕਰਨ ਵਾਸਤੇ ਨਹੀਂ, ਗੁਰਦੁਆਰਾ ਸਾਹਿਬ ਦੇ ਭਾਈ ਜੀ ਗਏ ਸਾਨੂੰ ਅਰਦਾਸ ਕਰਾਈ ਅਤੇ ਚਿਖਾ ਨੂੰ ਲਾਇਆ ਚੰਡਾ, ਅਤੇ ਉਸੇ ਵੇਲੇ ਅਰਥੀਆਂ ਠੰਡੀਆਂ ਕਰਕੇ ਨਰਮਦਾ ਨਦੀ ਦੇ ਵਿੱਚ ਉਹ ਅਸਥੀਆਂ ਜਿਹੜੀਆਂ ਜਲ ਪ੍ਰਵਾਹ ਕਰਾਈਆਂ, ਕਿਉਂਕਿ ਨਾਲ ਨਹੀਂ ਲਿਆਉਣ ਦਿੱਤੀਆਂ ਕਿਉਂਕਿ ਸ਼ਹੀਦਾਂ ਦੀਆਂ ਅਸਥੀਆਂ ਤੋਂ ਵੀ ਸਰਕਾਰ ਡਰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਇਹ ਕਾਰਜ ਕਰਕੇ ਪੁੱਤਰਾਂ ਨੂੰ ਮੌਤ ਲਾੜੀ ਨਾਲ ਵਿਆਹ ਕੇ ਉਹਨਾਂ ਦੇ ਸੰਸਕਾਰ ਕਰਕੇ ਜਦੋਂ ਟ੍ਰੇਨਾਂ ਅਤੇ ਬੱਸਾਂ ਵਿੱਚ ਬੈਠੇ ਪੂਨੇ ਤੋਂ ਲੈ ਕੇ ਪੰਜਾਬ ਤੱਕ ਆਪਣੇ ਪੁੱਤਰਾਂ ਦੇ ਕਹਿਣੇ 'ਤੇ ਜਿਵੇਂ ਉਹ ਦੋ ਮਾਵਾਂ, ਮਾਤਾ ਗੁਰਨਾਮ ਕੌਰ ਹਰਜਿੰਦਰ ਸਿੰਘ ਜਿੰਦੇ ਦੀ ਮਾਤਾ ਅਤੇ ਮਾਤਾ ਸੁਰਜੀਤ ਕੌਰ ਸੁਖਦੇਵ ਸਿੰਘ ਸੁਖੇ ਦੀ ਮਾਤਾ ਸਤਿਗੁਰੂ ਕੇ ਪਿਆਰੇ ਅਜੇ ਜਿਉਂਦੀ ਹੈ, ਜਿੰਦੇ ਦੇ ਮਾਤਾ ਜੀ ਚੜ੍ਹਾਈ ਕਰ ਗਏ ਹਨ। ਜਦੋਂ ਵੀ ਕਿਤੇ ਕਿਤੇ ਸਮਾਂ ਲੱਗੇ ਅਤੇ ਉਹ 16 FF ਕਰਨਪੁਰ ਦੇ ਵਿੱਚ ਰਾਜਸਥਾਨ ਵਿੱਚ ਰਹਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਤੇ ਇਹੋ ਜਿਹੇ ਪਰਿਵਾਰਾਂ ਦੇ ਦਰਸ਼ਨ ਕਰਕੇ ਆਓ ਅਤੇ ਜੀਵਨ ਹੀ ਸੁਧਰ ਜਾਂਦਾ, ਹੌਸਲਾ ਬਣ ਜਾਂਦਾ। ਖਾਲਸਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਉਹਨਾਂ ਸ਼ਹੀਦਾਂ ਦੀਆਂ ਮਾਵਾਂ ਨੇ ਪੂਨੇ ਤੋਂ ਲੈ ਕੇ ਪੰਜਾਬ ਤੱਕ ਜਿਵੇਂ ਲੱਡੂ ਵੰਡੇ। ਇਹ ਕਵਿਤਾ ਕਹਿ ਕੇ ਸਮਾਪਤੀ ਹੈ ਖਾਲਸਾ ਜੀ। ਹੋਈਆਂ ਭੁੱਲਾਂ ਦੇ ਖਿਮਾਂ ਐਸ ਆਸਟ੍ਰੇਲੀਆ ਦੇ ਇਹ 8 ਕੁ ਦਿਨਾਂ ਦੇ ਟੂਰ ਵਿੱਚ ਐਤਵਾਰ ਸੁਬਾਹ ਦੇ ਦੀਵਾਨਾਂ ਤੋਂ ਜੋ ਪੜਾਈ ਵਾਲੀ ਸੰਗਤ ਅਤੇ ਕੀਸਬਰੋ ਦੀ ਸੰਗਤ ਨੇ 6ਵੇਂ ਪਾਤਸ਼ਾਹ ਮਹਾਰਾਜ ਦੇ ਅਵਤਾਰ ਪੁਰਬ ਤੋਂ ਆਰੰਭ ਕੀਤਾ, ਕਰੇਗੀ ਵਰਨ ਦੇ ਵਿੱਚ ਸ਼ਹੀਦੀ ਸਮਾਗਮ ਸੀ 5ਵੇਂ ਪਾਤਸ਼ਾਹ ਜੀ ਦਾ ਅਤੇ 84 ਦੇ ਸ਼ਹੀਦਾਂ ਦਾ, 5 ਦਿਨ ਉੱਥੇ ਲਾ ਕੇ ਆਏ ਹਾਂ। 2 ਦਿਨ ਪਹਿਲਾਂ ਤੁਹਾਡੇ ਲਾਏ ਸੀ, ਅੱਜ ਆਖਰੀ ਦੀਵਾਨ ਹੈ, ਤੁਹਾਡੇ ਹੀ ਸ਼ੁਰੂ ਕੀਤਾ ਅਤੇ ਤੁਹਾਡੇ ਹੀ ਸਮਾਪਤੀ ਹੈ। ਗੁਰੂ ਕੀਆਂ ਸੰਗਤਾਂ ਅਤੇ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ, ਇਹ ਸਮਾਗਮ ਅਤੇ ਪ੍ਰੋਗਰਾਮ ਨਿਭੇ ਹਨ। ਇੰਨੇ ਦਿਨਾਂ ਵਿੱਚ ਕੋਈ ਬੋਲਦਿਆਂ ਕੋਈ ਤੁਰਿਆਂ ਫਿਰਦਿਆਂ ਗੁਰੂ ਕੇ ਪਿਆਰਿਓ ਗਲਤੀ ਹੋਵੇ ਅਤੇ ਗੁਰੂ ਕੀ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਲੈ ਬਖਸ਼ ਦੇਣੀ ਜੀ। ਸੋ ਆਓ ਪਿਆਰ ਦੇ ਨਾਲ, ਇੱਕੋ ਹੀ ਬੇਨਤੀ ਹੈ ਵੀ ਖਾਲਸਿਓ, ਖਾਲਸੇ ਬਣਾਂਗੇ ਅਤੇ ਖਾਲਿਸਤਾਨ ਬਣਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਉੱਥੇ ਵੀ ਬੜੇ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲਈ ਹੈ, ਜਿੱਥੇ ਜਿੱਥੇ ਕਦੇ ਅੰਮ੍ਰਿਤ ਸੰਚਾਰ ਹੋਵੇ ਅਤੇ ਚੜ੍ਹਦੀ ਕਲਾ ਵਿੱਚ ਹੋਵੋ ਖਾਲਸਾ ਜੀ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਹੋਈ ਅਤੇ ਹਿੰਦੂਆਂ ਦੇ ਚੰਗੇ ਪਰਿਵਾਰਾਂ ਨੇ ਪ੍ਰਣ ਕੀਤਾ ਸੀ ਕਿ ਜਿਹੜਾ ਸਾਡਾ ਪਹਿਲਾ ਬੱਚਾ ਹੋਵੇਗਾ ਉਹ ਅੰਮ੍ਰਿਤ ਛਕਾ ਕੇ ਸਿੱਖ ਬਣਾਉਣਾ ਹੈ। ਆ ਖੱਤਰੀ ਰੋੜੇ ਸਾਰੇ ਜਿਹੜੇ ਬ੍ਰਾਹਮਣਾਂ 'ਚੋਂ ਆਏ ਨੇ ਉਹ ਉਸ ਵੇਲੇ ਦੇ ਉਪਕਾਰ ਤੋਂ ਪ੍ਰਭਾਵਿਤ ਹੋ ਕੇ ਆਪਣਾ ਬੱਚਾ ਉਹ ਸਿੱਖ ਬਣਾਉਂਦੇ ਸਨ, ਅਤੇ ਅੱਜ ਆਪਾਂ ਨੂੰ ਵੀ 84 ਤੋਂ
ਕੁਝ ਅੱਜ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਆਪਾਂ ਵੀ ਕੌਮ ਦੇ ਪਹਿਰੇਦਾਰ ਆਪਣੇ ਬੱਚੇ ਬੱਚਿਆਂ ਨੂੰ ਅੰਮ੍ਰਿਤ ਛਕਾ ਕੇ ਬਾਣੀ ਅਤੇ ਬਾਣੇ ਦੇ ਲੜ ਲਾ ਕੇ ਗੁਰੂ ਕੇ ਪਿਆਰੇ ਬਾਣੇ ਵਿੱਚ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿਪਾਹੀ ਬਣਾਈਏ। ਉਹ ਗੁਰੂ ਕੇ ਸਿੱਖੋ ਤੁਹਾਡੇ ਐਨ ਬਸ ਬਾਣੇ 'ਚ ਆਉਣ ਦੀ ਲੋੜ ਹੀ ਹੈ। ਇੱਕ ਦੋ ਮਿੰਟ ਦੀ ਮੈਂ ਗੱਲ ਕਹਿ ਕੇ ਸਮਾਪਤੀ ਕਰਾਂਗਾ। ਖਾਲਸਾ ਜੀ, ਦਾਸ ਇੱਕ ਪਲਾਸਟਿਕ ਦੀ ਫੈਕਟਰੀ 'ਚ ਕੰਮ ਕਰਦਾ, ਉੱਥੇ ਫੂਡ ਪੈਕਜਿੰਗ ਦੀ ਪਲਾਸਟਿਕ ਬਣਦੀ ਹੈ ਅਤੇ ਉੱਥੇ ਕਬੂਤਰ ਬੜਾ ਗੰਦ ਪਾਇਆ ਕਰਨ ਜਦੋਂ ਉਹਨਾਂ ਦੇ ਕਸਟਮਰ ਆਉਣ, ਅਤੇ ਕਸਟਮਰ ਜਿਹੜੇ ਸਿਆਣੇ ਬੜੇ ਹੁੰਦੇ ਉਹ ਕਬੂਤਰ ਦੇਖ ਕੇ ਵੀ ਇੱਥੇ ਤੁਹਾਡੇ ਸਫਾਈ ਨਹੀਂ ਹੋਣੀ, ਅਤੇ ਉਹਨਾਂ ਨੇ ਬੜਾ ਪਿੱਟ ਕੰਟਰੋਲ ਵਾਲਿਆਂ ਨੂੰ ਖਰਚਾ ਕੀਤਾ, ਉਹਨਾਂ ਨੂੰ ਸੱਦਿਆ ਅਤੇ ਉਹਨਾਂ ਨੇ ਬਥੇਰੇ ਗਲੇਲਾਂ ਗਲੂਲਾਂ ਮਾਰ ਕੇ ਗੋਲੀਆਂ ਮਾਰ ਕੇ ਕਬੂਤਰ ਭਜਾਏ, ਪਰ ਚਾਰ ਭੱਜਣ 'ਚ ਫਿਰ ਆ ਜਾਣ। ਉਹ ਕਹਿੰਦੇ ਜੀ ਹਟਦੇ ਨਹੀਂ, ਕਹਿੰਦੇ ਹੁਣ ਸਾਡੇ ਕੋਲ ਇਹਨਾਂ ਦਾ ਇਲਾਜ ਹੈਗਾ, ਇਹਨਾਂ ਇੱਦਾਂ ਨਹੀਂ ਹਟਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰਿਓ, ਉਹਨਾਂ ਨੇ ਫਿਰ ਕੀ ਕੀਤਾ, ਉਹ ਪੈਟ ਕੰਟਰੋਲ ਵਾਲੀ ਇੱਕ ਕੰਪਨੀ ਹੈ, ਉਹਨਾਂ ਨੇ ਫਿਰ ਲਿਆਂਦਾ ਬਾਜ। ਤੁਹਾਨੂੰ ਪਤਾ ਨਾ ਵੀ ਚਾਰਾਂ ਲੱਤਾਂ ਵਾਲਿਆਂ ਵਿੱਚੋਂ ਸ਼ੇਰ ਤਗੜਾ ਅਤੇ ਉੱਡਣ ਵਾਲੇ ਪੰਛੀਆਂ ਵਿੱਚੋਂ ਬਾਜ ਤਗੜਾ। ਬਾਜ ਤੋਂ ਸਾਰੇ ਹੀ ਡਰਦੇ ਨੇ। ਜਿਹੜਾ ਬਾਜ ਛੇਵੇਂ ਪਾਤਸ਼ਾਹ ਦੇ ਹੱਥ 'ਤੇ ਸਜਦਾ ਰਿਹਾ, ਜਿਹੜਾ ਬਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਹੱਥ 'ਤੇ ਰੱਖਦੇ ਰਹੇ, ਤਾਂ ਤਖਲਸ ਹੈ ਸਤਿਗੁਰੂ ਮੇਰਾ ਬਾਜਾਂ ਵਾਲਾ। ਅਤੇ ਉਹ ਬਾਜ ਜਦੋਂ ਉਹਨਾਂ ਨੇ ਲਿਆਂਦਾ ਨਾ ਕੰਪਨੀ ਵਾਲਿਆਂ ਨੇ, ਅਤੇ ਮੈਂ ਉੱਥੇ ਕੰਮ ਕਰਦਾ ਸੀ, ਮੈਂ ਜਦੋਂ ਪਿੰਜਰੇ ਦੇ ਵਿੱਚੋਂ ਛੱਡਿਆ ਨਾ, ਬਾਜ ਨੇ ਦੋ ਡਾਰੀਆਂ ਮਾਰੀਆਂ, ਖਾਧਾ ਨਹੀਂ ਕੋਈ ਕਬੂਤਰ, ਪਰ ਬਾਜ ਨੂੰ ਦੇਖ ਕੇ ਹੀ ਕਬੂਤਰ ਬਿੱਠਾ ਕਰਦੇ ਉੱਥੋਂ ਦੌੜ ਗਏ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਕਾਲਾਂ ਤੱਕ ਨਹੀਂ ਬਾਜ ਬੜਿਆ, ਉਹਨਾਂ ਦੋ ਚਾਰ ਕਬੂਤਰ ਨਹੀਂ ਬੜਿਆ, ਉੱਥੇ ਮੁੜ ਕੇ ਆਣ ਕੇ ਦੋ ਚਾਰ ਵਾਰੀ ਲਿਆਂਦਾ ਅਤੇ ਕਬੂਤਰਾਂ ਨੇ ਆਪਣਾ ਅੱਡਾ ਬਦਲ ਲਿਆ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘੋ, ਤੁਸੀਂ ਗੁਰੂ ਕੇ ਬਾਜ ਹੋ, ਬਾਣੇ ਵਾਲਿਓ, ਬਾਣੀ ਵਾਲਿਓ, ਸ਼ਸਤਰਾਂ ਵਾਲਿਓ, ਤੁਹਾਨੂੰ ਕਿਸੇ ਦੇ ਸ਼ਸਤਰ ਮਾਰਨ ਦੀ ਲੋੜ ਨਹੀਂ। ਸਤਿਗੁਰੂ ਕੇ ਪਿਆਰੇ ਬਾਜ ਬਣੋ ਅਤੇ ਜਿੱਥੇ ਵੀ ਸਿੱਖੀ ਵਿੱਚ ਗੰਦ ਪਾਉਣ ਵਾਲੇ ਇਹ ਕਬੂਤਰ ਜਿਹੜੇ ਸਰਕਾਰ ਦੇ ਸਾਡੇ ਛੱਡੇ ਹੋਏ ਆ ਨਾ, ਇਹ ਕਿਤੇ ਆਉਂਦੇ ਆ ਅਤੇ ਉਹਨਾਂ ਨੂੰ ਖਾਣ ਦੀ ਲੋੜ ਨਹੀਂ, ਉਹਨਾਂ ਨੂੰ ਵੱਢਣ ਦੀ ਲੋੜ ਨਹੀਂ, ਤੁਸੀਂ ਚੁੱਪ ਕਰਕੇ ਬਾਜ ਗੁਰੂ ਕੇ ਗੇੜਾ ਦਿਓ ਅਤੇ ਇਹਨਾਂ ਨੇ ਬਿੱਠਾਂ ਕਰਦਿਆਂ ਦੌੜ ਜਾਣਾ, ਗੱਜ ਕੇ ਆਖੋ ਸਤਨਾਮ। ਤੁਹਾਡੇ ਏਕੇ ਦੀ ਅਤੇ ਤੁਹਾਡੇ ਗੇੜੇ ਦੀ ਹੀ ਲੋੜ ਹੈ, ਆਪਣਾ ਫਰਜ਼ ਨਿਭਾਓ। ਜਿਹੜਾ ਇੱਕ ਵਰਦੀ ਵਾਲਾ ਜਿਹੜਾ ਪਹਿਰੇਦਾਰ ਹੈ ਉਹ ਜਾਗਦਾ ਤੁਰਿਆ ਫਿਰੇ ਅਤੇ ਚੋਰ ਉੱਥੇ ਪਹੁੰਚਾ ਹੋਇਆ ਵੀ ਉਹਦੀ ਜ਼ਰੂਰਤ ਨਹੀਂ ਵੀ ਉਸ ਮਕਾਨ ਦਾ, ਉਸ ਘਰ ਦਾ ਕੋਈ ਵਿੰਡਾ ਭੰਨ ਦੇਵੇ, ਸਿਰਫ ਆਪਾਂ ਹੀ ਸੁੱਤੇ ਹਾਂ ਖਾਲਸਾ ਜੀ। ਚੋਰ ਪਹਿਲਾਂ ਵੀ ਸੀ ਅਤੇ ਹੁਣ ਵੀ ਨੇ, ਪਰ ਚੋਰੀਆਂ ਨੂੰ ਦਾਗ ਲੱਗ ਗਿਆ ਵੀ ਆਪਾਂ ਚੋਰਾਂ ਤੋਂ, ਸਮਝ ਲਿਆ ਵੀ ਇਹ ਸਾਡੇ ਪਰਾਹੁਣੇ ਹੀ ਆ, ਸਾਡੇ ਪ੍ਰਚਾਰ ਕੀ ਆ, ਬਸ ਇੰਨਾ ਕੁ ਫਰਕ ਪਿਆ, ਉਹਨੂੰ ਸਮਝਣ ਦੀ ਲੋੜ ਹੈ। ਪਰ ਜਿਨ੍ਹਾਂ ਨੇ ਪਹਿਰੇਦਾਰੀ ਕੀਤੀ ਹੈ ਉਹਨਾਂ ਨੇ ਇੰਦਰਾ ਉਹਦੇ ਘਰ ਵਿੱਚ ਜਾ ਕੇ ਗੁਰੂ ਕੇ ਬਾਜਾਂ ਨੇ ਬੁੱਝ ਲਈ, ਸਤਿਗੁਰੂ ਕੇ ਪਿਆਰਿਆਂ ਨੇ ਪੂਨੇ ਵਿੱਚ ਜਾ ਕੇ ਝਵਟ ਮਾਰ ਕੇ ਜਰਨਲ ਵੈਦਿਆ ਐਨ ਠੰਡਾ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਲਾਲਾਂ ਨੂੰ ਸ਼ਹੀਦੀ ਤੋਂ ਬਾਅਦ ਸੰਸਕਾਰ ਕਰਕੇ ਮਾਪਿਆਂ ਨੇ ਜਿਵੇਂ ਲੱਡੂ ਵੰਡੇ ਖਾਲਸਾ ਜੀ, ਉਸ ਵੇਲੇ ਦੀਆਂ ਚੜ੍ਹਦੀ ਕਲਾ ਵਾਲੀਆਂ ਸਾਡੇ ਵਾਸਤੇ ਫਖਰ ਵਾਲੀਆਂ ਗੱਲਾਂ ਨੇ। ਮਾਤਾਵੋ ਅਤੇ ਭੈਣੋ ਵੀਰੋ, ਸੁਣਨ ਵਾਲੀ ਕਵਿਤਾ ਹੈ, ਆਓ ਪਿਆਰ ਨਾਲ ਧਿਆਨ ਨਾਲ ਸਰਵਣ ਕਰੋ, ਸਾਡੀਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ, ਆਉਣ ਵਾਲਾ ਪ੍ਰੋਗਰਾਮ ਤੋਂ ਬਾਅਦ ਸਰਵਣ ਕਰਨਾ, ਪਿਆਰ ਵਿੱਚ ਆਓ ਅਤੇ ਪ੍ਰੇਮ ਦੇ ਨਾਲ ਸੁਣੀਏ, ਪਿਆਰ ਨਾਲ ਲੱਡੂ ਵੰਡੇ ਮਾਤਾ ਵੇਖੋ ਪੁੱਤ ਵਾਰ ਕੇ। ਏ ਜੀ ਕਰ ਸਸਕਾਰ ਕੌਮ ਦੇ ਸ਼ਹੀਦਾਂ ਦਾ, ਰੋਤਬਾਨ ਯਾਰਾ ਗੁਰੂ ਦੇ ਮਰੀਦਾਂ ਦਾ, ਰੋਤਬਾਨ ਯਾਰਾ ਗੁਰੂ ਦੇ ਮਰੀਦਾਂ ਦਾ, ਯਾਰ ਦੱਸੀ ਥਾਂ ਤੇ ਪੁੱਤ ਸਸਕਾਰ ਕੇ, ਲੱਡੂ ਵੰਡੇ ਮਾਤਾ ਵੇਖੋ ਪੁੱਤ ਵਾਰ ਕੇ, ਲੱਡੂ ਵੰਡੇ ਮਾਤਾ ਵੇਖੋ ਪੁੱਤ ਵਾਰ ਕੇ। ਓ ਬਾਬੇ ਜਿੰਦੇ ਸੁਖੇ ਦੇ ਦੁਲੇਰ ਧਰਮੀ, ਜਿਹਨਾਂ ਦੀਆਂ ਪੁੱਤਾਂ ਦੀ ਅਨੋਖੀ ਕਰਨੀ, ਜਿਹਨਾਂ ਦੀਆਂ ਪੁੱਤਾਂ ਦੀ ਅਨੋਖੀ ਕਰਨੀ, ਲੱਡੂ ਵੰਡੇ ਮਾਤਾ ਵੇਖੋ ਪੁੱਤ ਵਾਰ ਕੇ, ਲੱਡੂ ਵੰਡੇ ਮਾਤਾ ਵੇਖੋ ਪੁੱਤ ਵਾਰ ਕੇ। ਉਹ ਸ਼ਹੀਦੀ ਪਿੱਛੋਂ ਰੋਣਾ ਨਹੀਂ ਜੇ ਲੱਡੂ ਵੰਡਣੇ, ਜਨਮ ਦੁਆਰਾ ਲੈ ਕੇ ਪਾਪੀ ਛੰਡਣੇ, ਜਨਮ ਦੁਆਰਾ
ਸਰਦਾਰਾਂ ਨੂੰ ਸਦਾ ਹੀ ਪੰਡਿਓ ਵੇਖ ਜਾਣ ਜਾਣੇ ਕੌਮ ਨੂੰ ਮਸਾਰ ਕੇ ਲੱਡੂ ਵੰਡੇ ਮਾਤਾ ਵੇਖੋ ਪੁੱਤ ਵਾਰ ਕੇ ਲੱਡੂ ਵੰਡੇ ਮਾਤਾ ਵੇਖੋ ਪੁੱਤ ਵਾਰ ਕੇ ਬੱਸ ਵਿੱਚੋਂ ਜਦੋਂ ਕੋਈ ਸਵਾਰੀ ਲੈਂਦੀ ਹੈ ਲੱਡੂ ਲੈ ਲਓ ਮਾਤਾ ਜੀ ਜਿੰਦੇ ਦੀ ਕਹਿੰਦੀ ਹੈ ਲੱਡੂ ਲੈ ਲਓ ਮਾਤਾ ਜੀ ਸੁੱਖੇ ਦੀ ਕਹਿੰਦੀ ਹੈ ਲੱਡੂ ਕਾਹਦੇ ਮਾਤਾ ਦੱਸ ਦੀ ਸਵਾਰ ਕੇ ਲੱਡੂ ਵਾਂਡੇ ਮਾਤਾ ਵੇਖੋ ਪੁੱਤ ਵਾਰ ਕੇ ਲੱਡੂ ਵਾਂਡੇ ਮਾਤਾ ਵੇਖੋ ਪੁੱਤ ਵਾਰ ਕੇ ਬੱਚਿਆਂ ਦੇ ਟੋਟੇ ਚੋਲੀ ਜੋ ਪਵਾਉਂਦੀਆਂ ਬੱਚਿਆਂ ਦੇ ਟੋਟੇ ਚੋਲੀ ਜੋ ਪਵਾਉਂਦੀਆਂ ਪੁੱਤ ਪਾਲ ਦੇਣ ਸ਼ਿੰਗਾਰ ਕੇ ਲੱਡੂ ਵੰਡੇ ਮਾਤਾ ਵੇਖੋ ਪੁੱਤ ਵਾਰ ਕੇ ਲੱਡੂ ਵੰਡੇ ਮਾਤਾ ਵੇਖੋ ਪੁੱਤ ਵਾਰ ਕੇ ਲਾਈ ਐ ਜਵਾਨੀ ਕੌਮ ਲਈ ਜੀਰੇ ਪੁੱਤਾਂ ਲਾਈ ਐ ਜਵਾਨੀ ਕੌਮ ਲਈ ਕੌਮ ਦੇ ਸਿਤਾਬ ਦੇ ਦਿਲਾਂ ਨੂੰ ਠਾਰ ਕੇ ਲੱਡੂ ਵੰਡੇ ਮਾਤਾ ਵੇਖੋ ਪੁੱਤ ਵਾਰ ਕੇ ਲੱਡੂ ਵੰਡੇ ਮਾਤਾ ਵੇਖੋ ਪੁੱਤ ਵਾਰ ਕੇ ਸ਼ਹੀਦ ਸਦਾ ਜਸ ਲੈਣਗੇ ਕੌਮ ਦੇ ਸ਼ਹੀਦ ਸਦਾ ਜਸ ਲੈਣਗੇ ਗੌਣ ਜਸ ਜਾਗੋਵਾਲਿਆ ਸ਼ਿੰਗਾਰ ਕੇ ਲੱਡੂ ਵੰਡੇ ਮਾਤਾ ਵੇਖੋ ਪੁੱਤ ਵਾਰ ਕੇ ਲੱਡੂ ਵੰਡੇ ਮਾਤਾ ਵੇਖੋ ਪੁੱਤ ਵਾਰ ਕੇ ਕੁਰਬਾਨੀ ਸਾਡੀਆਂ ਮਾਵਾਂ ਦੀ ਜਿਹੜੀਆਂ ਕਦੇ ਮੀਰ ਮੰਨੂ ਦੀ ਜੇਲ੍ਹ ਵਿੱਚ ਆਪਣੇ ਪੁੱਤਾਂ ਦੇ ਟੋਟੇ ਆਪਣੇ ਗਲਾਂ ਵਿੱਚ ਪਵਾ ਕੇ ਸ਼ਾਮ ਨੂੰ ਰਹਿਰਾਸ ਸਾਹਿਬ ਤੋਂ ਅਰਦਾਸ ਕਰਦੀਆਂ ਨੇ ਸਤਿਗੁਰ ਚਾਰ ਪਹਿਰ ਦਿਨ ਤੇਰੇ ਭਾਣੇ ਵਿੱਚ ਬਤੀਤ ਹੋਇਆ ਚਾਰ ਪਹਿਰ ਰਾਤ ਆਈ ਹੈ ਤੇਰੇ ਭਾਣੇ ਵਿੱਚ ਬਤੀਤ ਹੋਵੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਧੰਨ ਮਾਵਾਂ ਉਹਨਾਂ ਦੀ ਅਣਸ ਬਣਸ ਖਾਲਸਾ ਜੀ ਇਹ ਜਿਨ੍ਹਾਂ ਦੇ ਪੁੱਤਰਾਂ ਨੇ ਅੱਜ ਸੂਰਮੇ ਬਣ ਬਣ ਕੇ ਕੌਮ ਦੀ ਰਾਖੀ ਕੀਤੀ ਹੈ ਸੋ ਸਤਿਗੁਰੂ ਕੇ ਪਿਆਰਿਓ ਇੰਨਾ ਕੁ ਇਤਿਹਾਸ ਕਹਿੰਦੇ ਹੋਏ ਕਿਉਂਕਿ ਸਮਾਂ ਆਪਣੀ ਚਾਲੇ ਤੁਰਿਆ ਜਾਂਦਾ ਹੈ ਦਸ ਪੰਦਰਾਂ ਮਿੰਟ ਸਗੋਂ ਉੱਪਰ ਹੀ ਹੋ ਗਏ ਨੇ ਗੁਰੂ ਘਰ ਦੇ ਪ੍ਰਬੰਧਕਾਂ ਪਾਸੋਂ ਗੁਰੂ ਕੀਆਂ ਸੰਗਤਾਂ ਪਾਸੋਂ ਵੱਧ ਸਮੇਂ ਦੀ ਖਿਮਾ ਬੋਲਦਿਆਂ ਇੱਕ ਨਹੀਂ ਅਨੇਕ ਗਲਤੀਆਂ ਅਸੀਂ ਕੀਤੀਆਂ ਹੋਣਗੀਆਂ ਕਿਉਂਕਿ ਪ੍ਰਸੰਗ ਆਪਾਂ ਸ਼ੁਰੂ ਕਰ ਲੈਂਦੇ ਪੂਰਿਆਂ ਦਾ ਅਸੀਂ ਹਾਂ ਅਧੂਰੇ ਪੂਰੇ ਦੀ ਗੱਲ ਅਧੂਰਾ ਬੰਦਾ ਕਦੇ ਪੂਰੀ ਨਹੀਂ ਕਰ ਸਕਦਾ ਪਰ ਜਿੰਨੀ ਕੁ ਕੀਤੀ ਹੈ ਜੇ ਇਹਦੇ ਵਿੱਚੋਂ ਸਹੀ ਹੋਵੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਪ੍ਰਵਾਨ ਕਰਨ ਅਤੇ ਗੁਰੂ ਕੇ ਪਿਆਰਿਓ ਆਪਾਂ ਨੂੰ ਲੋੜ ਨਹੀਂ ਫਾਂਸੀ ਦੇ ਤਖ਼ਤੇ ਤੱਕ ਆਪਾਂ ਜਾ ਨਹੀਂ ਸਕਣਾ ਉਹ ਤਾਂ ਬਹੁਤ ਵੱਡੀ ਕਿਸਮਤ ਵਾਲੇ ਅਤੇ ਸਪੈਸ਼ਲ ਰੂਹਾਂ ਆਈਆਂ ਹੁੰਦੀਆਂ ਨੇ ਉਹ ਕਿਤੇ ਆਪਾਂ ਕਹਿ ਨਹੀਂ ਸਕਦੇ ਵੀ ਅਸੀਂ ਜਿੰਦੇ ਸੁੱਖੇ ਹੋਣਾਂ ਨੂੰ ਅਸੀਂ ਤੋਰਿਆ ਜੀ ਸਵਰਨ ਸਿੰਘ ਬੇਅੰਤ ਸਿੰਘ ਨੂੰ ਅਸੀਂ ਤੋਰਿਆ ਦਿਲਾਵਰ ਸਿੰਘ ਨੂੰ ਨਹੀਂ ਉਹ ਤਾਂ ਪਹਿਲਾਂ ਹੀ ਡਿਊਟੀਆਂ ਪਰਮੇਸ਼ਰ ਨੇ ਲਾਈਆਂ ਹੋਈਆਂ ਨੇ ਜਿਵੇਂ ਕੋਈ ਵੱਡੀ ਬਿਲਡਿੰਗ ਬਣਦੀ ਹੈ ਅਤੇ ਉਹਦੇ ਫਾਇਰ ਦੇ ਵਜਾਉਣ ਵਾਲੇ ਯੰਤਰ ਜਿਹੜੇ ਨੇ ਉਹ ਹਰ ਥਾਂ 'ਤੇ ਜਿੱਥੇ ਜਿੱਥੇ ਉਹਨਾਂ ਨੂੰ ਖਤਰਾ ਉੱਥੇ ਉੱਥੇ ਪਹਿਲਾਂ ਹੀ ਬੰਨੇ ਨੇ ਇਸ ਵਾਸਤੇ ਬਾਹਰੋਂ ਜਾਣਾ ਬੜਾ ਮੁਸ਼ਕਿਲ ਸੀ ਅਤੇ ਜਿੱਥੇ ਜਾ ਸਕਦਾ ਸੀ ਉੱਥੇ ਦਾ ਵੀ ਪ੍ਰਬੰਧ ਸੀ ਜਿੱਥੇ ਨਹੀਂ ਸੀ ਜਾ ਸਕਦਾ ਉੱਥੇ ਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਬੰਧ ਕੀਤਾ ਹੋਇਆ ਹੈ ਸੋ ਰਹਿਮਤ ਸਤਿਗੁਰੂ ਸੱਚੇ ਪਾਤਸ਼ਾਹ ਦੀ ਵਰਤਣੀ ਹੈ ਆਪਣਾ ਤਾਂ ਨਾਮ ਬਣਨਾ ਹੈ ਜੇ ਬਣਾ ਸਕਦੇ ਹਾਂ ਪਹਿਰੇਦਾਰ ਬਣ ਕੇ ਪਹਿਰੇਦਾਰ ਬਣਾਂਗੇ ਤਾਂ ਮੁਫਤ ਨਹੀਂ ਸਤਿਗੁਰੂ
ਮੁੱਲ ਨਹੀਂ ਰੱਖਦੇ ਕਿਸੇ ਵੀ ਚੀਜ਼ ਦਾ ਖਾਲਸਾ ਜੀ। ਇੱਕ ਤਿਲ ਨਾ ਭੰਨੈ ਘਾਲੇ, ਇੱਕ ਤਿਲ ਜੋਗੀ ਵੀ ਗੁਰੂ ਕੀ ਸੰਗਤ ਲਈ ਗੁਰੂ ਘਰ ਲਈ ਕੋਈ ਸੇਵਾ ਕਰਦਾ ਹੈ ਤੇ ਸਤਿਗੁਰੂ ਉਹਦਾ ਰੱਖਦੇ ਨੇ, ਖੁਸ਼ੀਆਂ ਬਖਸ਼ਦੇ ਨੇ। ਇਸ ਵਾਸਤੇ ਗੁਰੂ ਕੇ ਪਿਆਰਿਓ ਆਪਾਂ ਆਪਣੇ ਫਰਜ਼ ਨਿਭਾਉਣੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਜੀ, ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀਆਂ ਸੰਗਤਾਂ ਦਾ, ਗੁਰੂ ਘਰ ਦੇ ਪ੍ਰਬੰਧਕਾਂ ਦਾ ਤੈ ਦਿਲੋਂ ਧੰਨਵਾਦ ਕਰਦੇ ਹੋਏ, ਖਿਮਾ ਦੇ ਜਾਤਕ ਹਾਂ, ਬਹੁਤ ਹੀ ਧੰਨਵਾਦੀ ਹਾਂ। ਸਾਡੇ ਪਿੰਡ ਦੇ ਭਾਈ ਪਰਮਜੀਤ ਸਿੰਘ ਜੀ ਜੋ ਸਾਡੇ ਚਾਚਾ ਜੀ ਲੱਗਦੇ ਹਨ, ਉਹਨਾਂ ਨੇ ਬੜਾ ਮਾਣ ਬਖਸ਼ਿਆ ਹੈ। ਭਾਈ ਅਜੀਤ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਬੜਾ ਮਾਣ ਬਖਸ਼ਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਭਾਈ ਸੁਖਵਿੰਦਰ ਸਿੰਘ ਜੀ ਸੱਲ ਅਤੇ ਭਾਈ ਹਰਮੇਲ ਸਿੰਘ ਜੀ ਜੋ ਸਾਡੇ ਪਿੰਡ ਤੋਂ ਗੁਆਂਢੀ ਨੇ, ਬੜਾ ਹੀ ਮਾਣ ਦੇ ਕੇ ਅਤੇ ਆਹ ਗੁਰੂ ਵਰਗੀ ਸੰਗਤ ਦੇ ਦਰਸ਼ਨ ਕਰਨ ਦਾ ਇਹਨਾਂ ਨੇ ਸਮਾਂ ਬਖਸ਼ਿਆ, ਸੰਗਤਾਂ ਨੂੰ ਦਾ ਦਰਸ਼ਨ ਕਰਨ ਦਾ ਸਮਾਂ ਬਖਸ਼ ਕੀਤਾ ਹੈ ਇਹਨਾਂ ਦੇ, ਤੈਅ ਦਿਲੋਂ ਧੰਨਵਾਦੀ ਹਾਂ। ਆਪ ਸੰਗਤਾਂ ਦੇ ਰੋਮ ਰੋਮ ਕਰਕੇ ਧੰਨਵਾਦੀ ਹਾਂ ਕਿ ਸਾਨੂੰ ਬਸੁਰਿਆਂ ਨੂੰ, ਨਿਮਾਣਿਆਂ ਅਤੇ ਨਿਤਾਣਿਆਂ ਨੂੰ ਸੁਣ ਕੇ ਮਾਣ ਬਖਸ਼ਦੇ ਹੋ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਹੀ ਤੁਹਾਡਾ ਅਤੇ ਸਾਡਾ ਪਿਆਰ ਬਣਿਆ ਰਹੇ। ਫਿਰ ਕਿਤੇ ਸਮਾਂ ਮਿਲਿਆ ਅਤੇ ਆਪ ਜੀ ਦੇ ਦਰਸ਼ਨ ਕਰਕੇ ਖੁਸ਼ੀਆਂ ਹਾਸਲ ਕਰਾਂਗੇ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਧਾਈਆ, ਰਾਗ ਰਤਨ ਪਰਿਵਾਰ ਭਰੀਆ, ਸਬਦ ਗਾ ਬਣਿਆਈਆ, ਸਬਦੋ ਤਾਂ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੁਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਬਾਜੀ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬੇਟੋ, ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ ਸਬੁੱਤਰ ਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੁਏ ਦਾਈ ਦਾਇਆ, ਖੇਲਾ ਸਗਲ ਜਗਤ, ਚੰਗਿਆਈਆ ਬੁਰਿਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।
तेरी रास तुम मात पिता हम बारक तेरे तुमरी कृपा में कोई ना जाने तुमरा अंत उचे ते सगल समग्री तुमरा सुतर तारी तुम ते हो ईशो तुमरी गत मित तुम ही जानी नानक दास तुमरी गत मित तुम ही जानी नानक दास तीन ताप निवारण हारा दुखंता सुखरास ताको बिगन्ना को लागे जांकी प्रभागी अरदास अरदास इक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लैन त्याय फिर अंगद गुर ते अमरदास रामदास होए सहाय अर्जन हर गोबिंद न सिमरो श्री हर राय श्री हर कृष्ण त्याय जिस डिठे सब दुख जाए तेग बहादुर सिमरय करनौ नित्यावै ताय सब थाई होए सहाय दसवें पातशाह श्री गुरु गोबिंद सिंह साहब जी सब थाई होए सहाय दसां पातशाह जू श्री ग्रंथ साहब जी दे पाठ दर्शन दीदार दात्यां अंतर खालसा साहब बोलो जी वाहिगुरु पंजा प्यारियां चौहान साहबजादियां चाली मुक्तियां हठियां जपियां तपियां जिन्हां नाम जपिया वंड के छकिया देख चलाई तेग वाही देख के अंडिट कीता तिन्हां प्यारियां सचियारियां दी कमाई दात्यां अंतर खालसा साहब बोलो जी ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹਿਆਰਿਆਂ ਤਨ ਚਰਾਏ ਸਿੱਖੀ ਸਿਦਕ ਕੇਸਾਂ ਸੁਵਾਸਾਂ ਸੰਗ ਨਿਭਾਈ ਤਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਤਿਆਂ ਤਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਤਿਆਂ ਤਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਹਿ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਵਾਹਿਗੁਰੂ ਹੇ ਕਾਲ ਪੁਰਖ ਮਹਾਰਾਜ ਜੀਓ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸਮੂਹ ਗੁਰਦੁਆਰੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਪੰਥ ਨੂੰ ਬਖਸ਼ਿਸ਼ ਕਰਨਾ ਜੀ ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀਓ ਧੰਨ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀਓ ਸ਼ਬਦ ਗੁਰੂ ਚਵਰ ਤਖ ਦੇ ਮਾਲਕ ਜੀ ਆਪ ਜੀ ਦੇ ਹਜ਼ੂਰ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਜੀ ਆਪ ਜੀ ਦੀ ਕਿਰਪਾ ਬਖਸ਼ ਦੁਆਰਾ ਸ਼ਾਮਾਂ ਦੇ ਰਾਤਰੀ ਦੇ ਕੀਰਤਨ ਦੀਵਾਨ ਸਮਾਗਮ ਸਜਾਏ ਗਏ ਜੀ ਸਜੇ ਹੋਏ ਦੀਵਾਨਾਂ ਵਿੱਚ ਸੋਦਾ ਰਹਿਰਾਜ ਸਾਹਿਬ ਜੀ ਦੇ ਪਾਠ ਗੁਰਬਾਣੀ ਦੇ ਕੀਰਤਨ ਗੁਰਬਾਣੀ ਦੀ ਵਿਚਾਰ ਇਤਿਹਾਸ ਦੀ ਵਿਚਾਰ ਹੋਈ ਹੈ ਜੀ ਸੋਦਾ ਰਹਿਰਾਜ ਸਾਹਿਬ ਜੀ ਦੇ ਪਾਠ ਕਰਦਿਆਂ ਦੌਰਾਨ ਗੁਰਬਾਣੀ ਦੇ ਕੀਰਤਨ ਕਰਦਿਆਂ ਦੌਰਾਨ ਗੁਰਬਾਣੀ ਦੀ ਵਿਚਾਰ ਇਤਿਹਾਸ ਦੀ ਵਿਚਾਰ ਕਰਦਿਆਂ ਦੌਰਾਨ ਆਪ ਜੀ ਦੇ ਸੇਵਕਾਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਦੀ ਮਾਫ਼ੀ ਬਖਸ਼ਿਸ਼ ਕਰਨੀ ਜੀ ਅੱਗੇ ਵਾਸਤੇ ਸ਼ੋਧੇ ਸਪਸ਼ਟ ਗੁਰਬਾਣੀ ਪੜ੍ਹ ਸੁਣਨ ਦੀ ਸਮਤ ਬਖਸ਼ਿਸ਼ ਕਰਨੀ ਜੀ ਪੜ੍ਹੀ ਸੁਣੀ ਗੁਰਬਾਣੀ ਸਾਧ ਸੰਗਤਾਂ ਦੇ ਦਾਸਰਿਆਂ ਦੇ ਹਿਰਦਿਆਂ 'ਤੇ ਵਸਾਉਣੀ ਸੱਚੇ ਪਿਤਾ ਜੀ ਉਦਰ ਕਰਦੇ ਸੇਵਾਦਾਰਾਂ ਵੱਲੋਂ ਸੰਗਤਾਂ ਵੱਲੋਂ ਰਲ ਮਿਲ ਕੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਸੱਚੇ ਪਿਤਾ ਜੀ ਸ਼ਾਮਾਂ ਦੇ ਰਾਤਰੀ ਦੇ ਕੀਰਤਨ ਦੀਵਾਨ ਸਜੇ ਨਹੀਂ ਸੱਚੇ ਪਿਤਾ ਜੀ ਆਪ ਜੀ ਨੇ ਕਿਰਪਾ ਕਰਨੀ ਬਖਸ਼ਿਸ਼ ਕਰਨੀ ਜੀ ਸ਼ਹੀਦਾਂ ਸਿੰਘਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੇ ਵੱਲ ਉੱਦਮ ਬਖਸ਼ਿਸ਼ ਕਰਨੀ ਜੀ ਪੰਥ ਖਾਲਸੇ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਪੰਥ ਖਾਲਸੇ ਨੂੰ ਆਪਸ ਵਿੱਚ ਹੀ ਇਤਫਾਕ ਪਿਆਰ ਬਖਸ਼ਿਸ਼ ਕਰਨਾ ਜੀ ਹਰਮਦਾਨ ਫਤਿਹ ਬਖਸ਼ਿਸ਼ ਕਰਨੀ ਜੀ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਜੀ ਆਪਣੇ ਦਰ ਘਰ ਦਾ ਪਿਆਰ ਗੁਰਸਿੱਖੀ ਵਾਲੇ ਜੀਵਨ
ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ, ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਜੀ, ਇਸੇ ਤਰ੍ਹਾਂ ਬੱਚਿਆਂ ਦੇ ਸਿਰ 'ਤੇ ਮੈਂ ਰਹਿਮਤ ਪਰਿਆਤ ਰੱਖਣਾ ਜੀ, ਬੱਚਿਆਂ ਨੂੰ ਗੁਰੂ ਘਰ ਦੇ ਪ੍ਰੇਮੀ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਜੀ, ਵਿੱਦਿਆ ਦੀਆਂ ਦਾਤਾਂ ਗੁਰਸਿੱਖੀ ਵਾਲੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ, ਬਾਣੇ ਬਾਣੇ ਦਾ ਪਿਆਰ ਬਖਸ਼ਿਸ਼ ਕਰਨਾ ਜੀ, ਆਪਣੇ ਦਰ ਘਰ ਦਾ ਪਿਆਰ ਬਖਸ਼ਿਸ਼ ਕਰਨਾ ਸੱਚੇ ਪਿਤਾ ਜੀ। ਉਹ ਆਪ ਜੀ ਨੇ ਪਾਰ ਕਿਰਪਾ ਬਖਸ਼ਿਸ਼ ਕੀਤੀ ਜੀ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਜੀ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਜੀ। ਚਾਰ ਪਹਿਰ ਦੇ ਨਾਲ ਸੀ ਆਪ ਜੀ ਦੇ ਪਾਣੀ ਅੰਦਰ ਸੁੱਖਾਂ ਨਾਲ ਗੁਜ਼ਰਿਆ, ਚਾਰ ਪਹਿਰ ਇਹਨਾਂ ਹੀ ਆਪਣੇ ਭਾਣੇ ਅੰਦਰ ਆਪਣੀ ਰਜਾ ਵਿੱਚ ਬਤੀਤ ਕਰਾਉਣੀ ਜੀ, ਦੇਸ਼ ਪ੍ਰਦੇਸ਼ ਵਿੱਚ ਸਹਾਇਤਾ ਕਰਨੀ, ਸਭ ਸੰਗਤਾਂ ਦੇ ਸਭ ਪਰਿਵਾਰਾਂ ਦੇ ਸਿਰ 'ਤੇ ਮੈਂ ਰਹਿਮਤ ਪ੍ਰਿਆਤ ਰੱਖਣਾ ਜੀ, ਕੰਮਾਂ ਕਾਰਜਾਂ ਵਿੱਚ ਵਾਧੇ ਕਰਨੇ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਗੁਰਸਿੱਖੀ ਵਾਲੇ ਜੀਵਨ ਬਖਸ਼ਿਸ਼ ਕਰਨੇ ਜੀ, ਆਪਣੇ ਦਰ ਘਰ ਦਾ ਪਿਆਰ ਬਖਸ਼ਿਸ਼ ਕਰਨਾ ਜੀ, ਇਸੇ ਤਰ੍ਹਾਂ ਦਰ ਘਰ ਦੇ ਸੇਵਾਦਾਰਾਂ ਦਾ, ਦਰ ਘਰ ਦੀਆਂ ਸੰਗਤਾਂ ਦਾ ਵੱਧ ਤੋਂ ਵੱਧ ਆਪਸ ਵਿੱਚ ਹੀ ਇਤਫਾਕ ਪਿਆਰ ਬਖਸ਼ਿਸ਼ ਕਰੋ, ਆਪਣੇ ਦਰਬਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੋ ਜੀ, ਗੁਰਸਿੱਖੀ ਵਾਲੇ ਜੀਵਨ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸੱਚੇ ਪਿਤਾ ਜੀ। ਉਹ ਆਪ ਜੀ ਦੀਆਂ ਸੰਗਤਾਂ ਵੱਲੋਂ ਤਿਲ ਫੁੱਲ ਭੇਟਾ ਕੀਤਾ ਗਿਆ, ਸਭ ਦੀ ਭੇਟਾ ਸਭ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨੀ ਜੀ, ਗੁਰਮਤਿ ਅਨੁਸਾਰ ਸਭ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ ਜੀ। ਆਪ ਜੀ ਦੀਆਂ ਬਖਸ਼ੀਆਂ ਰਸਤਾਂ ਵਸਤਾਂ ਵਿੱਚੋਂ ਆਪ ਜੀ ਦੀ ਹਜ਼ੂਰੀ ਵਿੱਚ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ। ਅਨ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ, ਆਪ ਭੋਗ ਲਾਭ ਭੋਗ ਲੱਗਿਆ ਪ੍ਰਸ਼ਾਦ, ਸਤ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੋ ਛਕੇ ਸੋ ਆਪ ਜੀ ਦਾ ਨਾਮ ਜਪੇ ਜੀ। ਆਪ ਕਿਰਪਾ ਕਰੋ ਬਖਸ਼ਿਸ਼ ਕਰੋ ਜੀ, ਆਪਣੇ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਜੀ, ਸੇ ਗੁਰਮ ਪਿਆਰੇ ਮਿਲਾਉਣੇ, ਜਿਨ੍ਹਾਂ ਮਿਲਿਆ ਸਵਾਸ ਸਵਾਸ ਸਾਹਿਬ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਜਾਗਿਆ ਪਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ, ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਉ, ਖੇਤ ਜੋ ਮਾਂਡਿਓ ਸੂਰਮਾ ਅਬ ਜੋ ਜਨ ਕੋ ਦਾਉ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੈ ਖੇਤ, ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਹਰ ਕੈ ਦੁਆਰ, ਮਤ ਹਰ ਪੂਛੈ ਕੌਣ ਹੈ ਪਰਾ ਹਮਾਰੈ ਬਾਰ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ, ਸੁਖਉ ਟਲ ਗੁਰ ਸੇਵੀਐ ਐਸ ਸਹਿਜ ਸੁਭਾਈ, ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ, ਹੋਵੈ ਸਿਫਤ ਕਸਮ ਦੀ
ਨੂਰ ਅਰਸੋ ਕੁਰਸੋ ਝੱਟੀ ਹੈ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੈ ਸੱਜਣ ਸੱਚਾ ਪਾਤਸ਼ਾਹੋ ਸਿਰਸਾ ਹਾਂ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ ਬਿਘਨ ਗਏ ਹਰ ਨਾਈ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ ਬਿਘਨ ਗਏ ਹਰ ਨਾਈ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ ਰਹਾਉ ਪ੍ਰਭ ਕਰਨ ਕਾਰਨ ਸਮਰਥਾ ਹਰ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਪ੍ਰਭ ਕਰਨ ਕਾਰਨ ਸਮਰਥਾ ਹਰ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਤਿਸੰਗ ਜੀਓ ਆਪ ਵਡਭਾਗੀ ਸੰਗਤਾਂ ਨੇ ਰਾਤਰੀ ਦੇ ਪਹਿਲੇ ਪਹਿਰ ਦੇ ਦੀਵਾਨਾਂ ਵਿੱਚ ਰਹਿਰਾਜ ਸਾਹਿਬ ਜੀ ਦੇ ਜਾਪ ਆਰਤੀ ਆਰਤੀ ਅਤੇ ਹੋਰ ਅਸਪਿਨੇ ਸ਼ਬਦਾਂ ਦਾ ਕੀਰਤਨ ਸਰਵਣ ਕੀਤਾ ਉਪਰੰਤ ਆਪ ਜੀ ਨੇ ਪੰਥ ਦੇ ਮਹਾਨ ਕਵੀਸ਼ਰੀ ਜਥੇ ਪਾਸੋਂ ਜੋ ਜਾਗੋਵਾਲਾ ਜਥਾ ਯੂਕੇ ਤੋਂ ਸਾਧ ਸਿੰਘ ਜੀ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ ਸੋ ਵਰਤਮਾਨ ਸਮੇਂ ਦੇ ਮਹਾਨ ਸਾਧ ਸਿੰਘ ਜੀ ਸੂਰਬੀਰ ਯੋਧਿਆਂ ਦਾ ਜੋ ਸ਼ਹੀਦੀ ਪ੍ਰਸੰਗ ਹੈ ਕਵਿਤਾਵਾਂ ਦੇ ਰੂਪ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਜਿਹੜੀ ਕੌਮ ਆਪਣੇ ਵੱਡ ਵਡੇਰਿਆਂ ਦਾ ਇਤਿਹਾਸ ਉਹਨਾਂ ਦੇ ਕੀਤੇ ਹੋਏ ਕਾਰਨਾਮੇ ਕੁਰਬਾਨੀਆਂ ਉਹਨਾਂ ਨੂੰ ਭੁੱਲ ਜਾਣਾ ਕਰਦੀ ਹੈ ਉਹ ਕੌਮ ਦੁਨੀਆਂ ਤੋਂ ਸਾਧ ਸਿੰਘ ਜੀ ਸਦੀਵੀ ਕਾਲ ਵਾਸਤੇ ਜਿਹੜਾ ਹੈ ਮਿੱਟ ਜਾਣਾ ਕਰਦੀ ਹੈ ਅਜੋਕੇ ਸਮੇਂ ਵਿੱਚ ਬਹੁਤ ਸਾਰੇ ਐਸੇ ਲੋਕ ਹਨ ਜਿਹੜੇ ਇਹ ਗੱਲ ਕਹਿੰਦੇ ਆ ਕਿ ਹੁਣ ਤਾਂ ਸਮਾਂ ਬਦਲ ਗਿਆ ਹੈ ਹੁਣ ਜਿਹੜਾ ਹੈ ਢਾਡੀ ਵਾਰਾਂ ਜਾਂ ਕਵੀਸ਼ਰੀ ਵਾਰਾਂ ਐਸੀਆਂ ਬੋਲਣੀਆਂ ਵੀ ਰੱਸੀ ਇਹਨਾਂ ਦਾ ਕੋਈ ਖਾਸ ਲਾਭ ਨਹੀਂ ਹੁੰਦਾ ਹੁਣ ਤਾਂ ਜਿਹੜਾ ਹੈ ਵਿਚਾਰ ਜਿਹੜਾ ਹੈ ਕਰਨੀ ਚਾਹੀਦੀ ਹੈ ਰੱਬੀ ਬਾਣੀ ਦਾ ਰੂਹਾਨੀ ਬਾਣੀ ਦਾ ਕੀਰਤਨ ਹੋਣਾ ਚਾਹੀਦਾ ਸਾਧ ਸਿੰਘ ਜੀ ਜਿਹੜਾ ਸਾਡਾ ਨੌਜਵਾਨ ਵਰਗ ਹੈ ਜਦੋਂ ਤੱਕ ਉਸ ਨੂੰ ਕੋਈ ਨਾ ਕੋਈ ਵਧੀਆ ਤਰੀਕੇ ਦਾ ਨਿਸ਼ਾਨਾ ਨਹੀਂ ਦਿੱਤਾ ਜਾਵੇਗਾ ਉਹ ਜ਼ਰੂਰ ਜਿਹੜਾ ਹੈ ਕੁਰਾਹੇ 'ਚ ਪੈਣਾ ਕਰੇਗਾ
ਜਿਹੜੇ ਪਰਿਵਾਰ ਆਪਣੇ ਬੱਚਿਆਂ ਨੂੰ ਆਪਣੇ ਸਾਧ ਸਿੰਘ ਜੀ ਐਡੇ ਵੱਡੇ ਮਹਾਨ ਸਿੱਖ ਧਰਮ ਦੇ ਅੰਦਰ ਸੂਰਬੀਰ ਯੋਧੇ ਸ਼ਹੀਦ ਉਹਨਾਂ ਦਾ ਇਤਿਹਾਸ ਉਹਨਾਂ ਦੀਆਂ ਸਾਖੀਆਂ ਛੋਟੀ ਉਮਰ ਤੋਂ ਨਹੀਂ ਸੁਣਾਉਣਾ ਸ਼ੁਰੂ ਕਰਦੇ ਉਹਨਾਂ ਦੇ ਬੱਚੇ ਵੱਡੇ ਹੋ ਕਰਕੇ ਕੇਸਾਂ ਦੀ ਬੇਅਦਬੀ ਕਰਦੇ ਨਸ਼ੇ ਕਰਦੇ ਹੈ ਜਿੱਥੇ ਉਹ ਸਿੱਖੀ ਤੋਂ ਪਤਿਤ ਹੋਣਾ ਕਰਦੇ ਹੈ ਉੱਥੇ ਉਹ ਮਾਤਾ ਪਿਤਾ ਦੀ ਸੇਵਾ ਕਰਨ ਤੋਂ ਵੀ ਮੁਨਕਰ ਹੋ ਜਾਣਾ ਕਰਦੇ ਹੈ ਅਤੇ ਅਜੋਕੇ ਸਮੇਂ ਵਿੱਚ ਐਸੀ ਹਾਲਤ ਆਪਾਂ ਜਿਹੜਾ ਆਪਣੇ ਸਿੱਖ ਪਰਿਵਾਰਾਂ ਦੇ ਵਿੱਚ ਵੇਖ ਰਹੇ ਹਾਂ ਇਹਦਾ ਮੁੱਖ ਕਾਰਨ ਇਹੀ ਹੈ ਕਿ ਉਹਨਾਂ ਨੂੰ ਜਿਹੜਾ ਹੈ ਆਪਣੇ ਗੁਰੂ ਸਾਹਿਬਾਂ ਦਾ ਆਪਣੇ ਸੂਰਬੀਰ ਯੋਧਿਆਂ ਦਾ ਆਪਣੇ ਸ਼ਹੀਦਾਂ ਦਾ ਇਤਿਹਾਸ ਜਿਹੜਾ ਸੁਣਨਾ ਨਹੀਂ ਮਿਲਿਆ ਕਿਸੇ ਨੇ ਪਿਆਰ ਦੇ ਨਾਲ ਸੁਣਾਇਆ ਨਹੀਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਜਦੋਂ ਆਪਾਂ ਗੁਰੂ ਕੇ ਪਾਵਨ ਗੁਰਬਾਣੀ ਦੇ ਬਚਨ ਸੁਣਨਾ ਕਰਦੇ ਹਾਂ ਪੜ੍ਹਨਾ ਕਰਦੇ ਹਾਂ ਅਤੇ ਜਦੋਂ ਇਹ ਸ਼ਹੀਦਾਂ ਦਾ ਇਤਿਹਾਸ ਪੜ੍ਹਦੇ ਹਾਂ ਧਿਆਨ ਦੇ ਨਾਲ ਗਹੁ ਦੇ ਨਾਲ ਵਿਚਾਰ ਕਰਕੇ ਵੇਖੀਏ ਸ਼ਹੀਦਾਂ ਨੇ ਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਅਰਥ ਕਰਨਾ ਕੀਤੇ ਆਪਣੀ ਜ਼ਿੰਦਗੀ ਜਿਹੜਾ ਹੈ ਆਪਣਾ ਜੀਵਨ ਕੌਮ ਦੇ ਲੇਖੇ ਲਾ ਕਰਕੇ ਇੱਕ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਦੇ ਅਰਥ ਕਰਕੇ ਉਹਨਾਂ ਨੇ ਦੱਸਣਾ ਕੀਤੇ ਜਿਵੇਂ ਗੁਰੂ ਸਾਹਿਬ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ ਕਿ ਜੇ ਮੇਰੇ ਪਾਸ ਆਉਣਾ ਤਾਂ ਪਾਤਸ਼ਾਹ ਜੀ ਕਹਿੰਦੇ ਆ ਕਿ ਜਦੋਂ ਵੀ ਸਾਡੇ ਪਾਸ ਤੁਸੀਂ ਦਰਸ਼ਨ ਵਾਸਤੇ ਆਉਂਦੇ ਹੋ ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਪਰ ਕਹਿੰਦੇ ਆਪਣੇ ਆਪ ਨੂੰ ਮਿਟਾ ਕਰਕੇ ਆਪਣੀ ਹਸਤੀ ਨੂੰ ਚਰਨ ਧੂੜੀ ਬਣ ਕਰਕੇ ਨਿਮਰਤਾ ਨਾਲ ਮੇਰੇ ਘਰ ਵਿੱਚ ਆਉਣਾ ਕਰ ਮਰਨਾ ਕਬੂਲ ਕਰ ਪਰ ਸਾਧ ਸਿੰਘ ਜੀ ਜਦੋਂ ਸ਼ਹੀਦਾਂ ਦਾ ਇਤਿਹਾਸ ਪੜ੍ਹਦੇ ਹੈ ਉਹ ਗੁਰੂ ਕੇ ਪਿਆਰੇ ਸ਼ਹੀਦ ਜਿਹੜੇ ਗੁਰੂ ਦੇ ਦਰ ਦੇ ਉੱਤੇ ਜਾਣਾ ਕਰਦੇ ਹੈ ਗੁਰੂ ਦੇ ਦਰ ਵਾਸਤੇ ਗੁਰੂ ਦੇ ਵਾਸਤੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਧਾਰਮਿਕ ਸਥਾਨਾਂ ਵਾਸਤੇ ਗ੍ਰੰਥ ਅਤੇ ਪੰਥ ਦੀ ਖਾਤਰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਆਪਾਂ ਉਹਨਾਂ ਨੂੰ ਵੱਖਰਾ ਨਹੀਂ ਕਹਿ ਸਕਦੇ ਗੁਰਬਾਣੀ ਤੋਂ ਇਹ ਸਾਡੀ ਬੜੀ ਸੌੜੀ ਸੋਚ ਹੈ ਜਿਹੜਾ ਆਪਾਂ ਇਹ ਕਹਿ ਦਿੰਦੇ ਹਾਂ ਕਈ ਗੁਰਮੁਖ ਇਸ ਤਰ੍ਹਾਂ ਦੇ ਗੱਲਾਂ ਕਰਦੇ ਵੇਖੇ ਆ ਅਜੋਕੇ ਸਮੇਂ ਦੇ ਕਿਉਂਕਿ ਭਾਈ ਸਾਹਿਬ ਦੱਸ ਰਹੇ ਸੀ ਇਹੋ ਜਿਹੇ ਪ੍ਰਚਾਰਕ ਬਹੁਤ ਉੱਠੇ ਹੋਏ ਆ ਪਰ ਇਹਨਾਂ ਪ੍ਰਚਾਰਕਾਂ ਨੂੰ ਕਦੇ ਪੁੱਛੋ ਵੀ ਜਿਹੜੇ ਇਹ ਸ਼ਹੀਦ ਹੋਏ ਵਰਤਮਾਨ ਸਮੇਂ ਦੇ ਕਦੇ ਕਿਸੇ ਸ਼ਹੀਦੀ ਦੇ ਸ਼ਹੀਦ ਸਿੰਘ ਦੀ ਸ਼ਹੀਦੀ ਦੇ ਦਿਹਾੜੇ 'ਤੇ ਕਿਸੇ ਵੀ ਸ਼ਹੀਦੀ ਦਿਹਾੜੇ 'ਤੇ ਉਹਨਾਂ ਨੇ ਜਾ ਕਰਕੇ ਕਦੇ ਹਾਜ਼ਰੀ ਭਰੀ ਹੈ ਉਹ ਸਮਾਂ ਸੀ ਜਦੋਂ ਸਾਧ ਸਿੰਘ ਜੀ ਉਹਨਾਂ ਸ਼ਹੀਦਾਂ ਦੇ ਦਿਹਾੜੇ ਮਨਾਏ ਜਾਂਦੇ ਸੀ ਅਤੇ ਚਾਰ ਸਵੇਰੇ ਜਿਹੜਾ ਹੈ ਪੁਲਿਸ ਲੱਗੀ ਹੁੰਦੀ ਸੀ ਪਰ ਉਦੋਂ ਵੀ ਜਿਹੜਾ ਹੈ ਗੁਰੂ ਕੀਆਂ ਉਹ ਜਥੇਬੰਦੀਆਂ ਉਹ ਗੁਰੂ ਕੇ ਪਿਆਰੇ ਉੱਥੇ ਜਾ ਕਰਕੇ ਹਾਜ਼ਰੀਆਂ ਭਰਦੇ ਸੀ ਅੱਜ ਵੀ ਭਰਦੇ ਹੈ ਪਰ ਇਹ ਜਿਹੜੇ ਸਾਨੂੰ ਸੰਸੇ ਭਰਮ ਪਾਉਣਾ ਕਰਦੇ ਇਹਨਾਂ ਨੇ ਕਦੇ ਵੀ ਕਿਸੇ ਸ਼ਹੀਦੀ ਦਿਹਾੜੇ 'ਤੇ ਨਹੀਂ ਪਹੁੰਚਣਾ ਕੀਤਾ ਨਾ ਕੋਈ ਸ਼ਹੀਦੀ ਦਿਹਾੜਾ ਮਨਾਉਣਾ ਕੀਤਾ ਕੇਵਲ ਅਤੇ ਕੇਵਲ ਸਾਨੂੰ ਗੁੰਮਰਾਹ ਕਰਨ ਵਾਸਤੇ ਉਹਨਾਂ ਦੇ ਨਾਮ ਲੈ ਕਰਕੇ ਸਾਨੂੰ ਪਿੱਛੇ ਲਾਲਣਾ ਕਰਦੇ ਆ ਇਹਨਾਂ ਤੋਂ ਸਾਨੂੰ ਬਚਣ ਦੀ ਲੋੜ ਹੈ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਹੁਤ ਭਾਰੀ ਬਖਸ਼ਿਸ਼ ਹੈ ਕਵਿਸ਼ਰੀ ਜਥੇ 'ਤੇ ਜਿਨ੍ਹਾਂ ਨੇ ਆਪ ਜੀ ਨੂੰ ਬੜੇ ਪਿਆਰ ਦੇ ਨਾਲ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਿਆਰਿਆਂ ਦਾ ਜੋ ਜੀਵਨ ਹੈ ਸੁਣਾਉਣਾ ਕੀਤਾ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਰਹਿਮਤ ਕਰਨ ਮੈਂ ਇੱਕ ਬੇਨਤੀ ਕਰਾਂਗਾ ਸੰਗਤ ਦੇ ਚਰਨਾਂ ਵਿੱਚ ਕਿ ਆਪਾਂ ਜੇ ਕੁਛ ਵੀ ਨਹੀਂ ਕਰ ਸਕਦੇ ਘੱਟ ਤੋਂ ਘੱਟ ਇੰਨਾ ਜ਼ਰੂਰ ਕਰਿਆ ਕਰੀਏ ਕਿ ਆਪਣੇ ਘਰਾਂ ਦੇ ਵਿੱਚ ਅੱਜ ਨੈੱਟ ਦਾ ਯੁੱਗ ਹੈ ਆਪਣੇ ਬੱਚਿਆਂ ਨੂੰ ਕੋਲ ਬਿਠਾ ਕਰਕੇ ਇਹਨਾਂ ਸ਼ਹੀਦਾਂ ਦੀਆਂ ਧਾਰਮਿਕ ਫਿਲਮਾਂ ਵੀ ਬਣੀਆਂ ਹੋਈਆਂ ਔਰ ਇਹਨਾਂ ਦੀਆਂ ਜਿਹੜਾ ਹੈ ਜੀਵਨੀਆਂ ਵੀ ਲਿਖੀਆਂ ਹੋਈਆਂ ਨੈੱਟ ਦੇ ਉੱਤੇ ਪਈਆਂ ਹੋਈਆਂ ਔਰ ਆਪਾਂ ਨੂੰ ਕਿਤਾਬਾਂ ਵੀ ਮਿਲ ਸਕਦੀਆਂ ਹੈ ਅਤੇ ਉਹ ਆਪਾਂ ਜਿਹੜਾ ਹੈ ਜ਼ਰੂਰ ਉਹਨਾਂ ਬੱਚਿਆਂ ਨੂੰ ਜਿਹੜਾ ਹੈ ਆਪ ਪੜ੍ਹੀਏ ਅਤੇ ਬੱਚਿਆਂ ਨੂੰ ਪੜ੍ਹਾਈਏ ਅਤੇ ਤੁਸੀਂ ਵੇਖਿਓ ਵੀ ਆਪਣੇ ਬੱਚੇ ਜਿਹੜੇ ਹਨ ਫਿਰ ਕਿਹੋ ਜਿਹੇ ਸਿੱਖ ਬਣਨਗੇ
ਕਿੰਨੇ ਪਰਪੱਕ ਹੋਣਗੇ ਜੇ ਹੁਣ ਤੋਂ ਆਪਾਂ ਸ਼ੁਰੂ ਕਰੀਏ ਛੋਟੇ ਬੱਚਿਆਂ ਤੋਂ ਹੀ ਵੀ ਉਹਨਾਂ ਨੂੰ ਆਪਣੇ ਗੁਰੂ ਸਾਹਿਬਾਂ ਦੀਆਂ ਸ਼ਹੀਦਾਂ ਦੀਆਂ ਕਥਾਵਾਂ ਉਹਨਾਂ ਦੀਆਂ ਜੀਵਨੀਆਂ ਜਿਹੜਾ ਹੈ ਘਰਾਂ ਦੇ ਵਿੱਚ ਵੀ ਪੜ੍ਹਾਇਆ ਕਰੀਏ। ਫਿਰ ਐਸੇ ਕਵੀਸ਼ਰ ਘਰ ਵਿੱਚ ਲਾ ਕਰਕੇ ਕੋਈ ਅੱਧਾ ਘੰਟਾ 15-20 ਮਿੰਟ ਆਪ ਜਿਵੇਂ ਤੁਸੀਂ ਗੁਰਦੁਆਰੇ ਸਾਹਿਬ ਬੈਠੇ ਸੁਣਦੇ ਇੱਦਾਂ ਘਰ ਵਿੱਚ ਸੁਣੋ। ਪਰ ਸਾਡੇ ਸਮਾਜ ਵਿੱਚ ਕੀ ਹੋ ਗਿਆ, ਹੁਣ ਤਾਂ ਰਾਤ ਨੂੰ ਆਪੋ ਆਪਣੇ ਕਮਰੇ ਵਿੱਚ ਬੈਠ ਕਰਕੇ ਜਾਂ ਤਾਂ ਸਾਧ ਸਿੰਘ ਜੀ ਨੈੱਟ 'ਤੇ ਵੇਖੀ ਜਾਂਦੇ ਕੁਛ, ਜਾਂ ਟੀ ਵੀ ਲਾ ਕਰਕੇ ਬੈਠੇ ਰਹਿੰਦੇ ਆ। ਬੀਬੀਆਂ ਸਾਡੀਆਂ ਭੈਣਾਂ ਉਹ ਸੀਰੀਅਲ ਨਹੀਂ ਟੁੱਟਣ ਦਿੰਦੀਆਂ ਵੀ ਇਹਦੀ ਕਿਸ਼ਤ ਲੰਘ ਗਈ ਅਤੇ ਖਰਾਬ ਹੋ ਜਾਣਾ, ਕਈ ਤਾਂ ਇੱਥੋਂ ਟਾਈਮ ਨਾਲ ਚੱਲ ਜਾਂਦੀਆਂ ਮੱਥਾ ਟੇਕ ਕੇ ਵੀ ਜਲਦੀ ਚੱਲੀਏ। ਅਤੇ ਜੇ ਸਾਡਾ ਆਹ ਹਾਲ ਹੋਇਆ ਤਾਂ ਫਿਰ ਸਾਧ ਸਿੰਘ ਜੀ ਗਾਂਹ ਇਹੋ ਜਿਹੇ ਸੂਰਬੀਰ ਯੋਧੇ ਸਾਡੇ ਘਰਾਂ ਵਿੱਚ ਕਿੱਥੋਂ ਆਉਣੇ ਆ। ਸੋ ਇਸ ਕਰਕੇ ਇੰਨੀ ਕੁ ਬੇਨਤੀ ਜਿਹੜਾ ਪ੍ਰਵਾਨ ਕਰਨੀ ਵੀ ਆਪਾਂ ਯਤਨ ਕਰੀਏ ਇਸ ਪਾਸੇ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਰਹਿਮਤ ਕਰਨ, ਆਪ ਸੰਗਤਾਂ ਦਾ, ਸਤਿਗੁਰਾਂ ਦਾ, ਕੋਟਾਨਕੋਟ ਧੰਨਵਾਦ। ਕਵੀਸ਼ਰੀ ਜਥੇ ਦਾ ਬਹੁਤ ਬਹੁਤ ਧੰਨਵਾਦ ਗੁਰੂ ਘਰ ਵੱਲੋਂ। ਬਾਬਾ ਜੀ ਉਹਨਾਂ ਨੂੰ ਜੋ ਗੁਰੂ ਘਰ ਦੀ ਬਖਸ਼ਿਸ਼ ਹੈ ਸਰੋ ਪਾਓ, ਉਹ ਸਾਧ ਸਿੰਘ ਜੀ ਦੇਣਾ ਕਰਨਗੇ। ਸੋ ਕਵੀਸ਼ਰੀ ਜਥੇ ਨੂੰ ਬੇਨਤੀ ਹੈ ਕਿ ਉਹ ਗੁਰੂ ਘਰ ਦੀ ਬਖਸ਼ਿਸ਼, ਸੋ ਗੁਰੂ ਘਰ ਦੇ ਵਜ਼ੀਰ ਬਾਬਾ ਜੀ ਉਹਨਾਂ ਨੂੰ ਦੇਣਾ ਕਰਨਗੇ, ਉਹ ਆ ਕੇ ਪ੍ਰਾਪਤ ਕਰਨਾ ਕਰਨ। ਬੋਲੇ ਸੋ ਨਿਹਾਲ। ਸੋ ਸਾਧ ਸਿੰਘ ਜੀ ਹੁਣ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਾਂਗੇ, ਨਾਲ ਨਾਲ ਕੀਰਤਨ ਸੋਹਲੇ ਬਾਣੀ ਦੇ ਜਾਪ ਸੰਗਤੀ ਰੂਪ ਦੇ ਵਿੱਚ। ਉਪਰੰਤ ਆਪ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਸੁੱਖ ਆਸਣ ਦੀ ਸੇਵਾ ਕਰਵਾ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਰਾਮ ਨਾਮ ਮਨ ਲਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਪੂਰਨ ਪੁਰਖ ਵਧਾਤਾ ਰਹਾਉ, ਤਾਂ ਕੀ ਸੇਵ ਨ ਬਿਰਥੀ ਜਾਸੀ, ਜਪ ਪੂਰਨ ਹੋਈ ਆਸਾ, ਤਾਤੀ ਵਾਉ ਨ ਲੱਗਈ, ਚਉ ਗਿਰਦ ਹਮਾਰੇ ਰਾਮਕਾਰ, ਸਤਿਗੁਰ ਪੂਰਾ ਭੇਟਿਆ, ਰਾਮ ਨਾਮ ਔਖ ਦੀਆ, ਰਾਖ ਲੀਏ ਤਨ ਰੱਖਣ ਹਾਰ, ਕਹੋ ਨਾਨਕ ਕਿਰਪਾ ਭਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਨਾ ਹੋ ਨਾ ਤੂ ਨਹਿ ਛੁਟੈ। ਸਲੋਕ ਮਹੱਲਾ ਪੰਜਵਾ, ਉਦਮ ਕਰੋ ਉਠ ਨੀਤ, ਹਰ ਦੇਹੋ ਨਾਨਕ ਮੀਤ। ਜੈ ਕਰ ਕੀਰਤ ਆਖੀਐ, ਤਿਤ ਕਰ ਗਾਵੋ ਸੁਹਿਲਾ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਨਿਤ ਨਿਤ ਜੀਅੜੇ ਸੰਭਾਲੀਅਨ, ਤੇਰੇ ਦਾਨੈ ਕੀਮਤ ਨਾ ਪਵੈ, ਸੰਬਦ ਸਾਹਾ ਲਿਖਿਆ, ਦੇਹੋ ਸੱਜਣ ਅਸੀਂ ਸੜਿਆ, ਘਰ ਘਰ ਇਹੋ ਪਹੁੰਚਾ, ਸੱਦਣ ਹਾਰਾ ਸਿਮਰੀਐ, ਰਾਗ ਆਸਾ ਮਹੱਲਾ ਪਹਿਲਾ, ਹੇ ਕਰ ਸ਼੍ਰੀ ਗੁਰ ਜੀ ਉਪਦੇਸ, ਗੁਰ ਗੁਰ ਏਕੋ ਬੇਸ ਅਨੇਕ, ਜੈਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ, ਜਿਸੇ ਘੜੀਆਂ ਪਹਿਰਾ, ਛੱਤੀ ਵਾਰੀ ਮਾਹੋ ਹੋਆ, ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਬੇਸ, ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਮੰਡਲ ਜਨ ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਸਹਿਸ ਤਵ ਨੈਣ ਨਰ ਨੈਣ ਹੈ ਤੁਹੀ ਕਉ, ਸਹਿਸ ਪਦ ਵਿਮਲ ਨਨ ਏਕ ਪਦ,
ਸਹਿ ਸਭ ਗੰਗ ਚਲਤ ਮੋਹੀ ਸਾਮੈ ਜੋਤ ਜੋਤ ਹੈ ਸੋਏ ਜੈ ਚਾਨਣ ਸਾਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਸੁਆਰਤੀ ਹੋਏ ਹਰ ਚਰਨ ਕਵਲ ਮੁਕਰੰਦ ਲੋਭਤ ਮਨੋ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਨ ਕਉ ਜਾਤੇ ਤੇਰੇ ਨਾਇ ਵਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਰਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਉ ਸਾਧਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੇ ਜਮ ਕਾਲ ਸਹੇ ਸਰ ਡੰਡਾ ਹੇ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀ ਸੰਤ ਟਹਿਲ ਕੀ ਬੇਲ ਇਹਾ ਖਾਟ ਚਲੋ ਹਰ ਲਾਹ ਆਗੈ ਬਸਨ ਸੁਹੇ ਔਦ ਕਟੈ ਦਿਨ ਸੁਰੈਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਉ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇ ਅੰਤਰ ਜਾਮੀ ਪੁਰਖ ਬਦਾਤੀ ਸ਼ਰਧਾ ਮਨ ਕੀ ਪੂਰੀ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰ ਅੰਤਰ ਜਾਮੀ ਪੁਰਖ ਬਦਾਤੀ ਸ਼ਰਧਾ ਮਨ ਕੀ ਪੂਰ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ ਗਿਆ।